ਹੈਲੋ ਫਰੈਂਡਸ, ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ। ਸੋ ਵਾਅਦੇ ਮੁਤਾਬਕ ਫਿਰ ਅੱਜ ਫੇਸਬੁੱਕ ਲਾਈਵ 'ਚ ਤੁਹਾਡੇ ਨਾਲ ਹਾਜ਼ਰ ਹਾਂ, ਤੁਹਾਡਾ ਆਪਣਾ ਸੁਖਚੈਨ ਰਾਹੀ। ਸੋ ਹਰ ਮੰਡੇ ਤੁਹਾਡੇ ਨਾਲ ਫੇਸਬੁੱਕ 'ਤੇ ਲਾਈਵ ਰਹਿੰਦਾ 4 ਤੋਂ 5। ਸੋ ਅੱਜ ਟਾਈਮ ਨੂੰ ਧਿਆਨ 'ਚ ਰੱਖਦੇ ਹੋਏ 4 ਵੱਜ ਗਏ, 8 ਮਿੰਟ ਹੋਏ ਆ। ਸੋ 8 ਮਿੰਟ ਲੇਟ ਆ ਜ਼ਰੂਰ, ਬਟ ਫਿਰ ਵੀ ਕੋਸ਼ਿਸ਼ ਕਰ ਰਹੇ ਕਿ ਹਰ ਵਾਰ 4 ਵਜੇ ਪੂਰੇ ਲਾਈਵ ਹੋ ਜਾਇਆ ਕਰੀਏ, ਬਟ ਫਿਰ ਵੀ ਚਲੋ 2-3 ਮਿੰਟ ਲਾਈਵ ਹੁੰਦੇ ਹੁੰਦੇ ਲੱਗ ਜਾਂਦਾ। ਸੋ ਸਾਰਿਆਂ ਦਾ ਇੱਕ ਵਾਰ ਨਿੱਘਾ ਸਵਾਗਤ, ਵੋਮ ਵੈਲਕਮ ਟੂ ਆਲ। ਹਾਲੇ 2 ਕੁ ਮਿੰਟ ਵੇਟ ਕਰਾਂ, ਫਿਰ ਅੱਜ ਜਿਹੜਾ ਟੋਪਿਕ ਸਾਡਾ ਮੇਨ ਹੈ ਉਹਦੇ ਬਾਰੇ ਡਿਸਕਸ ਕਰਾਂਗੇ, ਵਿਚ ਇਜ਼ ਡਿਸਕਸ਼ਨ ਅਬਾਊਟ ਰਿਫਿਊਜ਼ਡ ਸਟੂਡੈਂਟਸ। ਬੜੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਪੰਜਾਬ ਦੇ ਵਿੱਚ ਇਹੋ ਜਿਹੇ ਨੇ, ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਉਸ ਤੋਂ ਬਾਅਦ ਯੂਪੀ ਤੋਂ ਸਾਡੇ ਕੋਲ ਸਟੂਡੈਂਟਸ ਆਉਂਦੇ ਨੇ, ਰੁਦਰਪੁਰ ਤੋਂ ਬੜੀ ਵੱਡੀ ਗਿਣਤੀ 'ਚ ਆਉਂਦੇ ਨੇ, ਮਾਲਵੇ ਤੋਂ, ਬਠਿੰਡੇ, ਸੰਗਰੂਰ ਤੋਂ, ਮੋਗੇ ਤੋਂ ਬੜੀ ਵੱਡੀ ਗਿਣਤੀ ਸਟੂਡੈਂਟਸ ਇਹੋ ਜਿਹੇ ਆਉਂਦੇ ਨੇ ਜਿਹੜੇ 1 ਵਾਰ 2 ਵਾਰ 3 ਵਾਰ 4 ਵਾਰ ਰਿਫਿਊਜ਼ ਹੋ ਚੁੱਕੇ ਹੁੰਦੇ ਨੇ। ਸੋ ਮੰਡੇ ਵਾਲਾ ਦਿਨ ਹਮੇਸ਼ਾ ਬਿਜ਼ੀ ਰਹਿੰਦਾ, ਵਰਕਿੰਗ ਡੇ ਪਹਿਲਾਂ ਹੁੰਦਾ ਹਫ਼ਤੇ ਦਾ। ਸੋ ਅੱਜ ਵੀ ਵਰਕਿੰਗ ਡੇ ਬਿਜ਼ੀ ਹੋਣ ਦੇ ਕਰਕੇ ਅੱਜ ਵੀ ਚਲੋ ਲਾਈਵ ਹੋਣਾ ਇੱਕ ਸੁਭਾਅ ਬਣ ਚੁੱਕਾ, ਇੱਕ ਆਦਤ ਬਣ ਚੁੱਕਾ। ਅੱਜ ਵੀ 2 ਇਹੋ ਜਿਹੇ ਸਟੂਡੈਂਟਸ ਨੂੰ ਮਿਲਿਆ ਜੋ ਚੱਲ ਕੇ ਆਏ ਸੀ ਗੰਗਾਨਗਰ ਤੋਂ, ਐਂਡ ਤਕਰੀਬਨ 6 ਰਿਫਿਊਜ਼ਲ ਸੀ ਉਹਨਾਂ ਦੀਆਂ। USA 2 ਵਾਰ 2 ਵਾਰ, ਕੈਨੇਡਾ 1 ਵਾਰ, ਆਸਟ੍ਰੇਲੀਆ 1 ਵਾਰ, ਨਿਊਜ਼ੀਲੈਂਡ ਔਰ 1 ਵਾਰ UK। ਸੋ ਇੰਨੀਆਂ ਰਿਫਿਊਜ਼ਲ ਦੇ ਬਾਵਜੂਦ ਵੀ ਮਤਲਬ ਉਸ ਵਿਚਾਰੇ ਭਲੇ ਮਾਨਸਾ ਨੇ ਮੇਰੀ ਵੀਡੀਓ ਹੁਣ ਵੇਖੀ ਹਫ਼ਤਾ 10 ਦਿਨ ਪਹਿਲਾਂ, ਤਾਂ ਰਿਫਿਊਜ਼ਲ ਕੇਸਾਂ ਦਾ ਕਿਤੇ ਗੂਗਲ 'ਚ ਭਰਿਆ ਉਹਨਾਂ ਨੇ, ਕਿਉਂਕਿ ਜੇ ਤੁਸੀਂ ਜਦੋਂ ਗੂਗਲ 'ਤੇ ਸਰਚ ਕਰਦੇ ਹੋ ਨਾ ਕਿ ਰਿਫਿਊਜ਼ਲ ਕੇਸਿਸ ਐਕਸਪਰਟ ਜਾਂ ਰਿਫਿਊਜ਼ਲ ਕੇਸਿਸ ਕੰਸਲਟੈਂਟ ਜਾਂ ਕੁਛ ਇੱਦਾਂ ਦਾ, ਮੈਨੂੰ ਤਾਂ ਪਤਾ ਨਹੀਂ, ਬੱਚਿਆਂ ਨੇ ਦੱਸਿਆ, ਉਹ ਕਹਿੰਦੇ ਤਾਂ RS ਗੋਲ ਦਾ ਨਾਮ ਸਭ ਤੋਂ ਉੱਪਰ ਆਇਆ ਵੀ ਜਿਹੜੇ ਮਤਲਬ ਰਿਫਿਊਜ਼ਲ ਕੇਸ ਫੜਨ ਵਿੱਚ ਜਾਂ ਵੀ ਰਿਫਿਊਜ਼ਲ ਕੇਸ ਦੇ ਵੀਜ਼ੇ ਲਵਾਉਣ 'ਚ ਐਕਸਪਰਟ ਨੇ। ਇੱਦਾਂ ਕਿਸੇ ਨੇ ਗੂਗਲ 'ਤੇ ਰਿਸਰਚ ਕੀਤੀ ਵੀ ਬੈਸਟ ਇਮੀਗ੍ਰੇਸ਼ਨ ਕੰਪਨੀ ਨੇ ਪੰਜਾਬ, ਕੁਛ ਇੱਦਾਂ ਦਾ। ਸੋ ਸਾਡੇ ਬਾਰੇ ਰਿਸਰਚ ਜੋ ਲੋਕ ਕਰਦੇ ਨੇ ਤਾਂ ਗੂਗਲ 'ਤੇ ਉਹਨੀ ਸਾਡੀ ਜ਼ਿਆਦਾ ਸਰਚ ਵੱਧਦੀ ਹੈ। ਸੋ ਲੋਕਾਂ ਨੇ ਰਿਸਰਚ ਕੀਤੀ ਸਾਡੇ ਬਾਰੇ, ਦਫ਼ਤਰ ਪਹੁੰਚੇ ਅਤੇ ਮੱਥੇ 'ਤੇ ਹੱਥ ਮਾਰਨ ਨੂੰ ਦਿਲ ਕੀਤਾ ਕਿ 6 ਰਿਫਿਊਜ਼ਲਾਂ ਬਾਅਦ ਵਿਚਾਰਾ ਮੇਰੇ ਕੋਲ ਆਇਆ, ਇਹੋ ਜਿਹੇ ਪਹਿਲਾਂ ਆਇਆ ਹੁੰਦਾ ਅਤੇ ਜਿਹੜਾ ਅੱਜ ਰੁਪਈਆ 4-5 ਲੱਖ ਰੁਪਏ ਖਰਾਬ ਕਰ ਚੁੱਕਾ ਹੈ, ਜ਼ਿੰਦਗੀ ਦੇ 4 ਸਾਲ ਖਰਾਬ ਕਰ ਚੁੱਕਾ ਹੈ। ਤਕਰੀਬਨ 2015 'ਚ ਕੀਤੀ ਸੀ ਪਲੱਸ 2 ਨੇ, ਅੱਜ 19 ਹੋ ਗਿਆ, 4 ਸਾਲ ਉਹਦੇ ਖਰਾਬ ਹੋ ਗਏ, ਰੁਪਈਆ 4-5 ਲੱਖ ਵੀ ਖਰਾਬ ਕਰ ਲਿਆ ਫੰਡਾਂ ਦੇ ਨਾਂ 'ਤੇ ਅਤੇ ਗੈਪ ਕਰਵ ਕਰਨ ਦੇ ਨਾਂ 'ਤੇ। ਅਤੇ ਕਈ ਵਾਰ ਕਿਸੇ ਕੰਸਲਟੈਂਟ ਕਿਹਾ ਮੈਂ ਤੇਰੀ ਇੰਟਰਵਿਊ ਕਢਾ ਦਾਂਗਾ ਆਸਟ੍ਰੇਲੀਆ ਦੀ, ਇੰਟਰਵਿਊ ਕਢਵਾਉਣ ਦੇ ਨਾਂ 'ਤੇ ਵੀ 2-2 ਲੱਖ ਰੁਪਇਆ। ਸੋ ਕਈ ਗੱਲਾਂ ਇਹੋ ਜਿਹੀਆਂ ਮਤਲਬ ਮੈਂ ਸੋਸ਼ਲ ਮੀਡੀਆ 'ਤੇ ਔਨਲਾਈਨ ਨਹੀਂ ਵੀ ਸ਼ੇਅਰ ਕਰ ਪਾਉਂਦਾ, ਕਿਉਂਕਿ ਕਿਸੇ ਕੰਸਲਟੈਂਟ ਦਾ ਨਾਮ ਲੈਣਾ ਜਾਂ ਕਿਸੇ ਬੰਦੇ ਦੀ ਗੱਲ ਕਰਨੀ ਮੈਨੂੰ ਲੱਗਦਾ ਐਥੀਕਲੀ ਨਹੀਂ ਸਹੀ, ਮੈਂ ਨਹੀਂ ਕਿਸੇ ਦੀ ਬਦਖੋਈ ਕਰਨਾ ਚਾਹੁੰਦਾ, ਬਟ ਰੁਕਿਆ ਨਹੀਂ ਜਾਂਦਾ ਜ਼ਬਾਨ, ਉਦੋਂ ਫਿਰ ਵੀ ਆਪਣੇ ਆਪ ਬੋਲਣ ਨੂੰ ਕਾਹਲੀ ਪੈਂਦੀ ਵੀ ਇਹੋ ਜਿਹੇ ਬੰਦਿਆਂ ਬਾਰੇ ਲੋਕਾਂ ਨੂੰ ਅਵੇਅਰ ਜ਼ਰੂਰ ਕੀਤਾ ਜਾਵੇ। ਸੋ ਇੰਨੇ ਰਿਫਿਊਜ਼ਲ ਲਵਾਉਣ ਤੋਂ ਬਾਅਦ ਬੱਚਾ ਮੇਰੇ ਕੋਲ ਚੱਲ ਕੇ ਆਇਆ, ਯੂਟਿਊਬ 'ਤੇ ਮੇਰੀ ਕੋਈ ਵੀਡੀਓ ਦੇਖੀ ਉਸ ਬੱਚੇ ਨੇ। ਸੋ ਮੈਂ ਚਾਹੁੰਦਾ ਕਿ ਪਹਿਲਾਂ ਮੇਰੀ ਵੀਡੀਓ ਵੇਖ ਲੈਣ ਯਾਰ। ਸੋ ਕਾਇੰਡਲੀ ਮੈਂ ਤੁਹਾਨੂੰ ਸਾਰਿਆਂ ਨੂੰ, ਤੁਸੀਂ ਇਸ ਟਾਈਮ 35 ਜਣੇ ਲੋਕ ਵੀਡੀਓ ਵੇਖ ਰਹੇ ਆ, ਜਦੋਂ ਵੀ ਵੀਡੀਓ ਲੇਟਰ ਉਹਨੂੰ ਵੀ ਦੇਖੋਗੇ, ਕਾਇੰਡਲੀ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਤੱਕ, ਆਪਣੇ ਭੈਣਾਂ ਭਰਾਵਾਂ ਤੱਕ, ਆਪਣੇ ਫਰੈਂਡਸ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਕਿ ਉਹ ਰਿਫਿਊਜ਼ ਹੋਣ ਤੋਂ ਬਚ ਸਕਣ। ਅਗਰ ਮੇਰੀ ਇਹ ਗੱਲ ਉਹਨਾਂ ਤੱਕ ਪਹੁੰਚਦੀ ਹੈ, ਮੈਂ ਦਾਅਵਾ ਕਰਦਾ ਕਿ ਉਹ ਇੱਕ ਚੰਗੀ ਸਲਾਹ ਲੈ ਕੇ, ਵੀਜ਼ਾ ਲੱਗੇ ਜਾਂ ਨਾ ਲੱਗੇ ਮੈਂ ਗਰੰਟੀ ਨਹੀਂ ਦਿੰਦਾ ਕਿਸੇ ਦੀ, ਬਟ ਰਿਫਿਊਜ਼ਲ ਤਾਂ ਜ਼ਰੂਰ ਵੱਜਣਗੇ। ਇੱਕ ਚੰਗੇ ਕੰਸਲਟੈਂਟ ਦਾ ਜਿਹੜਾ ਮਕਸਦ ਹੁੰਦਾ ਨਾ, ਉਹ ਬੱਚੇ ਨੂੰ ਚੰਗਾ ਰਸਤਾ ਦਿਖਾਉਣਾ, ਨਾ ਕਿ ਕੇਵਲ ਵੀਜ਼ਾ ਲਵਾ ਕੇ ਦੇਣਾ। ਸੋ ਵੀਜ਼ਾ ਲਵਾ ਕੇ ਦਵਾਂ ਜਾਂ ਨਾ ਦਵਾਂ ਉਹ ਬਾਅਦ ਦੀ ਗੱਲਾਂ ਨੇ, ਮੈਂ ਕੋਈ ਕਮਿਟਮੈਂਟ ਗਰੰਟੀ ਨਹੀਂ ਲੈਂਦਾ, ਬਟ ਇਸ ਚੀਜ਼ ਦੀ ਗਰੰਟੀ ਜ਼ਰੂਰ ਲੈਂਦਾ। ਮੈਂ ਓਪਨਲੀ ਇਸ ਮੰਚ 'ਤੇ ਇਸ ਓਪਨਲੀ ਗਰੰਟੀ ਵਰਡ ਯੂਜ਼ ਕਰ ਰਿਹਾ, ਗਰੰਟੀ ਜ਼ਰੂਰ ਲੈਂਦਾ ਕਿ ਰਿਫਿਊਜ਼ਲ ਤਾਂ ਜ਼ਰੂਰ ਵੱਜੋਗੇ ਜੇ ਮੇਰੀ ਆਪਣੀ ਵੀਡੀਓ ਵੇਖ ਲਓਗੇ। ਸੋ ਜ਼ਿੰਦਗੀ ਦੇ ਵਿੱਚ ਸਿਆਣੇ ਹੋਣਾ ਬੜਾ ਜ਼ਰੂਰੀ ਹੈ, ਆਪਣੇ ਆਪ ਨੂੰ ਜਾਗਰੂਕ ਕਰਨਾ, ਆਪਣੇ ਆਪ ਨੂੰ ਅਵੇਅਰ ਕਰਨਾ, ਚੀਜ਼ਾਂ ਨੂੰ ਲੈ ਕੇ ਨੌਲੇਜ ਇਕੱਠੀ ਕਰਨਾ ਬੜਾ ਜ਼ਰੂਰੀ ਹੈ। ਸੋ ਮੇਰੀ ਇਹ ਜਿਹੜੇ ਇਨਫੋਰਮੇਟਿਵ ਜਿਹੜਾ ਸੈਸ਼ਨ ਅੱਜ ਦਾ ਲਾਈਵ ਹੈ ਉਹ ਬੜਾ ਤੁਹਾਡੇ ਲਈ ਲਾਹੇਵੰਦ ਰਹੇਗਾ ਜੇ ਤੁਸੀਂ ਪੂਰੀ ਵੀਡੀਓ ਵੇਖਦੇ ਹੋ ਜਾਂ ਆਪਣੇ ਦੋਸਤਾਂ ਤੱਕ ਸ਼ੇਅਰ ਕਰਦੇ ਹੋ, ਤਾਂ ਤੁਹਾਨੂੰ
ਬਾਹਰਲੇ ਮੁਲਕਾਂ 'ਚ ਜਾਣ ਸੰਬੰਧੀ ਇੱਕ ਨਵੀਂ ਇਨਫੋਰਮੇਸ਼ਨ ਅੱਜ ਇਸ ਲਾਈਵ ਸੈਸ਼ਨ 'ਚ ਮਿਲ ਸਕਦੀ ਹੈ। ਸੋ ਸਟਾਰਟ ਕਰਦੇ ਹਾਂ ਜੀ ਟੋਪਿਕ। ਸਾਰਿਆਂ ਨੂੰ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਲੇਟਰ ਨੂੰ ਕਹਾਂਗੇ। ਤੁਸੀਂ ਆਪਣੇ ਸਵਾਲ ਮੈਨੂੰ ਲਾਈਵ ਇਸ ਸੈਸ਼ਨ ਦੇ ਦਰਮਿਆਨ ਪੁੱਛ ਸਕਦੇ ਹੋ। ਮੈਂ ਜਦੋਂ ਆਪਣਾ ਡਿਸਕਸ਼ਨ ਦਾ ਟੋਪਿਕ ਖਤਮ ਕਰਾਂਗਾ ਅਤੇ ਮੈਂ ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਦਊਂਗਾ। ਜੇ ਸਵਾਲ ਜ਼ਿਆਦਾ ਹੋਣਗੇ, ਟਾਈਮ ਘੱਟ ਹੋਏਗਾ, ਤਾਂ ਆਪਣਾ ਤੁਸੀਂ ਕੰਟੈਕਟ ਨੰਬਰ, ਮੋਬਾਈਲ ਨੰਬਰ ਜ਼ਰੂਰ ਮੈਨੂੰ ਇਨਬੋਕਸ ਕਰ ਦਿਓ ਜਾਂ ਕਮੈਂਟ ਬੋਕਸ ਵਿੱਚ ਛੱਡ ਦਿਓ। ਮੈਂ ਜਾਂ ਮੇਰੀ ਟੀਮ ਲਾਈਵ ਸੈਸ਼ਨ ਖਤਮ ਕਰਨ ਤੋਂ ਬਾਅਦ ਤੁਹਾਡੇ ਉਸ ਸਵਾਲ ਨੂੰ ਜਵਾਬ ਦੇਣ ਦੀ ਕੋਸ਼ਿਸ਼ 100% ਕਰਾਂਗੇ। ਬਾਕੀ ਤੁਹਾਡਾ ਕਿਸੇ ਵੀ ਕੰਟਰੀ ਦੇ ਟੂਰਿਸਟ ਵੀਜ਼ਾ ਸੰਬੰਧਿਤ, ਸਟੂਡੈਂਟ ਵੀਜ਼ਾ ਸੰਬੰਧਿਤ, ਸਪਾਊਸ ਵੀਜ਼ਾ ਸੰਬੰਧਿਤ ਜਾਂ ਪੱਕੇ ਤੌਰ 'ਤੇ PR ਲੈਣ ਸੰਬੰਧਿਤ ਤੁਹਾਡਾ ਕਿਸੇ ਕੰਟਰੀ ਦਾ ਸਵਾਲ ਹੈ, ਜਾਂ ਤੁਸੀਂ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਹੋ ਕਿਸੇ ਕੰਟਰੀ ਦੀ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕਰੀਅਰ ਕਾਉਂਸਲਿੰਗ ਲੈਣਾ ਚਾਹੁੰਦੇ ਹੋ, ਤਾਂ ਮੇਰਾ ਇਹ ਲਾਈਵ ਸੈਸ਼ਨ ਤੁਹਾਡੇ ਲਈ ਬੜਾ ਲਾਹੇਵੰਦ ਸਾਬਤ ਹੋ ਸਕਦਾ। ਤੁਸੀਂ ਲਾਈਵ ਮੇਰੇ ਨਾਲ ਜੁੜ ਕੇ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹੋ। ਸੰਧੂ ਸਾਹਿਬ, ਨਹੀਂ ਅੰਮ੍ਰਿਤਸਰ ਆਫਿਸ ਕੋਈ ਨਹੀਂ ਹੈ ਜੀ, ਐਂਡ ਫਿਲਹਾਲ ਖੋਲ੍ਹਣ ਦਾ ਪਲਾਨ ਵੀ ਕੋਈ ਨਹੀਂ ਆ, ਬਿਕੋਜ਼ ਇਸ ਟਾਈਮ 4 ਆਫਿਸ ਚੱਲ ਰਹੇ ਆ, ਮੈਲਬਰਨ, ਸਿਡਨੀ, ਮੈਲਬਰਨ ਦੇ ਵਿੱਚ, ਨਵੇਂ ਸ਼ਹਿਰ ਦੇ ਵਿੱਚ, ਮੋਹਾਲੀ 'ਚ ਅਤੇ ਜਲੰਧਰ 'ਚ, ਅਤੇ ਇਹ 4 ਆਫਿਸ ਨੂੰ ਚੰਗੇ ਤਰੀਕੇ ਚਲਾ ਲਈਏ ਤਾਂ ਬੜੀ ਵੱਡੀ ਬਹਾਦਰੀ ਹੈ। ਮੈਂ ਹੋਰ ਦਫ਼ਤਰ 'ਚ ਹਾਲੇ ਖੋਲ੍ਹਣ ਦਾ ਇੰਟਰਸਟਡ ਨਹੀਂ ਹੈ, ਬਾਕੀ ਜਦੋਂ ਖੋਲ੍ਹਾਂਗੇ ਡੈਫੀਨੇਟਲੀ ਤੁਹਾਨੂੰ ਸਾਰਿਆਂ ਨੂੰ ਦੱਸਦਾ ਜਾਏਗਾ। ਸੋ ਸਭ ਤੋਂ ਪਹਿਲਾਂ ਮੁਬਾਰਕਾਂ ਉਹਨਾਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ CBSE ਦਾ ਰਿਜ਼ਲਟ ਆ ਚੁੱਕਿਆ ਪਲੱਸ ਟੂ ਦਾ ਜੀ, ਬੜਾ ਵਧੀਆ ਰਿਜ਼ਲਟ ਆਇਆ ਸੁਣਿਆ, ਪੰਜਾਬ ਦੇ ਬੱਚਿਆਂ ਦਾ ਵੀ, ਬਾਕੀ ਸਟੇਟਸ ਵਾਲੇ ਬੱਚਿਆਂ ਦਾ ਵੀ। ਸੋ ਕੋਂਗਰੈਚੁਲੇਸ਼ਨਸ ਟੂ ਆਲ ਆਫ ਦੈਮ ਜਿਨ੍ਹਾਂ ਨੇ ਅੱਛੇ ਸਕੋਰ ਲਏ, ਐਂਡ ਜਿਨ੍ਹਾਂ ਦੇ ਸਕੋਰ ਘੱਟ ਆਏ, ਮਾਰਕਸ ਘੱਟ ਆਏ, ਕੋਈ ਗੱਲ ਨਹੀਂ, ਹਿੰਮਤ ਹਾਰਨ ਦੀ ਲੋੜ ਨਹੀਂ, ਰੀਅਪੀਅਰ ਦੇ ਕੇ ਜਾਂ ਇੰਪਰੂਵਮੈਂਟ ਟੈਸਟ ਦੇ ਕੇ ਆਪਣੇ ਮਾਰਕਸ ਵਧਾਏ ਜਾ ਸਕਦੇ ਆ। ਅਤੇ ਪਰਸੋਂ ਸੁਣਿਆ ਪੰਜਾਬ ਬੋਰਡ ਦਾ ਵੀ ਰਿਜ਼ਲਟ ਸ਼ਾਇਦ ਆ ਜਾਣਾ, ਸੋ ਉਹਨਾਂ ਬੱਚਿਆਂ ਨੂੰ ਵੀ ਮੇਰੇ ਵੱਲੋਂ ਸ਼ੁਭਕਾਮਨਾਵਾਂ, ਅਤੇ ਉਹ ਰੱਬ ਕਰੇ ਉਹਨਾਂ ਦਾ ਵੀ ਜੋ ਰਿਕੁਆਇਰਡ ਮਾਰਕਸ ਉਹ ਸੋਚੇ ਉਹਨਾਂ ਨੇ, ਰਿਕੁਆਇਰਡ ਮਾਰਕਸ ਉਹਨਾਂ ਨੂੰ ਮਿਲਣ। ਹੁਣ ਅਗਲਾ ਸਪਤੰਬਰ ਦਾ ਸੈਸ਼ਨ ਚੱਲ ਰਿਹਾ ਜੀ ਕੈਨੇਡਾ ਦਾ, ਜੁਲਾਈ ਇਨਟੇਕ ਚੱਲ ਰਿਹਾ ਆਸਟ੍ਰੇਲੀਆ ਦਾ, ਅਤੇ ਜੂਨ ਜੁਲਾਈ ਇਨਟੇਕ ਚੱਲ ਰਿਹਾ ਨਿਊਜ਼ੀਲੈਂਡ ਦਾ, ਸਪਟੰਬਰ ਇਨਟੇਕ ਚੱਲ ਰਿਹਾ UK ਦਾ, ਅਕਤੂਬਰ ਇਨਟੇਕ ਚੱਲ ਰਿਹਾ ਜਪਾਨ ਦਾ, ਅਤੇ ਜਨਵਰੀ ਇਨਟੇਕ ਚੱਲ ਰਿਹਾ ਸਾਊਥ ਕੋਰੀਆ ਦਾ, ਐਂਡ ਅਕਤੂਬਰ ਤੋਂ ਨਵੰਬਰ ਇਨਟੇਕ ਚੱਲ ਰਿਹਾ ਯੂਰਪ ਦੀਆਂ ਯੂਨੀਵਰਸਿਟੀਜ਼ ਦਾ। ਸੋ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਨਿੱਘਾ ਸੱਦਾ, ਜੀ ਆਇਆਂ ਨੂੰ। ਉਹ ਆਪਣਾ ਕੇਸ ਅਗਰ RS ਗੁਬਲ ਦੀਆਂ ਸੇਵਾਵਾਂ ਲੈ ਕੇ ਸ਼ੁਰੂ ਕਰਨਾ ਚਾਹੁੰਦੇ ਆ, ਤਾਂ ਡੈਫੀਨੇਟਲੀ ਦੇ ਕੈਨ RS ਗੁਬਲ ਦੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਦਫ਼ਤਰਾਂ 'ਚ ਜਾ ਕੇ ਮੇਰੀ ਐਕਸਪਰਟ ਕਾਊਂਸਲਰ ਨੂੰ ਮਿਲ ਕੇ, ਜਾਂ ਫਿਰ ਜੇ ਮੇਰੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਮੇਰੀ ਅਵੇਲੇਬਿਲਟੀ ਕਿਹੜੇ ਦਿਨ ਕਿਹੜੇ ਦਫ਼ਤਰ 'ਚ ਹੈ, ਜਿਵੇਂ ਕਿ ਇਸ ਥਰਸਡੇ, ਕਮਿੰਗ ਥਰਸਡੇ ਜਿਹੜਾ ਆਉਣਾ, ਡੇਟ ਬਣਦੀ ਮੈਂ ਅੱਜ ਅਨਾਊਂਸ ਕਰਦੇ ਹਾਂ, ਡੇਟ ਬਣਦੀ ਉੱਦਣ 16 ਯੈਸ ਸੋਰੀ 9 ਤਰੀਕ 9 ਅਪ੍ਰੈਲ ਨੂੰ 9 ਮਈ ਨੂੰ ਸੋਰੀ 9 ਮਈ ਨੂੰ ਥਰਸਡੇ ਵਾਲੇ ਦਿਨ ਮੈਂ ਆਪਣੇ ਨਵਾਂਸ਼ਹਿਰ ਆਫਿਸ ਹੋਵਾਂਗਾ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ, ਐਂਡ ਫਰਾਈਡੇ ਵਾਲੇ ਦਿਨ ਯਾਨੀ ਕਿ 10 ਤਰੀਕ ਨੂੰ ਆਪਣੇ ਮੋਹਾਲੀ ਆਫਿਸ 'ਚ ਹੋਵਾਂਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ। ਸੋ ਅਗਰ ਮੋਹਾਲੀ ਔਰ ਨਵਾਂਸ਼ਹਿਰ ਦੇ ਨੇੜੇ ਦੇ ਰਹਿਣ ਵਾਲੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਆਪਣੇ ਕੇਸ ਦੇ ਸੰਬੰਧਿਤ ਕੋਈ ਡਿਸਕਸ਼ਨ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਦਫ਼ਤਰਾਂ 'ਚ ਆ ਕੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ 'ਚ ਮਿਲਿਆ ਜਾ ਸਕਦਾ ਮੈਨੂੰ। ਨੰਬਰ ਹੈ ਜੀ 70590705097050970509। ਸੋ ਡਿਸਕਸ਼ਨ ਸ਼ੁਰੂ ਕਰਦੇ ਹਾਂ ਜੀ। ਪਹਿਲਾਂ ਸ਼ੁਰੂਆਤ ਉਹਨਾਂ ਬੱਚਿਆਂ ਦੀ ਜਿਹੜੇ ਬੱਚੇ ਪਲੱਸ ਟੂ ਪਾਸ ਕਰ ਚੁੱਕੇ ਨੇ, ਰਿਜ਼ਲਟ ਆ ਚੁੱਕੇ ਨੇ। ਦੋਸਤੋ ਸਮਾਂ ਖਰਾਬ ਨਾ ਕਰੋ, ਕਿਉਂਕਿ 12ਵੀਂ ਕਲਾਸ ਪਾਸ ਕਰਨ ਤੋਂ ਬਾਅਦ 95% ਬੱਚਿਆਂ ਦਾ ਜਿਹੜਾ ਟਾਈਮ ਹੈ ਉਹ ਖਰਾਬ ਹੁੰਦਾ, 1 ਸਾਲ ਦਾ ਗੈਪ ਉਹਨਾਂ ਦਾ ਪੈਂਦਾ ਪੈਂਦਾ, ਕਿਉਂਕਿ ਉਹ ਵਿਚਾਰਿਆਂ ਨੂੰ ਸਮਝ ਨਹੀਂ ਹੁੰਦੀ ਟਾਈਮ ਨੂੰ ਬਚਾਉਣਾ ਕਿਵੇਂ ਹੈ। ਹੁਣ ਅੱਜ ਜਿਹੜੇ ਬੱਚੇ 2019 ਦੇ ਇਮਤਿਹਾਨ ਦੇ ਚੁੱਕੇ ਨੇ, ਰਿਜ਼ਲਟ ਆ ਚੁੱਕੇ ਨੇ, ਹੁਣ IELTS ਸ਼ੁਰੂ ਕਰਨ ਲੱਗੇ ਨੇ, IELTS ਕਰਦਿਆਂ 3 ਤੋਂ 4 ਮਹੀਨੇ ਲਗਾਉਣਗੇ, ਯਾਨੀ ਕਿ ਅਗਸਤ ਪੈ ਗਿਆ, ਫਿਰ ਸਪਤੰਬਰ 'ਚ ਟੈਸਟ ਬੁੱਕ ਕਰਨਗੇ, ਸਪਤੰਬਰ ਐਂਡ 'ਚ ਜਾਂ ਅਕਤੂਬਰ 'ਚ ਰਿਜ਼ਲਟ ਆਏਗਾ, ਫਿਰ ਜਾ ਕੇ ਜਨਵਰੀ ਦਾ ਜਾਂ ਮਈ 2020 ਦਾ ਇਨਟੇਕ ਅਪਲਾਈ ਕਰਨਗੇ, ਯਾਨੀ ਕਿ 1 ਸਾਲ ਦਾ ਗੈਪ ਪੈ ਗਿਆ। ਪਰ ਜਿਹੜਾ ਸਿਆਣਾ ਬੱਚਾ ਨਾ, ਅੱਜ ਮੇਰੇ RS ਗਲੋਬਲ ਸਕੂਲ ਆਫ ਲੈਂਗੁਏਜ ਵਿੱਚ ਜਿੱਥੇ ਅਸੀਂ IELTS ਕਰਾਉਂਦੇ ਹਾਂ, ਮੇਰੇ ਕੋਲ ਤਕਰੀਬਨ 30 ਤੋਂ 32 ਬੱਚੇ ਇਹੋ ਜਿਹੇ ਜਿਹੜੇ ਸਾਡੇ ਰਿਜ਼ਲਟ ਦੀ ਵੇਟ ਕਰ ਰਹੇ ਆ ਪੰਜਾਬ ਬੋਰਡ ਦੇ,
ਸੋ 30-32 ਬੱਚੇ ਇਹੋ ਜਿਹੇ ਜਿਨ੍ਹਾਂ ਦਾ ਹਾਲੇ ਰਿਜ਼ਲਟ ਵੀ ਨਹੀਂ ਆਇਆ, 35 ਬੱਚੇ ਸਮਥਿੰਗ ਇਹੋ ਜਿਹੇ ਨੇ ਜਿਨ੍ਹਾਂ ਦਾ ਹਾਲੇ ਤੱਕ ਰਿਜ਼ਲਟ ਨਹੀਂ ਆਇਆ, ਐਂਡ ਉਹ ਪਹਿਲਾਂ ਹੀ ਆਪਣੀ IELTS ਕੋਚਿੰਗ ਸ਼ੁਰੂ ਕਰ ਦੇਣ, ਮਹੀਨਾ ਮਹੀਨਾ ਵੀ ਹੋ ਚੁੱਕਿਆ। ਸੋ ਜਦ ਤੱਕ ਉਹਨਾਂ ਦਾ ਰਿਜ਼ਲਟ ਹੋਣਾ ਤਦ ਤੱਕ ਉਹਨਾਂ ਦੇ ਹੱਥ 'ਚ IELTS ਸਰਟੀਫਿਕੇਟ ਹੋਏਗਾ। ਸੋ ਸਿਆਣਪ ਤਾਂ ਉਹਨੂੰ ਕਹਿੰਦੇ ਆ, ਬਟ ਫਿਰ ਵੀ ਜੋ ਦੇਰ ਆਏ ਦਰੁਸਤ ਆਏ, ਹਾਲੇ ਵੀ ਸਮਾਂ ਨਹੀਂ ਵਿਗੜਿਆ, ਹਾਲੇ ਵੀ ਕਹਿੰਦੇ ਨੇ ਡੋਲਿਆਂ ਬੇਰਾਂ ਦਾ ਕੁਛ ਨਹੀਂ ਵਿਗੜਿਆ, ਤੁਸੀਂ ਹਾਲੇ ਵੀ ਅਗਰ IELTS ਕੋਚਿੰਗ ਸ਼ੁਰੂ ਕਰਦੇ ਹੋ ਤਾਂ ਵੀ ਤੁਸੀਂ ਸਪਤੰਬਰ ਇਨਟੇਕ ਨੂੰ ਟਾਰਗੇਟ ਕਰ ਸਕਦੇ ਹੋ, ਮਹੀਨਾ ਡੇਢ ਮਹੀਨਾ ਕੋਚਿੰਗ ਲੈਣ ਤੋਂ ਬਾਅਦ ਵੀ। ਸੋ ਜਿਹੜੇ ਬੱਚਿਆਂ ਦੇ ਇਗਜ਼ਾਮ ਦੇ ਰਿਜ਼ਲਟ ਆ ਚੁੱਕੇ ਨੇ ਜਾਂ ਜਿਹੜੇ ਰਿਜ਼ਲਟ ਦੀ ਵੇਟ ਕਰ ਰਹੇ ਨੇ, ਡੋਂਟ ਵੇਸਟ ਯੋਰ ਟਾਈਮ। ਅਗਰ ਕੈਨੇਡਾ ਪੜ੍ਹਨ ਜਾਣਾ, ਆਸਟ੍ਰੇਲੀਆ ਪੜ੍ਹਨ ਜਾਣਾ ਜਾਂ ਨਿਊਜ਼ੀਲੈਂਡ ਪੜ੍ਹਨ ਜਾਣਾ, ਤਾਂ ਇੱਕੋ ਇੱਕ ਮੇਨ ਫਾਊਂਡੇਸ਼ਨ ਹੈ, ਇੱਕੋ ਇੱਕ ਮੇਨ ਜੜ ਹੈ, ਮੇਨ ਨੀਂਹ ਹੈ, ਉਹ ਨੀਂਹ ਕਿਹੜੀ ਹੈ? IELTS। ਸੋ ਚੰਗਾ IELTS ਦਾ ਸਕੋਰ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ, ਚੰਗੇ ਕਾਲਜ ਦੇ ਵਿੱਚ, ਚੰਗੇ ਕੋਰਸ ਵਿੱਚ ਦਾਖਲਾ ਕਰਾਉਣ 'ਚ ਹੈਲਪ ਕਰ ਸਕਦਾ ਤੁਹਾਡੀ। ਕੈਨੇਡਾ ਦੀ ਗੱਲ ਕਰਾਂ, 6 ਬੈਂਡ ਈਚ ਮੋਡਿਊਲ ਚਾਹੀਦੇ ਨੇ, ਰੀਡਿੰਗ, ਲਿਸਨਿੰਗ, ਰਾਈਟਿੰਗ, ਸਪੀਕਿੰਗ, ਚਾਰੇ ਮੋਡਿਊਲ 'ਚੋਂ ਯੂ ਸ਼ੁੱਡ ਹੈਵ 6 ਬੈਂਡਸ ਇਨ ਈਚ ਮੋਡਿਊਲ। ਆਸਟ੍ਰੇਲੀਆ ਪੜ੍ਹਨ ਜਾਣਾ, ਯੂ ਸ਼ੁੱਡ ਹੈਵ 6 ਬੈਂਡ ਓਵਰਆਲ, ਨੋਟ ਲੈਸ ਦੈਨ 5.5 ਅਗਰ ਤੁਸੀਂ ਡਾਇਰੈਕਟਲੀ ਡਿਗਰੀ ਬੈਚਲਰ 'ਚ ਪੜ੍ਹਨ ਜਾਣਾ। ਜੇ ਮੈਂ ਬੈਚਲਰ ਵਾਲੇ ਬੱਚੇ ਲਈ ਗੱਲ ਕਰਾਂ ਤਾਂ 6.5 ਓਵਰਆਲ, 6 ਈਚ ਰਿਕੁਆਇਰਮੈਂਟ ਆ। ਸੋ ਨੋਰਮਲੀ ਮੰਨ ਕੇ ਚਲੋ ਵੀ 6 ਤੋਂ 6.5 ਬੈਂਡ ਦੀ ਰਿਕੁਆਇਰਮੈਂਟ ਹੈ। ਇੱਕ ਪੰਜਾਬ ਬੋਰਡ ਵਾਲੇ ਬੱਚੇ ਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਕੋਚਿੰਗ ਲੈਂਦੇ ਆ 3-6 ਬੈਂਡ ਤੱਕ ਪਹੁੰਚਣ ਲਈ, ਐਂਡ CBSE ਵਾਲੇ ਬੱਚੇ ਨੂੰ 1.5 ਤੋਂ 2 ਮਹੀਨੇ। ਸੋ RS ਗਲੋਬਲ ਸਕੂਲ ਆਫ ਲੈਂਗੁਏਜ ਜਲੰਧਰ ਔਰ ਨਵਾਂਸ਼ਹਿਰ ਵਿੱਚ ਚੱਲ ਰਿਹਾ, ਜਿੱਥੇ ਤੁਸੀਂ IELTS ਦੀ ਇੱਕ ਐਕਸਪਰਟਾਈਜ਼, ਤੁਸੀਂ ਉੱਥੇ ਕਾਊਂਸਲਿੰਗ ਲੈ ਕੇ ਤੁਸੀਂ ਆਪਣੀ ਟ੍ਰੇਨਿੰਗ ਸ਼ੁਰੂ ਕਰ ਸਕਦੇ ਹੋ, ਐਂਡ ਆਪਣੇ ਮਨ ਚਾਹੇ ਬੈਂਡਸ ਤੱਕ ਦਾ ਜੋ ਟਾਰਗੇਟ ਹੈ ਉਹ ਪੂਰਾ ਕਰ ਸਕਦੇ ਹੋ। ਸੋ ਗੱਲ ਕਰਾਂਗੇ ਮੇਨ ਟੋਪਿਕ ਜੋ ਅੱਜ ਦਾ ਸੀਗਾ, ਉਹ ਹੈ ਜੀ ਰਿਫਿਊਜ਼ਲ ਕੇਸਿਸ ਵਾਲੇ ਬੱਚੇ ਵਿਦਿਆਰਥੀ। ਸਾਨੂੰ RS ਗਲੋਬਲ ਨੂੰ ਰਿਫਿਊਜ਼ਲ ਕੇਸ ਐਕਸਪਰਟ ਸ਼ਾਇਦ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਕਹਿੰਦੇ ਨੇ ਜਿੱਦਾਂ ਦੇ ਕਿਸੇ ਨੇ ਆਪਣੀ ਪਿੱਠ 'ਤੇ ਦਰਦ ਹੰਡਾਏ ਹੋਣ ਤਾਂ ਉਹਨੂੰ ਉਸ ਦਰਦ ਦਾ ਚੰਗਾ ਅਹਿਸਾਸ ਹੁੰਦਾ। ਜਿੱਥੋਂ ਤੱਕ RS ਗਲੋਬਲ ਦਾ ਸਵਾਲ ਹੈ ਜਾਂ ਮੇਰਾ ਆਪਣਾ ਸਵਾਲ ਹੈ, ਜਿੱਥੋਂ ਤੱਕ ਮੇਰੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਸਵਾਲ ਹੈ, ਤਾਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਰਿਫਿਊਜ਼ਲ ਤੋਂ ਕੀਤੀ ਸੀ। UK ਤੋਂ ਰਿਫਿਊਜ਼ ਸੀ 2003 ਦੇ ਵਿੱਚ। ਸੋ ਜਦੋਂ ਮੇਰਾ ਵੀਜ਼ਾ ਰਿਫਿਊਜ਼ ਹੋਇਆ ਸੀ, ਸਟੂਡੈਂਟ ਵੀਜ਼ਾ UK ਦਾ, ਬੜੀ ਮੈਨੂੰ ਵੀ ਧੱਕਾ ਲੱਗਾ, ਡਿਪਰੈਸ਼ਨ 'ਚ ਗਿਆ, ਬੜਾ ਦੁੱਖ ਲੱਗਾ, ਰੋਟੀ ਖਾਣ ਨੂੰ ਮਨ ਨਹੀਂ ਕਰਦਾ ਸੀ 2-4 ਦਿਨ ਤਾਂ, ਹੈ ਨਾ। ਬੜੇ ਮਾੜੇ ਮਾੜੇ ਨੈਗੇਟਿਵ ਖਿਆਲ ਮਨ 'ਚ ਆਉਂਦੇ ਸੀ, ਹੋ ਕੀ ਗਿਆ ਸਾਡੇ ਨਾਲ, ਕਿਉਂਕਿ ਸੁਪਨਿਆਂ ਦਾ ਜਿਹੜਾ ਮਹਿਲ ਸਜੋਇਆ ਸੀ ਨਾ ਉਹ ਟੁੱਟ ਜਾਂਦਾ ਜਦੋਂ, ਬੜਾ ਦੁੱਖ ਲੱਗਦਾ। ਸੋ ਖੁਦ ਫਿਰ ਰਿਸਰਚ ਕੀਤੀ, ਰਿਫਿਊਜ਼ਲ ਲੈਟਰ ਪੜ੍ਹੀ, ਵੀਜ਼ਾ ਅਫਸਰ ਚਾਹੁੰਦਾ ਕੀ ਆ, ਮੇਰੀ ਫਾਈਲ 'ਚ ਲੱਗਾ ਕੀ ਸੀਗਾ, ਗਲਤੀਆਂ ਕੱਢੀਆਂ, ਖੁਦ ਆਪਣਾ ਵੀਜ਼ਾ ਅਪਲਾਈ ਕੀਤਾ, ਵੀਜ਼ਾ ਲੈ ਕੇ ਪੜ੍ਹ ਕੇ ਵਾਪਸ ਆਇਆ। ਸੋ ਉਹ ਸਟੋਰੀ ਮੈਂ ਆਲਰੇਡੀ ਕਈ ਵਾਰ ਆਪਣੇ ਸ਼ੋਅਜ਼ ਵਿੱਚ ਦੱਸ ਚੁੱਕਿਆ ਬੱਚਿਆਂ ਨੂੰ। ਸੋ ਮੈਨੂੰ ਲੱਗਦਾ ਕਿ ਮੈਂ ਕਿਸੇ ਰਿਫਿਊਜ਼ਲ ਵਾਲੇ ਬੱਚੇ ਨੂੰ ਇੱਕ ਕਲਾਇੰਟ ਦੀ ਨਿਗਾਹ ਨਾਲ ਨਹੀਂ ਦੇਖਦਾ, ਮੈਂ ਉਹਨੂੰ ਅੱਜ ਤੋਂ 12 ਸਾਲ 15 ਸਾਲ ਪੁਰਾਣਾ ਰਾਹੀ ਦੀ ਨਜ਼ਰਾਂ ਨਾਲ ਦੇਖਦਾ ਕਿ ਇਹ ਉਹ ਵਿੱਚ ਇਹਦੇ 'ਚ ਉਹੀ ਪੁਰਾਣਾ ਰਾਹੀ ਹੈ ਜਿਹਦਾ ਰਿਫਿਊਜ਼ ਹੋਇਆ। ਸੋ ਰਿਫਿਊਜ਼ਲ ਵਾਲੇ ਬੱਚਿਆਂ ਲਈ ਮੈਂ ਲਾਸਟ ਵੀਕ ਵੀ ਅਨਾਊਂਸਮੈਂਟ ਕੀਤਾ ਸੀ ਕਿ ਅਗਰ ਤੁਹਾਡਾ ਕੈਨੇਡਾ ਤੋਂ ਰਿਫਿਊਜ਼ਲ ਹੈ, UK ਤੋਂ, ਨਿਊਜ਼ੀਲੈਂਡ ਤੋਂ, US ਤੋਂ, ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਚੁੱਕਾ ਤੁਹਾਡਾ ਕੇਸ, ਤੁਸੀਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਉਹਨਾਂ ਬੱਚਿਆਂ ਦੀ ਸਾਰੀ ਫੀਸ RS ਗਲੋਬਲ ਪੇ ਕਰੇਗੀ, ਮੈਂ ਜ਼ਿੰਮੇਵਾਰੀ ਲੈਣਾ। ਇੱਕ ਵੱਡਾ ਭਰਾ ਹੋਣ ਦੇ ਨਾਤੇ, ਇੱਕ ਤੁਹਾਡਾ ਵੈਲ ਵਿਸ਼ਰ ਹੋਣ ਦੇ ਨਾਤੇ, ਜਾਂ ਜੋ ਮਰਜ਼ੀ ਰਿਸ਼ਤਾ ਦੇ ਦਿਓ, ਉਸਦੇ ਨਾਤੇ ਮੈਂ ਤੁਹਾਡੀ ਫੀਸ ਆਪਣੇ ਕੋਲੋਂ ਪੇ ਕਰਾਂਗਾ, ਯੂਨੀਵਰਸਿਟੀ ਦੀ ਆਪਣੇ ਕੋਲੋਂ ਹੀ ਇੰਸ਼ੋਰੈਂਸ ਪੇ ਕਰਾਂਗਾ, ਆਪਣੇ ਕੋਲੋਂ ਐਮਬੈਸੀ ਫੀਸ ਪੇ ਕਰਾਂਗਾ, ਤੁਹਾਡੇ ਕੋਲ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਊਂਗਾ। ਔਰ ਇਹ ਮੈਂ ਕੋਈ ਪੈਕੇਜ ਸਿਸਟਮ ਸ਼ੁਰੂ ਨਹੀਂ ਕੀਤਾ, ਮੈਂ ਬਾਰ ਬਾਰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ RS ਗਲੋਬਲ ਨੇ ਕੋਈ ਪੈਕੇਜ ਸਿਸਟਮ ਸ਼ੁਰੂ ਨਹੀਂ ਕੀਤਾ ਲੋਕਾਂ ਲਈ ਵੀ 20-20 ਲੱਖ ਦਾ, 15-15 ਲੱਖ ਦਾ ਪੈਕੇਜ ਸ਼ੁਰੂ ਕਰਤਾ ਲੋਕਾਂ ਨੂੰ, ਲੋਕਾਂ ਦੀ ਗੱਲ ਵੱਢਣ ਲਈ। ਇਹ ਸਿਰਫ ਸਹੂਲਤ ਦਿੱਤੀ ਜਾ ਰਹੀ ਆ ਉਹਨਾਂ ਵਿਦਿਆਰਥੀਆਂ ਨੂੰ ਇੱਕ ਸੋਸ਼ਲ ਕੌਜ਼ ਦੇ ਲਈ ਜਿਨ੍ਹਾਂ ਦੇ ਮਾਂ ਪਿਓ ਉਹਨਾਂ 'ਤੇ ਦੁਬਾਰਾ ਪੈਸਾ ਖਰਚਣ 'ਤੇ ਵਿਸ਼ਵਾਸ ਨਹੀਂ ਕਰ ਰਹੇ, ਇੱਕ ਵਾਰ ਪੈਸਾ ਖਰਾਬ ਕਰ ਚੁੱਕੇ ਆ। ਕਿਉਂਕਿ ਅੱਜ ਜਿਹੜਾ ਬੱਚਾ ਕੈਨੇਡਾ ਤੋਂ ਰਿਫਿਊਜ਼ ਹੁੰਦਾ ਨਾ, ਲਗਭਗ 1-1.5 ਲੱਖ ਖਰਾਬ ਹੁੰਦਾ ਉਸ ਬੱਚੇ ਦਾ, ਅਤੇ ਉਹਦੇ ਮਾਂ ਪਿਓ ਦੁਆਰਾ ਪੈਸਾ ਲਾਉਣ ਲਈ ਉੱਤੇ ਰੈਡੀ ਨਹੀਂ ਹੁੰਦੇ। ਸੋ ਜਿਹੜਾ ਬੱਚਾ 2018 ਦਾ, 2019 ਪਾਸ ਆਊਟ ਹੈ, ਉਹਦੇ +2 'ਚ ਨੰਬਰ 60% ਤੋਂ ਉੱਪਰ ਹੈ,
ਆਇਲਟਸ 6 ਬੈਂਡ ਓਵਰਆਲ ਨੋਟ ਲੈਸ ਦੈਨ 5.5 ਉਸ ਬੱਚੇ ਦੀ ਫਾਈਲ ਮੈਂ ਅਸੈਪਟ ਕਰਨ ਨੂੰ ਤਿਆਰ ਹਾਂ, ਫੀਸ ਆਪਣੇ ਕੋਲੋਂ ਭਰਨ ਨੂੰ ਤਿਆਰ ਹਾਂ, ਅੰਬੈਸੀ ਫੀਸ ਤਾਂ ਕੋਲੋਂ ਭਰੂੰਗਾ, ਅੰਬੈਸੀ ਇੰਸ਼ੋਰੈਂਸ ਤੱਕ ਆਪਣੇ ਕੋਲੋਂ ਭਰਾਂਗਾ, ਬੱਚੇ ਕੋਲ ਪੈਸੇ ਲਵਾਂਗੇ ਜਿਸ ਦਿਨ ਬੱਚੇ ਦਾ ਵੀਜ਼ਾ ਲੱਗੇਗਾ, ਉਸ ਬੱਚੇ ਕੋਲ ਕੋਈ ਪ੍ਰੋਸੈਸਿੰਗ ਫੀਸ ਕੋਈ ਕਿਸੇ ਤਰ੍ਹਾਂ ਦੀ ਫੀਸ ਚਾਰਜ ਨਹੀਂ ਕਰਾਂਗਾ। ਬਟ ਇਹ ਸਿਰਫ ਉਹਨਾਂ ਬੱਚਿਆਂ ਦੇ ਲਈ ਜੋ ਰਿਫਿਊਜ਼ਲ ਨੇ। ਸੋ ਜਿਹੜੇ ਪੰਜਾਬ ਦੇ ਬੱਚੇ ਨੇ, ਮੈਂ ਐਵਰੇਜ ਬੇਸ 'ਤੇ ਅਗਰ ਗੱਲ ਕਰਾਂ ਸਾਰੀਆਂ ਕੰਟਰੀਜ਼ ਨੂੰ ਮਿਲਾ ਕੇ, ਤਾਂ ਪੰਜਾਬ ਦੇ ਵਿੱਚ ਜਿਹੜਾ ਬੱਚਾ ਬਾਹਰ ਜਾਣ ਦਾ ਚਾਹਵਾ ਨਾ, ਅਗਰ 100 ਬੱਚੇ ਬਾਹਰ ਜਾਣਾ ਚਾਹੁੰਦੇ ਆ, ਤਕਰੀਬਨ 55 ਤੋਂ ਲੈ ਕੇ 65% ਸਟੂਡੈਂਟਸ ਇਹੋ ਜਿਹੇ ਨੇ, ਮਤਲਬ ਅੱਧਿਓਂ ਵੱਧ ਇਹੋ ਜਿਹੀ ਗਿਣਤੀ ਬੱਚਿਆਂ ਦੀ ਹੈ ਜਿਹੜੇ ਇੱਕ ਵਾਰ ਜਾਂ ਦੋ ਵਾਰ ਜਾਂ ਤਿੰਨ ਵਾਰ ਰਿਫਿਊਜ਼ ਹੋ ਚੁੱਕੇ ਆ। ਇੱਕ ਵਾਰ ਰਿਫਿਊਜ਼ ਦੀ ਗੱਲ ਕਰਾਂ ਉਹ ਤਾਂ ਘੱਟੋ ਘੱਟ 60-70% ਟੱਪ ਚੁੱਕੇ ਹੋਣਗੇ, ਜਿੰਨਾ ਕੁ ਮੇਰਾ ਡਾਟਾ, ਜਿੰਨੀ ਕੁ ਮੇਰੀ ਰਿਸਰਚ, ਜਿੰਨੀ ਕੁ ਆਪਣਾ ਕੰਮ ਕਰਦੀ ਹੈ, ਤਕਰੀਬਨ 60-65% ਬੱਚੇ ਇਹੋ ਜਿਹੇ ਨੇ ਪੰਜਾਬ ਦੇ ਵਿੱਚ ਜਿਹੜੇ ਇੱਕ ਵਾਰ ਰਿਫਿਊਜ਼ ਹੋ ਚੁੱਕੇ ਆ। ਤਕਰੀਬਨ 40-50% ਬੱਚੇ ਇਹੋ ਜਿਹੇ ਨੇ ਜਿਹੜੇ ਤਕਰੀਬਨ 2-3 ਰਿਫਿਊਜ਼ਲ ਲਵਾ ਚੁੱਕੇ ਨੇ। ਸੋ ਉਹਨਾਂ ਬੱਚਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਦੋਸਤੋ। ਹਮੇਸ਼ਾ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੀ ਪ੍ਰੋਫਾਈਲ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਬੰਦਾ ਸਿੱਧਾ ਤੁਰ ਰਿਹਾ ਤਾਂ ਬੰਦਾ ਤੁਰੀ ਜਾਏਗਾ, ਜਦੋਂ ਪੁੱਠਾ ਤੁਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹਦਾ ਠੇਡਾ ਲੱਗ ਕੇ ਡਿੱਗਣਾ ਜਾਂ ਸਿਰ ਦੇ ਭਾਰ ਸੱਟ ਲੱਗਣੀ ਸੁਭਾਵਿਕ ਆ, ਕਿਉਂਕਿ ਸਿੱਧਾ ਤੁਰਨ ਨਾਲ, ਇਹ ਨੇਚਰ ਦਾ ਰੂਲ ਹੈ ਕਿ ਸਿੱਧਾ ਤੁਰਨ ਨਾਲ ਮੰਜ਼ਿਲਾਂ ਮਿਲਦੀਆਂ ਨੇ। ਪੁੱਠਾ ਤੁਰਾਂਗੇ, ਹਾਂ ਜਿਹਨੇ ਕਦੀ ਪ੍ਰੈਕਟਿਸ ਕੀਤੀ ਹੈ ਗਿਨੀਜ਼ ਵਰਲਡ ਬੁੱਕ ਰਿਕਾਰਡ 'ਚ ਨਾਂ ਦਰਜ ਕਰਨ ਦੀ, ਪੁੱਠਾ ਵੀ ਤੁੰਦਾ ਤੁਰ ਸਕਦਾ, ਉਹਦੀ ਗੱਲ ਨਹੀਂ ਕਰ ਰਿਹਾ ਮੈਂ, ਐਕਸੈਪਸ਼ਨ ਕੇਸ ਆਰ ਆਲਵੇਜ਼ ਦੇਅਰ। ਪਰ ਜੇ ਕੋਈ ਬੰਦਾ ਪੁੱਠਾ ਤੁਰੇਗਾ, ਮੂੰਹ ਸਿੱਧਾ ਅਤੇ ਬੈਕ ਸਟੈਪ ਪਿੱਠੇ ਪਿੱਛੇ ਲੈ ਕੇ ਜਾਏਗਾ, ਤਾਂ ਵਿਚਾਰਾ ਡਿੱਗੇਗਾ 10-15 ਕਦਮ, 20 ਕਦਮ ਬਾਅਦ ਡਿੱਗੇਗਾ ਡਿੱਗੇਗਾ। ਸੋ ਇਸ ਕਰਕੇ ਜਦੋਂ ਅਸੀਂ ਪੁੱਠੇ ਰਸਤੇ ਤੁਰਨ ਦੀ ਕੋਸ਼ਿਸ਼ ਕਰਦੇ ਨਾ, ਉਦੋਂ ਫਿਰ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਅੱਜ ਹੀ ਸਟੂਡੈਂਟ ਅਤੇ ਉਹਦੇ ਮੰਮੀ ਮਿਲਣ ਆਏ ਮੈਨੂੰ, ਚਲੋ ਮੈਂ ਨਾਮ ਨਹੀਂ ਦੱਸਣਾ, ਤਰਨ ਤਾਰਨ ਤੋਂ ਸੀ, ਜੋ ਲਾਈਵ ਦੇਖਦੇ ਹੋਣਗੇ ਤਾਂ ਕਹਿਣਗੇ ਸਾਡੇ ਬਾਰੇ ਗੱਲ ਕਰਤੀ। ਬੱਚਾ ਵਿਚਾਰਾ ਦੁਬਈ ਜਾਣਾ ਚਾਹੁੰਦਾ, ਕਿਉਂਕਿ ਬੱਚਾ ਕਹਿੰਦਾ ਭਾਅ ਜੀ ਮੇਰਾ ਪੜ੍ਹਾਈ 'ਚ ਇੰਟਰਸਟ ਨਹੀਂ ਹੈਗਾ, ਮੇਰਾ ਫਿਜ਼ਿਕ ਕੈਮਿਸਟਰੀ ਮੈਥ ਇਕਨੋਮਿਕਸ ਮੇਰਾ ਪੜ੍ਹਾਈ 'ਚ ਇੰਟਰਸਟ ਨਹੀਂ, ਮੈਂ ਧੱਕੇ ਨਾਲ ਘਰਦਿਆਂ ਨੇ ਕਹਿੰਦੇ ਪਲੱਸ ਟੂ ਪਾਸ ਕਰ ਲਈ 2017 'ਚ, ਜੋ ਨੰਬਰ ਵੀ ਉਹਦੇ ਆਈ ਥਿੰਕ 67% ਸਮਥਿੰਗ ਸੀਗੇ, ਪਲੱਸ ਟੂ ਪਾਸ ਤਾਂ ਮੈਂ ਕਰ ਲਈ ਬਟ ਅੱਗੇ ਮੇਰਾ ਪੜ੍ਹਾਈ 'ਚ ਇੰਟਰਸਟ ਨਹੀਂ ਹੈ। ਪਰ ਮੰਮੀ ਨੂੰ ਫਿਰ ਵੀ ਕੈਨੇਡਾ ਭੇਜਣ ਨੂੰ ਰਾਜੀ ਹੈ, ਬੱਚੇ ਕੋਲ ਆਇਲਟਸ ਨਹੀਂ ਹੈਗੀ, ਬੱਚਾ ਕਹਿੰਦਾ ਮੈਂ ਆਇਲਟਸ ਕਰ ਹੀ ਨਹੀਂ ਸਕਦਾ, ਮੰਮੀ ਫਿਰ ਵੀ ਉਹਨੂੰ ਵਿਦਾਊਟ ਆਇਲਟਸ ਵਾਲੀ ਕੰਟਰੀ ਲਾਟਵੀਆ ਲਿਥੁਆਨੀਆ ਇੱਧਰ ਭੇਜਣ ਨੂੰ ਤਿਆਰ ਹੈ। ਬੱਚਾ ਕਹਿੰਦਾ ਜੀ ਮੇਰਾ ਕਲਨਰੀ ਆਰਟਸ ਵਿੱਚ ਇੰਟਰਸਟ ਆ, ਮੈਂ ਸ਼ੌਂਕ ਪੂਰਾ ਕਰਨਾ ਚਾਹੁੰਦਾ, ਮੈਂ ਇੱਕ ਚੰਗਾ ਸ਼ੈਫ ਬਣਨਾ ਚਾਹੁੰਦਾ, ਮੈਂ ਬਣ ਨਹੀਂ ਸਕਦਾ ਮੈਨੂੰ ਪਤਾ, ਐਂਡ ਮੈਂ ਲਗਭਗ 3-4 ਮਹੀਨੇ ਚੰਗੀ ਰਿਸਰਚ ਵੀ ਕੀਤੀ ਕਾਲਜ ਬਾਰੇ, ICC ਬਾਰੇ, ਬਟ ਘਰਦੇ ਫਿਰ ਵੀ ਜਿੱਦ ਲੈ ਕੇ ਬੈਠੇ ਕੈਨੇਡਾ, ਕੈਨੇਡਾ ਉਹ ਕੈਨੇਡਾ ਦੀ ਜਿੱਦ ਬੱਚੇ ਨੂੰ ਰਿਫਿਊਜ਼ਲ ਕਰਾਊਗੀ। 2 ਸਾਲ ਖਰਾਬ ਤਾਂ ਕਰਾ ਚੁੱਕੀ ਹੈ, ਹੁਣ 2017 ਤੋਂ ਲੈ ਕੇ 2019 'ਚ ਬੈਠੇ ਆਪਾਂ, 2 ਸਾਲ ਦਾ ਗੈਪ ਤਾਂ ਪੈ ਚੁੱਕਾ, ਆਈ ਥਿੰਕ ਇੱਕ ਦੋ ਰਿਫਿਊਜ਼ ਵੀ ਹੋ ਚੁੱਕੇ ਸੀਗੇ। ਸੋ ਜਿੱਦਬਾਜ਼ੀ, ਜਦੋਂ ਕਿਸੇ ਤੁਸੀਂ ਜਿੱਦਬਾਜ਼ੀ 'ਚ ਪੈਂਦੇ ਹੋ, ਸਟਬਨ ਕਿਸੇ ਆਪਣੀ ਕਿਸੇ ਅੜੀ ਨੂੰ ਪਗਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਉਦੋਂ ਪੋਸੀਬਿਲਟੀਜ਼ ਤੁਹਾਡੀ ਸਕਸੈਸ ਦੇ ਬਹੁਤ ਘੱਟ ਹੁੰਦੀਆਂ, ਅਤੇ ਜਿਹੜੀ ਧੱਕਾ ਲੱਗਣ ਦੇ ਜਾਂ ਹਾਰ ਮਿਲਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਸੋ ਹਮੇਸ਼ਾ ਅਗਰ ਰਿਫਿਊਜ਼ਲ ਤੋਂ ਬਚਣਾ ਚਾਹੁੰਦੇ ਹੋ, ਆਪਣੀ ਪ੍ਰੋਫਾਈਲ, ਮੈਂ ਸਿਰਫ ਇੱਕ ਵੀਜ਼ਾ ਰਿਫਿਊਜ਼ਲ ਦੀ ਗੱਲ ਨਹੀਂ ਕਰ ਰਿਹਾ, ਪਰ ਜ਼ਿੰਦਗੀ 'ਚ ਕਿਸੇ ਵੀ ਟੈਸਟ ਨੂੰ ਪਾਸ ਕਰਨ ਨੂੰ, ਉਹਨੂੰ ਵੀ ਅਗਰ ਟੈਸਟ ਪਾਸ ਹੋਇਆ ਤਾਂ ਆਪਾਂ ਨੂੰ ਅਪਰੂਵਲ ਕਹਾਂਗੇ, ਨਹੀਂ ਹੋਇਆ ਤਾਂ ਰਿਫਿਊਜ਼ਲ ਕਹਾਂਗੇ। ਕਿਸੇ ਵੀ ਤਰ੍ਹਾਂ ਦੀ ਰਿਜੈਕਸ਼ਨਸ, ਕਿਸੇ ਵੀ ਤਰ੍ਹਾਂ ਦੀ ਰਿਜੈਕਸ਼ਨ ਦੀ ਗੱਲ ਕਰ ਰਿਹਾ ਮੈਂ, ਅਗਰ ਰਿਜੈਕਸ਼ਨ ਤੋਂ ਬਚਣਾ ਚਾਹੁੰਦੇ ਹੋ, ਪਹਿਲਾਂ ਆਪਣੀ ਕਾਬਲੀਅਤ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਜਿਹੜੇ ਬੱਚੇ ਅੱਜ ਰਿਫਿਊਜ਼ ਹੋ ਚੁੱਕੇ ਨੇ, ਮੇਰੀ ਵੀਡੀਓ ਦੇਖ ਰਹੇ ਹੋਣਗੇ, 100% ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ, ਜੇ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ ਤਾਂ ਤੁਹਾਡੀ ਆਪਣੀ ਗਲਤੀ ਨਾਲ ਹੋਇਆ ਹੋਏਗਾ, ਤੁਹਾਡੇ ਆਇਲਟਸ ਦੇ ਬੈਂਡ 6C 'ਚ ਨਹੀਂ ਹੋਣੇ, ਕਿਸੇ 'ਚੋਂ 5.5 ਹੋਣੇ ਆ, ਕਿਸੇ ਕੰਸਲਟੈਂਟ ਦੀ ਗੱਲਾਂ 'ਚ ਆ ਕੇ ਟੋਰੋਂਟੋ ਦੇ ਕਿਸੇ ਪ੍ਰਾਈਵੇਟ ਕਾਲਜ 'ਚ ਦਾਖਲਾ ਲੈ ਕੇ ਵੀਜ਼ਾ ਅਪਲਾਈ ਕੀਤਾ ਹੋਣਾ, ਜਿਹਨੇ ਕਿਹਾ ਹੋਊਗਾ ਫੀਸ ਆਫਟਰ ਵੀਜ਼ਾ ਲਵਾਂਗੇ, ਮੁੜ ਕੇ ਉਹ ਵਿਚਾਰੇ ਨੇ ਮਤਲਬ ਫੰਡ ਦੇ ਨਾਂ 'ਤੇ ਪੈਸੇ ਦਿੱਤੇ ਹੋਣਗੇ, ਅੰਬੈਸੀ ਫੀਸ ਵੀ ਪੇ ਕੀਤੀ ਹੋਏਗੀ, ਔਫਰ ਲੈਟਰ ਦਾ ਵੀ 10-15 ਹਜ਼ਾਰ ਪੇ ਕੀਤਾ ਹੋਏਗਾ, ਅਤੇ 2-3 ਮਹੀਨੇ ਬਾਅਦ ਹੱਥ 'ਚ ਰਿਫਿਊਜ਼ ਲੈਟਰ ਆ ਗਈ ਹੋਏਗੀ, ਅਤੇ ਨਾਲ ਪੱਲੇ 1.5-2 ਲੱਖ ਰੁਪਏ ਖਰਾਬ ਹੋ ਚੁੱਕਾ ਹੋਏਗਾ। ਇੱਦਾਂ ਹੀ ਹੋਇਆ ਹੋਏਗਾ, ਚੈੱਕ ਕਰਕੇ ਵੇਖ ਲਿਓ। ਜੇ ਆਸਟ੍ਰੇਲੀਆ ਕਿਸੇ ਬੱਚੇ ਦਾ ਵੀਜ਼ਾ ਰਿਫਿਊਜ਼ ਹੋਇਆ ਹੋਏਗਾ, 5.5 ਬੈਨ ਹੋਣੇ ਬੱਚੇ ਦੇ,
ਨੰਬਰ 60% ਤੋਂ ਘੱਟ ਹੋਣੇ ਆ ਕੰਸਲਟੈਂਟ ਦੀ ਗੱਲਾਂ 'ਚ ਆ ਕੇ ਵੀਜ਼ਾ ਅਪਲਾਈ ਕੀਤਾ ਹੋਣਾ, ਚੱਲ ਟਰਾਈ ਕਰਕੇ ਦੇਖ ਲੈਂਦੇ ਹਾਂ। ਪਤਾ ਬੱਚੇ ਨੂੰ ਵੀ ਆ, ਪਤਾ ਕੰਸਲਟੈਂਟ ਨੂੰ ਵੀ ਆ, ਪਰ ਦੋਨੋਂ ਟਰਾਈ ਟਰਾਈ ਕਰਨ ਦੇ ਚੱਕਰ 'ਚ ਕਿਸਮਤ ਅਜਮਾਈ ਕਰਦੇ ਆ, ਜੂਆ ਬਣਾ ਕੇ ਰੱਖਦਾ ਇਸ ਬਿਜ਼ਨਸ ਨੂੰ, ਇਸ ਪ੍ਰੋਫੈਸ਼ਨ ਨੂੰ, ਵੀ ਚਲੋ ਲੱਗ ਗਿਆ ਤਾਂ ਤੀਰ ਨਹੀਂ ਤਾਂ ਤੁੱਕਾ ਤਾਂ ਸਹੀ ਹੈ। ਸੋ ਇਹੋ ਜਿਹੀ ਟਰਾਈ ਤੋਂ ਬਚਣ ਦੀ ਲੋੜ ਹੈ। ਟਰਾਈ ਉਹ ਬੰਦਾ ਕਰੇ ਜਿਹਨੂੰ ਪਤਾ ਮੇਰੀ ਕਾਬਲੀਅਤ, ਮੇਰੀ ਐਲੀਜੀਬਿਲਿਟੀ ਬਣਦੀ ਹੈ। ਸੋ ਜਦੋਂ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ, ਸੋ ਕੈਨੇਡਾ ਵਾਲਾ ਬੱਚਾ ਕਿਸੇ ਇੱਕ 'ਚੋਂ, ਕਿਸੇ ਇੱਕ ਮੋਡਿਊਲ 'ਚੋਂ 95% ਕਰਕੇ ਰਿਫਿਊਜ਼ ਹੋਇਆ ਹੋਵੇਗਾ। ਆਸਟ੍ਰੇਲੀਆ ਵਾਲਾ ਬੱਚਾ ਜਾਂ ਤਾਂ ਪੜ੍ਹਾਈ 'ਚ 2 ਸਾਲ ਦਾ ਗੈਪ ਸੀ, 2017-16 ਪੜ੍ਹੇ ਹੋਣਗੇ ਤਾਂ ਰਿਫਿਊਜ਼ ਹੋਇਆ ਹੋਵੇਗਾ, ਜਾਂ ਆਇਲਟਸ 62.5 ਹੋਣਗੇ ਤਾਂ ਰਿਫਿਊਜ਼ ਹੋਇਆ ਹੋਵੇਗਾ। ਨਿਊਜ਼ੀਲੈਂਡ 'ਚੋਂ ਅਗਰ ਰਿਫਿਊਜ਼ਲ ਹੋ ਤਾਂ ਫੰਡ ਨੂੰ ਲੈ ਕੇ ਕੋਈ ਜੁਗਾੜਬੰਦੀ ਕੀਤੀ ਹੋਵੇਗੀ ਤਾਂ ਰਿਫਿਊਜ਼ ਹੋਇਆ ਹੋਵੇਗਾ। ਯੂਕੇ ਤੋਂ ਅਗਰ ਰਿਫਿਊਜ਼ ਹੋਏ ਹੋ, ਵੈਸੇ ਯੂਕੇ ਤੋਂ ਰਿਫਿਊਜ਼ਲ ਫਿਲਹਾਲ ਸੁਣਿਆ ਕੋਈ ਨਹੀਂ ਆਪਾਂ, ਜੇ ਯੂਕੇ ਤੋਂ ਰਿਫਿਊਜ਼ਲ ਹੋਏ ਹੋ ਤਾਂ ਡੈਫੀਨੇਟਲੀ ਇੰਗਲਿਸ਼ ਵੀਕ ਹੋਏਗੀ, ਟੈਸਟ ਜਿਹੜੀ ਤੁਹਾਡੀ ਇੰਟਰਵਿਊ ਹੁੰਦੀ ਅੰਬੈਸੀ ਵੱਲੋਂ ਜਾਂ ਯੂਨੀਵਰਸਿਟੀ ਨੂੰ ਕਲੀਅਰ ਨਹੀਂ ਕਰ ਪਏ ਹੋਵੋਗੇ ਤਾਂ ਰਿਫਿਊਜ਼ ਹੋਏਗਾ। ਸੋ ਡੈਫੀਨੇਟਲੀ ਤੁਹਾਡੀ ਉਸ ਰਿਫਿਊਜ਼ਲ ਦੇ ਪਿੱਛੇ ਤੁਹਾਡੀ ਕੋਈ ਨਾ ਕੋਈ ਜਿੱਦਬਾਜ਼ੀ, ਤੁਹਾਡੀ ਕੋਈ ਨਾ ਕੋਈ ਅੜੀ ਜ਼ਰੂਰ ਹੁੰਦੀ ਹੈ ਜੋ ਤੁਹਾਨੂੰ ਉਹ ਨੁਕਸਾਨ ਕਰਾਉਣ ਲਈ ਮਜਬੂਰ ਕਰਦੀ ਹੈ। ਹੁਣ ਅਗਰ ਅੱਜ ਤੁਹਾਡੀ ਕਿਸੇ ਚੀਜ਼ ਐਲੀਜੀਬਿਲਿਟੀ ਨਹੀਂ ਬਣਦੀ, ਫੋਰ ਐਗਜ਼ਾਮਪਲ ਮੈਂ ਆਪਣੀ ਗੱਲ ਕਰਦਾ, ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ, ਮਤਲਬ 5th-6th ਸਟੈਂਡਰਡ ਦੇ ਵਿੱਚ, ਤਾਂ ਮਤਲਬ ਪੁਲਿਸ ਵਾਲਿਆਂ ਨੂੰ ਵੇਖ ਕੇ ਨਾ ਮੇਰੇ ਮਨ 'ਚ ਬੜਾ ਹੁੰਦਾ ਸੀ ਕਿ ਯਾਰ ਮੈਂ ਵੀ ਪੁਲਿਸ ਆਫਿਸਰ ਬਣਨਾ, ਮਤਲਬ ਇੱਕ DSP ਬਣਨਾ, SP ਬਣਨਾ, ਬਣਨਾ, ਹੈ ਨਾ, ਮਤਲਬ ਸੁਪਨਾ ਸੀ ਮੇਰਾ, ਮਤਲਬ ਲੱਗਦਾ ਸੀ ਕਿ ਮੈਂ ਵੀ ਪੁਲਿਸ ਆਫਿਸਰ ਬਣ ਸਕਦਾ। ਪਰ ਜਿਵੇਂ ਜਿਵੇਂ ਮੈਂ ਹੌਲੀ ਹੌਲੀ ਗਰੋ ਅਪ ਹੋਇਆ, 12th ਕੀਤੀ, ਗ੍ਰੈਜੂਏਸ਼ਨ ਕੀਤੀ, UK ਗਿਆ, ਹੌਲੀ ਹੌਲੀ ਮੈਨੂੰ ਇਸ ਚੀਜ਼ ਸਮਝ ਆ ਗਈ ਕਿ ਨਹੀਂ ਯਾਰ, ਇਟਸ ਨੋਟ ਮਾਈ ਕੱਪ ਆਫ ਟੀ। ਉਹ ਸਿਰਫ ਮੇਰਾ ਇੱਕ ਸੁਪਨਾ ਸੀਗਾ, ਬਟ ਹਕੀਕਤ ਵਿੱਚ ਮੈਂ ਪੁਲਿਸ ਵਾਲੇ ਮਹਿਕਮੇ 'ਚ ਨਹੀਂ ਜਾਣਾ ਚਾਹੁੰਦਾ, ਨਹੀਂ ਜਾ ਸਕਦਾ, ਜਾਂ ਇਟਸ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਸੋ ਸੁਪਨਾ ਲੈਣਾ ਤਾਂ ਉਸ ਚੀਜ਼ ਲਈ ਕਾਬਲ ਹੋਣਾ, ਮੈਨੂੰ ਪਤਾ ਲੱਗ ਗਿਆ ਸੀ ਮੈਂ ਕਾਬਲ ਸ਼ਾਇਦ ਨਹੀਂ ਹੈਗਾ। ਸੋ ਸੁਪਨਾ ਲੈਣਾ ਅਤੇ ਉਸ ਚੀਜ਼ ਲਈ ਕਾਬਲ ਹੋਣਾ ਦੋ ਅਲੱਗ ਅਲੱਗ ਚੀਜ਼ਾਂ ਨੇ। ਫਿਰ ਮੈਂ ਆਪਣੀ ਜਦੋਂ ਹੋਸ਼ ਸੰਭਾਲੀ, +2 ਪਾਸ ਕੀਤੀ, ਮੈਨੂੰ ਪਤਾ ਲੱਗਾ ਕਿ ਮੇਰੇ 'ਚ ਸਕਿੱਲ ਕੀ ਹੈ, ਮੈਂ ਆਪਣੀ ਸਕਿੱਲ ਨੂੰ ਪਹਿਚਾਣਦੇ ਹੋਏ ਉੱਦਾਂ ਦੀ ਐਜੂਕੇਸ਼ਨ ਲਈ, ਮੈਨੇਜਮੈਂਟ ਦੀ ਸਟੱਡੀ ਕੀਤੀ, MBA ਕੀਤੀ, MBA ਕਰਕੇ ਵਾਪਸ ਆ ਕੇ ਅੱਜ ਮੈਂ ਬਿਜ਼ਨਸ ਕਰ ਰਿਹਾ ਆਪਣਾ, ਬੜਾ ਵਧੀਆ ਪ੍ਰੋਫੈਸ਼ਨ ਕਰ ਰਿਹਾ, ਬੜੇ ਵਧੀਆ ਪ੍ਰੋਫੈਸ਼ਨ 'ਚ ਪੈਰ ਰੱਖ ਕੇ ਬੜੇ ਵਧੀਆ ਸਾਲਾਂ, 13-14 ਸਾਲ ਤੋਂ ਬੜਾ ਵਧੀਆ ਕੰਮ ਕਰ ਰਿਹਾ, ਆਪਣੀ ਸਕਿੱਲ ਪਛਾਣੀ ਮੈਂ। ਵਿਸ਼ਵਾਸ ਕਰਕੇ ਜਾਣਿਓ ਦੋਸਤੋ, ਹਰ ਇੱਕ ਇਨਸਾਨ ਦੇ ਵਿੱਚ ਜਿਵੇਂ ਕਮੀਆਂ ਹੁੰਦੀਆਂ ਨੇ, ਮੇਰੇ 'ਚ ਵੀ ਕਮੀਆਂ ਨੇ, ਉਸ ਤਰ੍ਹਾਂ ਮੇਰੇ 'ਚ ਕੁਝ ਚੰਗੇ ਗੁਣ ਹੋਣਗੇ ਜੋ ਤੁਹਾਨੂੰ ਮੇਰੇ ਨਾਲ ਜੋੜ ਕੇ ਰੱਖਦੇ ਆ। ਅੱਜ ਵੀ ਦਫ਼ਤਰ 'ਚ ਬੈਠਦਾ ਬੜੀ ਖੁਸ਼ੀ ਹੁੰਦੀ ਹੈ, ਬੜਾ ਮਾਣ ਮਿਲਦਾ, ਬੜਾ ਰੀਅਲੀ ਫੀਲਿੰਗ ਪ੍ਰਾਊਡ ਆਫ ਮਾਈ ਸੈਲਫ। ਲੋਕ ਜਦੋਂ ਕਹਿੰਦੇ ਜੀ ਮੈਂ ਮਤਲਬ ਸਾਰਿਆਂ ਦੇ ਸ਼ੋਅ ਦੇਖੇ TV 'ਚ, ਤੁਹਾਨੂੰ ਸੁਣਿਆ, ਕੁਝ ਵੱਖਰਾ ਸੁਣਨ ਨੂੰ ਮਿਲਿਆ, ਕੁਝ ਵੱਖਰਾ ਅਹਿਸਾਸ ਹੋਇਆ, ਤਾਂ ਕਰਕੇ ਅਸੀਂ ਇੰਨੀ ਦੂਰੋਂ ਚੱਲ ਕੇ ਤੁਹਾਡੇ ਕੋਲ ਆਏ ਹਾਂ। ਅੱਜ ਵੀ ਇੱਕ ਫਾਦਰ ਓਵਰ ਦਾ ਬੇਟਾ ਚੱਲ ਕੇ ਜੰਮੂ ਤੋਂ ਚੱਲ ਕੇ ਆਏ, ਚਲੋ ਫਿਰ ਵੀ ਵਿਚਾਰੇ ਸਵੇਰ ਦੇ ਚੱਲੇ 4-4:30 ਵਜੇ ਦੇ, ਜਦੋਂ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ, ਇਹ ਕਹਿਣ ਲਈ ਕਿ ਸਰ ਸਿਰਫ ਤੁਹਾਨੂੰ ਇੱਕ, ਚਲੋ ਬਾਹਰ ਮਿਲ ਕੇ ਫਾਈਲ ਵੀ ਖੁਲਵਾ ਲਈ, ਕਾਊਂਸਲਰ ਨੂੰ ਮਿਲ ਵੀ ਲਿਆ, ਬਟ ਕਹਿੰਦੇ ਇੱਕ ਵਾਰ ਸਿਰਫ ਤੁਹਾਨੂੰ ਮਿਲਣਾ ਸੀ, ਲਾਈਵ ਦੇਖਣਾ ਸੀ ਤੁਹਾਨੂੰ। ਉਦੋਂ ਆਪਣੇ ਆਪ 'ਚ ਇੱਕ ਨਾ ਵਧੀਆ ਫੀਲਿੰਗ ਹੁੰਦੀ ਕਿ ਮੈਂ ਪੰਜਾਬ 'ਚ ਜਾਂ ਲੋਕਾਂ 'ਚ ਜਾਂ ਸੋਸਾਇਟੀ 'ਚ ਕੁਛ ਚੰਗਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਸੋ ਜੇ ਮੇਰੇ 'ਚ ਕੁਛ ਚੰਗਾ, ਤਾਂ ਹੀ ਮੇਰੇ ਕੋਲ ਚੱਲ ਕੇ ਆਉਂਦੇ ਆ। ਸੋ ਸੇਮ ਤੁਹਾਡੇ ਵਿੱਚ ਵੀ ਕੋਈ ਕਾਬਲੀਅਤ ਹੈ ਦੋਸਤੋ, ਮੇ ਬੀ ਤੁਹਾਡੇ ਪੇਰੈਂਟਸ ਤੁਹਾਡੀ ਉਸ ਕਾਬਲੀਅਤ ਨੂੰ ਦਬਾ ਕੇ ਸਿਰਫ ਤੁਹਾਡੀਆਂ ਕਮੀਆਂ ਤੁਹਾਨੂੰ ਗਿਣਾ ਰਹੇ ਆ, ਤੁਹਾਡੇ ਦੋਸਤ ਮੇ ਬੀ ਸ਼ਾਇਦ ਤੁਹਾਨੂੰ ਸਿਰਫ ਤੁਹਾਡੀਆਂ ਕਮੀਆਂ ਗਿਣਾ ਰਹੇ ਆ ਵੀ ਨਹੀਂ ਨਹੀਂ ਤੂੰ ਆਇਲਟਸ ਨਹੀਂ ਕਰ ਸਕਦਾ, ਨਹੀਂ 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 ਤੇਰੇ 6 ਬੈਂਡ ਨਹੀਂ ਹੋਣੇ, ਨਹੀਂ ਨਹੀਂ ਤੇਰੇ ਤਾਂ ਨੰਬਰ ਹੋਣੇ ਨਹੀਂ, ਤੂੰ ਤਾਂ ਕਰ ਹੀ ਨਹੀਂ ਸਕਦਾ। ਮੇ ਬੀ ਤੁਹਾਨੂੰ ਨੈਗੇਟਿਵਿਟੀ ਫੈਲਾ ਰਹੇ ਹੋਣ ਤੁਹਾਡੀ ਕਮੀਆਂ ਨੂੰ ਵੇਖਦੇ ਹੋਏ, ਪਰ ਜੋ ਤੁਹਾਡੇ 'ਚ ਗੁਣ ਹੈ ਉਹ ਮੇ ਬੀ ਲੋਕਾਂ ਨੂੰ ਨਹੀਂ ਪਤਾ, ਤੁਹਾਨੂੰ ਖੁਦ ਨੂੰ ਨਹੀਂ ਪਤਾ। ਆਪਣਾ ਗੁਣ ਪਹਿਲਾਂ ਪਹਿਚਾਣੋ, ਤੁਹਾਡੇ 'ਚ ਕੁਆਲਿਟੀ ਕੀ ਹੈ, ਤੁਹਾਡੇ 'ਚ ਸਟਰੈਂਥ ਕੀ ਹੈ। ਜਿਹੜਾ ਬੰਦਾ ਆਪਣੀ ਵੀਕਨੈਸ, ਆਪਣੀ ਸਟਰੈਂਥ ਨੂੰ ਪਹਿਚਾਣ ਲੈਂਦਾ, ਦੁਨੀਆ ਜਿੱਤ ਲੈਂਦਾ। ਉਹਨੂੰ ਪਤਾ ਕਿ ਮੇਰੇ 'ਚ ਆਹ ਕਮੀ ਹੈ ਅਤੇ ਆਹ ਚੀਜ਼ ਮੈਂ ਨਾ ਕਰਾਂ, ਔਰ ਉਹਨੂੰ ਪਤਾ ਮੇਰੇ 'ਚ ਆਹ ਵਾਲੀ ਕੁਆਲਿਟੀ ਹੈ, ਮੇਰੇ 'ਚ ਆਹ ਵਾਲਾ ਗੁਣ ਹੈ, ਮੇਰੇ 'ਚ ਆਹ ਵਾਲੀ ਸਟਰੈਂਥ ਹੈ, ਔਰ ਇਸ ਸਟਰੈਂਥ ਨੂੰ ਮੈਂ ਹਾਈਲਾਈਟ ਕਰਕੇ ਆਪਣੇ ਆਪ ਨੂੰ ਪ੍ਰਮੋਟ ਕਰ ਸਕਦਾ, ਆਪਣੇ ਆਪ ਨੂੰ ਲੋਕਾਂ 'ਚ ਦਿਖਾ ਸਕਦਾ, ਪ੍ਰੈਜੈਂਟ ਕਰ ਸਕਦਾ। ਸੋ ਆਪਣੀ ਕੁਆਲਿਟੀ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੋ। ਸੋ ਸੇਮ ਵੈਸਾ ਵਰਸਾ ਮੈਂ ਵੀਜ਼ਾ ਪੁਆਇੰਟ ਆਫ ਵਿਊ 'ਚ ਹੋਣਾ, ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਆਪਣੀ ਪਹਿਲਾਂ ਪ੍ਰੋਫਾਈਲ ਦੀ ਅਸੈਸਮੈਂਟ ਖੁਦ ਕਰੋ। ਅੱਜ ਹਰ ਇੱਕ TV ਚੈਨਲ 'ਤੇ, ਹਰ ਕੋਈ ਕੰਸਲਟੈਂਟ
ਕੈਨੇਡਾ ਦੀ ਮਤਲਬ ਐਲੀਜੀਬਿਲਟੀ ਦੱਸ ਰਿਹਾ। ਮੇਰੇ ਵੀ ਯੂਟਿਊਬ 'ਤੇ ਸ਼ੋਅ ਖੋਲ੍ਹ ਕੇ ਵੇਖ ਲਓ, ਪਿਛਲੇ 10, 2, 4, 5 ਸਾਲਾਂ ਦੇ ਕੈਨੇਡਾ ਬਾਰੇ ਸਭ ਕੁਝ ਦੱਸ ਦਿੱਤਾ ਗਿਆ। ਔਨਲਾਈਨ ਵੈਬਸਾਈਟ 'ਤੇ ਜਾਓ, ਹਾਈ ਕਮਿਸ਼ਨ ਦੀ ਵੈਬਸਾਈਟ 'ਤੇ ਸਭ ਕੁਝ ਪਤਾ ਲੱਗ ਜਾਏਗਾ। ਫਿਰ ਵੀ ਬਰੀਫ ਦੱਸਦੇ ਹਾਂ, ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ 6 ਬੈਂਡ ਈਚ, ਜਿਸ ਬੱਚੇ ਦੇ ਨੇ SDS ਕੈਟਾਗਰੀ 'ਚ ਕੇਸ ਲੱਗੇਗਾ। RS ਗੋਬਲ ਦਾ ਸਕਸੈਸ ਰੇਟ 100% ਆ। ਅਗਰ ਕਿਸੇ 1 'ਚੋਂ 5.5 ਜਾਂ 5 ਬੈਂਡ ਹੈ, ਫਿਰ ਟੋਰੋਂਟੋ, ਬਰੈਂਪਟਨ, ਸਰੀ ਜਿਹੜੇ ਡਿਵੈਲਪਡ ਸਿਟੀਜ਼ ਨੇ ਉਹਨਾਂ ਨੂੰ ਛੱਡ ਕੇ ਉਹਨਾਂ ਸ਼ਹਿਰਾਂ ਨੂੰ ਚੂਜ਼ ਕਰੋ। ਪ੍ਰਿੰਸ ਐਡ ਨੂੰ, ਕਿਊਬਿਕ ਨੂੰ ਚੂਜ਼ ਕਰੋ, ਸਸਕੈਚੂ ਨੂੰ ਚੂਜ਼ ਕਰੋ। ਜਿੰਨਾ ਸ਼ਹਿਰਾਂ ਵਿੱਚ ਪਾਪੂਲੇਸ਼ਨ ਘੱਟ ਹੈ ਉਹਨਾਂ 'ਚ ਵੀਜ਼ਾ ਸਕਸੈਸ ਰੇਟ ਜ਼ਿਆਦਾ ਹੈ ਐਜ਼ ਕੰਪੇਅਰ ਟੂ ਉਹਨਾਂ ਸਿਟੀਜ਼ ਜਿਨ੍ਹਾਂ 'ਚ ਆਲਰੇਡੀ ਪਾਪੂਲੇਸ਼ਨ ਜ਼ਿਆਦਾ ਹੈ। ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ, ਓਵਰਆਲ 6 ਬੈਂਡ ਹੈ, 2018-19 ਪੜ੍ਹਿਓ, ਵੀਜ਼ਾ ਚਾਂਸਿਸ ਅੱਛੇ ਹੈ। ਪਰ ਜੇ ਤੁਹਾਨੂੰ ਲੱਗਦਾ ਕਿ ਮੇਰੇ ਨੰਬਰ ਘੱਟ ਹੈ ਜਾਂ ਮੇਰੇ ਆਇਲਸ ਦੇ ਬੈਂਡਸ ਘੱਟ ਹੈ ਜਾਂ ਮੇਰੀ ਪੜ੍ਹਾਈ 'ਚ ਗੈਪ ਹੈ, ਤਾਂ ਉਹ ਕੰਟਰੀ ਨੂੰ ਪਹਿਲਾਂ ਹੀ ਛੱਡ ਕੇ ਉਹ ਵਾਲੀ ਕੰਟਰੀ ਚੂਜ਼ ਕਰੋ ਜੋ ਤੁਹਾਡੇ ਲਈ ਐਲੀਜੀਬਲ, ਜੋ ਤੁਹਾਨੂੰ ਐਲੀਜੀਬਲ ਬਣਾਉਂਦੀ ਹੈ। ਪਰ ਜਾਣਾ ਵੀ ਕੈਨੇਡਾ, ਬੈਂਡ ਵੀ 5 ਹੈ, ਜਾਂ ਜਾਣਾ ਵੀ ਆਸਟ੍ਰੇਲੀਆ, ਨੰਬਰ ਵੀ 55%, 50% ਹੈ, ਜਾਣਾ ਹੀ ਨਿਊਜ਼ੀਲੈਂਡ, ਪਰ ਫੰਡ ਵੀ ਨਹੀਂ ਹੈਗੇ ਪੁਰਾਣੇ, ਫਿਰ ਉਹ ਜਿੱਦ ਕਰਕੇ ਸਿਰਫ ਆਪਣਾ ਸਮਾਂ, ਆਪਣੇ ਮਾਂ ਪਿਓ ਦਾ ਪੈਸਾ ਖਰਾਬ ਕਰੋਗੇ ਅਤੇ ਪੱਲੇ ਮੁੜ ਕੇ ਰਿਫਿਊਜ਼ਲ ਪੈਣੀ ਹੈ। ਇਸ ਕਰਕੇ ਜਿਹੜੇ ਰਿਫਿਊਜ਼ ਹੋਏ ਬੱਚੇ ਆ, ਮਾਯੂਸ ਹੋਣ ਦੀ ਲੋੜ ਨਹੀਂ। RS ਗਲੋਬਲ ਇਮੀਗ੍ਰੇਸ਼ਨ ਉਹਨਾਂ ਲਈ ਇੱਕ ਇਹੋ ਜਿਹਾ ਚਾਨਣ ਮੁਨਾਰਾ ਬਣ ਕੇ ਉਹਨਾਂ ਨਾਲ ਖੜੇਗਾ, ਤਾਂ ਕਿ ਉਹ ਆਪਣੀ ਡ੍ਰੀਮ ਡੈਸਟੀਨੇਸ਼ਨ ਪਹੁੰਚ ਸਕਣ। ਲੋੜ ਹੈ ਆਪਣੀ ਰਿਫਿਊਜ਼ਲ ਲੈਟਰ ਲੈ ਕੇ ਮੇਰੇ ਜਲੰਧਰ, ਮੋਹਾਲੀ ਔਰ ਨਵੇਂ ਸ਼ਹਿਰ ਔਫਿਸ ਮਿਲਣ ਦੀ, ਤਾਂ ਕਿ ਤੁਹਾਡੇ ਰਿਫਿਊਜ਼ਲ ਨੂੰ ਅਸੈਸ ਕਰਕੇ, ਤੁਹਾਡੀ ਪ੍ਰੋਫਾਈਲ ਨੂੰ ਅਸੈਸ ਕਰਕੇ ਜਿਹੜੀ ਕੰਟਰੀ 'ਚ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਉਸ ਕੰਟਰੀ 'ਚ ਭੇਜਣ ਦੀ। ਸੋ ਮੇਰੀ ਜਿਹੜੀ ਦਫ਼ਤਰਾਂ 'ਚ ਟੀਮ ਬੈਠੀ ਹੈ ਕਾਉਂਸਲਰ ਦੀ, ਉਹਨਾਂ ਨੂੰ ਇਹੋ ਇੰਸਟਰਕਸ਼ਨਸ, ਇਹੋ ਟ੍ਰੇਨਿੰਗ, ਇਹੋ ਗਾਈਡਲਾਈਨ ਜਾਰੀ ਕੀਤੀਆਂ ਜਾਂਦੀਆਂ ਕਿ ਬੱਚੇ ਨੂੰ ਉਹਦੀ ਪ੍ਰੋਫਾਈਲ ਦੇ ਹਿਸਾਬ ਨਾਲ ਗਾਈਡ ਕਰਨਾ, ਨਾ ਕਿ ਜੋ ਬੱਚਾ ਚਾਹੁੰਦਾ ਉਹਦੇ ਹਿਸਾਬ ਨਾਲ। ਯੈਸ, ਕੋਈ ਸਟੂਡੈਂਟ ਸਾਡੇ ਕੋਲ ਆਉਂਦਾ ਆਫਿਸ, ਅਸੀਂ ਪਹਿਲਾਂ ਉਹਦੀ ਸੁਣੀਦੀ ਹੈ ਕਿ ਬੱਚਾ ਚਾਹੁੰਦਾ ਕੀ ਹੈ। ਜੋ ਉਹ ਬੱਚਾ ਚਾਹੁੰਦਾ, ਅਗਰ ਉਹਦੀ ਉਹ ਐਲੀਜੀਬਿਲਟੀ ਬਣ ਰਹੀ ਹੈ ਤਾਂ ਡੈਫੀਨੇਟਲੀ ਉਹਨੂੰ ਅੱਗੇ ਐਕਸਪਲੇਨ ਕੀਤਾ ਜਾਂਦਾ। ਅਗਰ ਨਹੀਂ ਐਲੀਜੀਬਿਲਟੀ ਬਣਦੀ ਤਾਂ ਉਹਨੂੰ ਕਹਿੰਦਾ ਭਾਈ ਸਾਹਿਬ ਆ ਨਹੀਂ, ਆਹ ਕੰਟਰੀ ਤੁਹਾਡੇ ਲਈ ਐਲੀਜੀਬਲ ਹੈ, ਇੱਥੇ ਤੁਹਾਨੂੰ ਵੀਜ਼ਾ ਲੱਗਣ ਦੇ ਚਾਂਸ ਜ਼ਿਆਦਾ ਹੈ, ਇੱਥੇ ਆਹ ਵਾਲਾ ਕੋਰਸ ਲੈ ਕੇ ਜਾਓਗੇ, ਆਹ ਵਾਲਾ ਯੂਨੀਵਰਸਿਟੀ 'ਚ ਪੜ੍ਹਨ ਜਾਓਗੇ ਤਾਂ ਤੁਹਾਨੂੰ ਇੱਕ ਚੰਗਾ ਫਿਊਚਰ ਮਿਲ ਸਕਦਾ। ਅਤੇ ਜੇ ਸਾਡੀ ਗੱਲ ਉਹਨੂੰ ਚੰਗੀ ਲੱਗਦੀ ਹੈ, ਹੁਣ ਤੁਸੀਂ ਉਹਨੂੰ ਕਨਵਿੰਸ ਦਾ ਨਾਮ ਕਹਿ ਦਿਓ ਜਾਂ ਕਾਉਂਸਲਿੰਗ ਦਾ ਨਾਮ ਕਹਿ ਦਿਓ, ਚੰਗੀ ਲੱਗਦੀ ਬੱਚਾ ਸਾਡੇ ਨਾਲ ਇਨਰੋਲਡ ਹੁੰਦਾ, ਨਹੀਂ ਚੰਗੀ ਲੱਗਦੀ ਕਿਸੇ ਹੋਰ ਔਫਿਸ ਜਾ ਕੇ, ਫਿਰ ਜਦੋਂ 2-4 ਮਹੀਨੇ ਬਾਅਦ ਰਿਫਿਊਜ਼ਲ ਕਰਾ ਕੇ ਆਉਂਦਾ, ਉਦੋਂ ਉਹਨੂੰ ਅਹਿਸਾਸ ਹੁੰਦਾ ਕਿ ਜੇ ਅੱਜ ਉਦੋਂ ਸਰਦਾਰ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਪੈਸੇ ਖਰਾਬ ਨਾ ਹੁੰਦੇ। ਸੋ ਦੋਸਤੋ, ਹਮੇਸ਼ਾ ਆਪਣੀ ਪ੍ਰੋਫਾਈਲ ਜ਼ਰੂਰ ਪਛਾਣਨ ਦੀ ਕੋਸ਼ਿਸ਼ ਕਰੋ। ਜਿਵੇਂ ਕਿਸੇ ਦੀ ਸ਼ਕਲ ਕਿਸੇ ਨਾਲ ਨਹੀਂ ਮਿਲਦੀ, ਚਲੋ ਭੈਣ ਭਰਾ ਹੋਣਗੇ ਤਾਂ ਮਾੜਾ ਮੋਟਾ ਮੁਹਾਂਦਰਾ ਮਿਲਦਾ, ਸੇਮ ਡਿਟੋ ਫਿਰ ਵੀ ਨਹੀਂ ਹੁੰਦਾ ਜੇ ਟਵਿੰਸ ਨਾ ਹੋਣ ਤਾਂ। ਇਸੇ ਤਰ੍ਹਾਂ ਕਿਸੇ ਦੀ ਪ੍ਰੋਫਾਈਲ ਕਿਸੇ ਨਾਲ ਮੇਲ ਨਹੀਂ ਖਾਂਦੀ। ਹਰ ਇੱਕ ਜਿਹੜਾ ਇੱਕ ਐਕਸਪਰਟ ਕਾਉਂਸਲਰ ਹੈ, ਇੱਕ ਮੈਂ ਇੱਕ ਕਰੀਅਰ ਕਾਉਂਸਲਰ ਹੋਣਾ ਚਾਹੁੰਦਾ ਆਪਣੇ ਆਪ ਨੂੰ, ਇਨਸਟੈਡ ਆਫ ਟਰੈਵਲ ਏਜੰਟ, ਇਨਸਟੈਡ ਆਫ ਹਨਾ ਵੀਜ਼ਾ ਕੰਸਲਟੈਂਟ, ਮੈਂ ਵੀਜ਼ਾ ਕੰਸਲਟੈਂਟ ਕਹਾਉਣ ਨਾਲੋਂ ਇੱਕ ਕਰੀਅਰ ਕਾਉਂਸਲਰ ਕਹਾਉਣਾ ਜ਼ਿਆਦਾ ਮਾਣ ਮਹਿਸੂਸ ਕਰਦਾ। ਬਿਕੋਜ਼ ਮੇਰਾ ਕੰਮ, ਮੇਰੀ ਡਿਊਟੀ ਬੱਚੇ ਦੀ ਪ੍ਰੋਫਾਈਲ ਨੂੰ ਅਸੈਸ ਕਰਨ ਤੋਂ ਬਾਅਦ, ਪੜ੍ਹਨ ਤੋਂ ਬਾਅਦ, ਜਾਂਚਣ ਤੋਂ ਬਾਅਦ, ਆਪਣੇ ਤਜਰਬੇ ਦਿਮਾਗ ਮੁਤਾਬਕ, ਆਪਣੀ ਕੁਆਲੀਫਿਕੇਸ਼ਨ ਔਰ ਆਪਣੇ ਐਕਸਪੀਰੀਅੰਸ ਮੁਤਾਬਕ ਬੱਚੇ ਨੂੰ ਗਾਈਡ ਕਰਨਾ ਹੈ ਕਿ ਤੁਹਾਨੂੰ ਆਹ ਵਾਲਾ ਕੰਟਰੀ, ਆਹ ਵਾਲਾ ਕਾਲਜ ਜਾਂ ਯੂਨੀਵਰਸਿਟੀ, ਆਹ ਵਾਲਾ ਕੋਰਸ ਇੱਕ ਚੰਗਾ ਫਿਊਚਰ ਦੇ ਸਕਦਾ। ਬਟ ਪੰਜਾਬ ਦੇ ਵਿੱਚ ਇਹ ਤਰਾਸਦੀ ਹੈ, ਬੜੀ ਮਾੜੀ ਗੱਲ ਹੈ ਕਿ ਪੰਜਾਬ ਵਿੱਚ ਕਦੀ ਕਿਸੇ ਕੋਰਸ ਨੂੰ ਲੈ ਕੇ, ਯੂਨੀਵਰਸਿਟੀ ਕਾਲਜ ਨੂੰ ਲੈ ਕੇ ਗੱਲ ਨਹੀਂ ਹੁੰਦੀ। ਚਲੋ ਕਾਲਜ ਬਾਰੇ ਫਿਰ ਵੀ ਗੱਲ ਕਦੇ ਕਦੇ ਹੁੰਦੀ ਹੋਏਗੀ ਕਿ ਮੇਰਾ ਫਲਾਣਾ ਦੋਸਤ ਮੈਲਬਨ 'ਚ ਬੈਠਾ, ਮੈਂ ਵੀ ਮੈਲਬਨ ਜਾਣਾ, ਜਾਂ ਮੇਰੀ ਕਜ਼ਨ ਸਿਸਟਰ ਸਿਡਨੀ ਬੈਠੀ, ਮੈਂ ਵੀ ਸਿਡਨੀ ਜਾਣਾ। ਕੋਰਸ ਨੂੰ ਲੈ ਕੇ ਗੱਲ ਕਦੇ ਨਹੀਂ ਕੀਤੀ ਜਾਂਦੀ, ਸਿਰਫ ਰਿਸ਼ਤੇਦਾਰੀਆਂ ਨੂੰ ਨਿਭਾਉਣ ਨੂੰ ਲੈ ਕੇ ਗੱਲ ਕੀਤੀ ਜਾਂਦੀ। ਲੋੜ ਹੈ ਆਪਣੇ ਆਪ ਨੂੰ ਪਹਿਚਾਨਣ ਦੀ। ਦੇਖੋ, ਅੱਜ ਵੀ ਅਖਬਾਰਾਂ 'ਚ ਖਬਰਾਂ ਲੱਗੀਆਂ ਜੀ, ਇੱਕ ਦੋ ਏਜੰਸੀਆਂ ਠੱਗੀ ਮਾਰ ਕੇ ਦੌੜ ਗਏ, ਕੱਲ੍ਹ ਵੀ ਲੱਗੀਆਂ ਸੀ, ਪਰਸੋਂ, ਪਿਛਲੇ 4-5 ਦਿਨਾਂ ਤੋਂ ਜਾਂ ਤਾਂ ਇਲੈਕਸ਼ਨ ਦੀ ਖਬਰਾਂ ਪੜ੍ਹਨ ਨੂੰ ਮਿਲਦੀਆਂ ਅਖਬਾਰਾਂ ਦੀ ਸੁਰਖੀਆਂ 'ਚ, ਅਤੇ ਜਾਂ ਏਜੰਟਾਂ ਦੀ ਠੱਗੀਆਂ ਦੀਆਂ। ਠੱਗੀ ਕਦੋਂ ਵੱਜਦੀ ਹੈ?
ਮੇਰੇ ਕੋਲ ਇੱਕ ਬੱਚਾ ਆਇਆ, ਮੈਂ ਬੈਠਾ ਸੀ ਮੋਹਾਲੀ ਆਫਿਸ ਹੈ ਨਾ, ਪਿਛਲੇ ਹਫ਼ਤੇ ਬੱਚਾ ਮੇਰੇ ਕੋਲ ਆਇਆ, ਕਹਿੰਦਾ ਭਾਅ ਜੀ ਮੇਰੇ ਨਾਲ ਬੰਦੇ ਨੇ ਠੱਗੀ ਮਾਰ ਲਈ, ਮੈਨੂੰ ਲੁੱਟ ਲਿਆ ਬੰਦੇ ਨੇ, ਮੈਨੂੰ ਫਲਾਣੇ ਮੋਹਾਲੀ ਦੇ ਏਜੰਟ ਨੇ ਲੁੱਟ ਲਿਆ। ਮੈਂ ਕਿਹਾ ਲੁੱਟ ਲਿਆ ਮਤਲਬ ਕੋਈ ਤੇਰਾ ਪਰਸ ਪੁਰਸ ਖੋਲਿਆ ਉਹਨੇ ਜਾਂ ਕੋਈ ਸਨੈਚਿੰਗ ਸਨੂਚਿੰਗ ਕਰ ਲਈ, ਲੁੱਟ ਲਿਆ ਮਤਲਬ ਇੱਦਾਂ ਹੀ ਹੈ? ਕਹਿੰਦਾ ਨਹੀਂ ਜੀ ਨਹੀਂ ਭਾਅ ਜੀ, ਮੇਰੇ ਕੋਲ ਉਹਨੇ ਇੱਦਾਂ ਉਹਨੇ ਨਹੀਂ ਲੁੱਟਿਆ ਨਹੀਂ ਭਾਅ ਜੀ, ਮੈਂ ਉਹਦੇ ਦਫ਼ਤਰ ਗਿਆ ਅਤੇ ਮੇਰੇ ਕੋਲ ਉਹਨੇ 15,000 ਪ੍ਰੋਸੈਸਿੰਗ ਫੀਸ ਲੈ ਲਈ, ਮੁੜ ਕੇ 2 ਲੱਖ ਰੁਪਏ ਫੰਡ ਦਾ ਲੈ ਲਿਆ, 30,000 ਰੁਪਇਆ ਗੈਪ ਕਵਰ ਕਰਨ ਦਾ ਲੈ ਲਿਆ, ਹੁਣ ਰਿਫਿਊਜ਼ਲ ਲਵਾ ਕੇ ਦੇ ਦਿੱਤੀ, ਰੁਪਈਆ 2 ਲੱਖ 2.5 ਲੱਖ ਖਰਾਬ ਕਰਾਤਾ। ਮੈਂ ਕਿਹਾ ਭਾਈ ਸਾਹਿਬ ਉਹਦਾ ਤਾਂ ਕੰਮ ਹੀ ਇਹ ਸੀਗਾ, ਤੁਸੀਂ ਖੁਦ ਉਹਦੇ ਕੋਲ ਚੱਲ ਕੇ ਗਏ ਹੈ, ਤੁਹਾਨੂੰ ਕਿੰਨੇ ਕਿਹਾ ਸੀ ਫੰਡ ਸ਼ੋਅ ਕਰਾਓ, ਤੁਹਾਨੂੰ ਕਿੰਨੇ ਕਿਹਾ ਸੀ ਜਲਦੀ ਐਕਸਪੀਰੀਅੰਸ ਬਣਾਓ, ਜਦੋਂ ਤੁਸੀਂ ਆਪ ਹੀ ਖੁਦ ਉਸ ਬੰਦੇ ਕੋਲ ਚੱਲ ਕੇ ਦੇਖੋ। ਇੱਕ ਜਿਹੜਾ ਬੰਦਾ ਬੈਠਾ ਜਿਹੜਾ ਝਟਕਾਈ ਬੈਠਾ, ਉਹਦਾ ਕੰਮ ਹੀ ਝਟਕਾਉਣਾ, ਉਹਦਾ ਬੰਦੇ ਝਟਕਾਵੇ ਜਾਂ ਬੱਕਰੇ ਝਟਕਾਵੇ ਇੱਕੋ ਗੱਲ ਹੈ, ਉਹਦਾ ਕੰਮ ਹੀ ਉਹਦੀ ਹੱਟੀ ਉਹਦਾ ਪ੍ਰੋਫੈਸ਼ਨ ਹੀ ਹੈ, ਤੁਸੀਂ ਬਚਣਾ ਨਾ, ਉਹ ਗਰਦਨ ਤੁਹਾਡੀ ਹੋਣੀ ਕਿ ਕਿਸੇ ਹੋਰ ਦੀ ਹੋਣੀ, ਗਲਤੀਆਂ ਖੁਦ ਦੀਆਂ ਆਪਣੀਆਂ ਹੁੰਦੀਆਂ ਦੋਸਤੋ। ਮੈਂ ਉਹਨਾਂ ਬੰਦਿਆਂ ਨੂੰ ਮਾੜਾ ਨਹੀਂ ਕਹਿੰਦਾ, ਉਹਦਾ ਬਿਜ਼ਨਸ ਇਹ ਹੈ। ਬਾਬੇ ਨਾਨਕ ਦੇ ਟਾਈਮ ਵੀ ਉਦੋਂ ਵੀ ਹਵਾਨ ਹੁੰਦੇ ਸੀ, ਉਦੋਂ ਵੀ ਰਾਕਸ਼ਸ ਹੁੰਦੇ ਸੀ, ਚਲੋ ਅੱਜ ਉਹਨਾਂ ਰਾਕਸ਼ਸ ਦੇ ਨਾਂ ਬਦਲ ਕੇ ਆਪਾਂ ਠੱਗ ਏਜੰਟ ਕਹਿ ਦੇ ਰਹੇ ਹਾਂ, ਹੈਨਾ। ਸੋ ਤੁਸੀਂ ਦੇਖਣਾ ਕਿ ਮੈਂ ਇਹੋ ਜਿਹੇ ਰਾਕਸ਼ਸਾਂ ਤੋਂ ਕਿਵੇਂ ਬਚਣਾ ਹੈ, ਜਿਨ੍ਹਾਂ ਦਾ ਕੰਮ ਹੀ ਇਹ ਪੇਸ਼ਾ ਹੀ ਇਹ ਹੈ। ਚਲੋ ਮੈਂ ਬਤਾ ਬੜਾ ਕਿਸੇ ਦਾ ਤਵਾ ਨਹੀਂ ਲਾਉਣਾ ਚਾਹੁੰਦਾ, ਜੋ ਕਰਦਾ ਰੱਬ ਸਭ ਦੇਖਦਾ, ਸਭ ਦਾ ਚੰਗੇ ਮਾੜੇ ਕਰਮ ਜਾਂ ਲੈਣਾ ਦੇਣਾ ਸਭ ਇੱਥੇ ਹੀ ਹੈ। ਬਟ ਆਪ ਸਿਆਣੇ ਹੋ ਜਾਓ, ਜਦ ਤੱਕ ਆਵਾਮ ਸਿਆਣਾ ਨਹੀਂ ਹੋਏਗਾ, ਬੱਚੇ ਸਿਆਣੇ ਨਹੀਂ ਹੋਣਗੇ, ਮਾਂ ਪਿਓ ਸਿਆਣੇ ਨਹੀਂ ਹੋਣਗੇ, ਠੱਗੀਆਂ ਦੌਰ ਬੰਦ ਨਹੀਂ ਹੋਣਾ ਦੋਸਤੋ। ਮੇਰੇ ਫੇਸਬੁੱਕ 'ਤੇ ਚੀਕਾਂ ਮਾਰਨ ਨਾਲ, ਐਡਮਿਨਿਸਟ੍ਰੇਸ਼ਨ ਦੇ ਜਿੰਨੀ ਮਰਜ਼ੀ ਅਵੇਅਰਨੈਸ ਕੰਪੇਨਿੰਗ ਲਾਉਣ ਦੇ ਨਾਲ, ਪੁਲਿਸ ਮਹਿਕਮੇ ਦੇ ਜਿੰਨੀ ਮਰਜ਼ੀਆਂ ਮਤਲਬ ਐਕਟੀਵਿਟੀਜ਼ ਕਰਨ ਨਾਲ ਕੁਛ ਨਹੀਂ ਹੋਣਾ, ਜਦ ਤੱਕ ਬੱਚਾ ਸਿਆਣਾ ਨਹੀਂ ਹੁੰਦਾ, ਜਦ ਤੱਕ ਸਟੂਡੈਂਟ ਸਿਆਣਾ ਨਹੀਂ ਹੁੰਦਾ, ਜਦ ਤੱਕ ਉਹਦੇ ਮਾਂ ਪਿਓ ਸਿਆਣੇ ਨਹੀਂ ਹੁੰਦੇ। ਜਦੋਂ ਸਿਆਣੇ ਹੋਣ ਦੀ ਗੱਲ ਆਉਂਦੀ ਹੈ, ਜਾਗਰੂਕ ਹੋਣ ਦੀ ਗੱਲ ਆਉਂਦੀ ਹੈ, ਉਦੋਂ RS ਗੂਗਲ ਦੇ ਯੂਟਿਊਬ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਜ਼ਰੂਰ ਦੇਖਿਆ ਕਰੋ। ਉੱਥੇ ਅੱਜ ਮੈਂ ਕਈ ਵੀਡੀਓਜ਼ ਇਹੋ ਜਿਹੀ ਪਈਆਂ ਜਿੱਥੇ ਬੱਚੇ ਠੱਗੀ ਦੇ ਸ਼ਿਕਾਰ ਹੋ ਚੁੱਕੇ ਨੇ ਵਰਕ ਪਰਮਿਟ ਦੇ ਨਾਂ 'ਤੇ, ਅਤੇ ਅੱਜ ਉਹ ਵੀਡੀਓ ਦੇਖ ਕੇ ਕਈ ਬੱਚੇ ਆਪਣੇ ਪੈਸੇ ਆਪਣੀ ਜ਼ਿੰਦਗੀ ਬਚਾ ਚੁੱਕੇ ਆ। ਸੋ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, RS ਗੂਗਲ ਇਮੀਗ੍ਰੇਸ਼ਨ ਦੇ, ਜਿੱਥੇ ਤੁਸੀਂ ਜਿਹੜਾ ਬੈੱਲ ਵਾਲਾ ਆਈਕਨ ਉਹਨੂੰ ਕਲਿੱਕ ਕਰਕੇ ਨੋਟੀਫਿਕੇਸ਼ਨ ਆਪਣਾ ਓਨ ਕਰ ਸਕਦੇ ਹੋ, ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰਾਂਗੇ ਕਿਸੇ ਵੀ ਟੋਪਿਕ ਨੂੰ ਲੈ ਕੇ, ਉਹ ਤੁਹਾਡੇ ਮੇਲ ਤੱਕ ਮੈਸੇਜ ਪਹੁੰਚ ਜਾਏਗਾ, ਤੁਸੀਂ ਆਪਣੇ ਮੋਬਾਈਲ ਦੇ ਉੱਤੇ ਹੀ ਯੂਟਿਊਬ 'ਤੇ ਜਾ ਕੇ ਵੀਡੀਓ ਦੇਖ ਪਾਓਗੇ। ਸੇਮ ਵਾਈਸ ਵਰਸਾ ਫੇਸਬੁੱਕ ਚੈਨਲ ਜੋ ਤੁਹਾਡਾ ਪੇਜ ਆ RS ਗੂਗਲ ਇਮੀਗ੍ਰੇਸ਼ਨ, ਉਹਨੂੰ ਲਾਈਕ ਕਰੋ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਪੋਸਟ ਨੂੰ ਤੁਸੀਂ ਵੇਖ ਕੇ ਆਪਣੇ ਫਿਊਚਰ ਨੂੰ ਲੈ ਕੇ ਇੱਕ ਸਹੀ ਡਿਸੀਜ਼ਨ ਲੈ ਸਕੋ। ਇੱਕ ਅਨਾਊਂਸਮੈਂਟ ਕਰਨੀ ਸੀ, ਅੱਗੇ ਵੀ ਮੈਂ ਸ਼ਾਇਦ ਕੀਤੀ ਪਿਛਲੇ ਹਫ਼ਤੇ, RS ਗਲੋਬਲ ਸਕੂਲ ਆਫ ਲੈਂਗੁਏਜ ਨੇ ਇੱਕ ਨਵੀਂ ਅਚੀਵਮੈਂਟ ਕਰਦੇ ਹੋਏ ਨਵੀਂ ਐਪ ਸ਼ੁਰੂ ਕੀਤੀ ਹੈ ਜੀ, IELTS ਦੇ ਸਟੂਡੈਂਟਸ ਲਈ। ਘਰੇ ਬੈਠੇ IELTS ਸਿੱਖਣਾ ਕਰਨਾ ਚਾਹੁੰਦੇ ਹੋ, ਘਰੇ ਬੈਠੇ IELTS ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ, ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਸਾਡੇ ਆਫਿਸ ਆ ਕੇ ਨਹੀਂ ਵੀ ਟ੍ਰੇਨਿੰਗ ਲੈਣੀ, RS ਗਲੋਬਲ IELTS ਦੇ ਨਾਂ 'ਤੇ ਜਿਹੜੀ ਅਸੀਂ ਐਂਡਰੋਇਡ ਐਪ ਬਣਾਈ ਹੈ, ਉਹ ਤੁਸੀਂ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਕਰ ਸਕਦੇ ਹੋ। ਐਪ ਸਟੋਰ 'ਚ ਵੀ ਜਾ ਕੇ ਕਰ ਸਕਦੇ ਹੋ, ਬਟ ਐਪ ਸਟੋਰ 'ਚ ਹਾਲੇ ਡਾਇਰੈਕਟਲੀ ਨਹੀਂ ਆ ਰਹੀ, ਉਹਦਾ ਲਿੰਕ ਤੁਹਾਨੂੰ ਮੇਰੇ ਦਫ਼ਤਰ ਮਿਲ ਸਕਦਾ, ਬਟ ਪਲੇ ਸਟੋਰ 'ਚ ਜਾ ਕੇ ਐਂਡਰੋਇਡ 'ਤੇ ਜਿਹੜੀ ਐਪ ਹੈ, ਤੁਸੀਂ RS ਗੂਗਲ IELTS ਦੇ ਨਾਂ 'ਤੇ ਉਸ ਐਪ ਨੂੰ ਸਬਸਕ੍ਰਾਈਬ ਕਰੋ, ਰਜਿਸਟਰ ਕਰੋ ਆਪਣੇ ਆਪ ਨਾਲ, ਆਪਣਾ ਈਮੇਲ ਆਈ ਡੀ, ਆਪਣਾ ਜੋ ਵੀ ਮੋਬਾਈਲ ਨੰਬਰ ਭਰ ਕੇ, ਉਹਦੀ ਕੋਈ ਫੀਸ ਨਹੀਂ ਗੀ, ਫਰੀ ਆਫ ਕੋਸਟ ਤੁਸੀਂ ਡਾਊਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਾ ਸਕਦੇ ਹੋ। ਐਂਡ ਰੀਡਿੰਗ ਦੇ ਟੋਪਿਕ, ਲਿਸਨਿੰਗ ਦੇ ਟੋਪਿਕਸ, ਨਵੇਂ ਲੱਗੇ ਹੋਏ ਵੀਜ਼ਿਆਂ ਬਾਰੇ ਜਾਣਕਾਰੀ, ਕਿਹੜੀ ਕੰਟਰੀ ਦੇ ਲੈ ਕੇ ਨੂੰ ਲੈ ਕੇ ਕਿੱਦਾਂ ਦੀਆਂ ਜਾਣਕਾਰੀਆਂ ਤੁਹਾਨੂੰ ਚਾਹੀਦੀਆਂ, ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਉਸ ਐਪ 'ਚ ਮਿਲੇਗੀ। ਸਪੈਸ਼ਲੀ ਉਹ ਐਪ ਤਿਆਰ ਕੀਤੀ ਗਈ ਉਹਨਾਂ ਸਟੂਡੈਂਟਸ ਦੇ ਲਈ ਜਿਹੜੇ ਘਰੇ ਬੈਠ ਕੇ IELTS ਦੀ ਪ੍ਰੈਕਟਿਸ ਕਰਨਾ ਚਾਹੁੰਦੇ, IELTS ਕਰਨਾ ਚਾਹੁੰਦੇ। ਸੋ ਘਰੇ ਬੈਠੇ ਤੁਸੀਂ ਆਪਣੇ ਮੋਬਾਈਲ ਫੋਨ ਦੇ ਪਲੇ ਸਟੋਰ 'ਚ ਜਾ ਕੇ ਸਾਡੀ RS ਗਲੋਬਲ IELTS ਦੀ ਐਪ ਨੂੰ ਡਾਊਨਲੋਡ ਕਰਕੇ ਘਰੇ ਬੈਠੇ IELTS ਕਰ ਸਕਦੇ ਹੋ, ਕਿਸੇ IELTS ਸੈਂਟਰਾਂ 'ਚ ਇੰਸਟੀਟਿਊਟ ਜਾਣ ਦੀ ਲੋੜ ਨਹੀਂ ਪੈਗੀ। ਬਟ ਸਟਿਲ ਇਫ ਯੂ ਵਿਸ਼ ਟੂ ਟੇਕ ਪ੍ਰੋਫੈਸ਼ਨਲ ਟ੍ਰੇਨਿੰਗ ਫਰੋਮ ਮਾਈ ਟ੍ਰੇਨਰਸ, RS ਗਲੋਬਲ ਸਕੂਲ ਆਫ ਲੈਂਗੁਏਜ ਵਿੱਚ ਪੜ੍ਹ ਕੇ ਤੁਸੀਂ ਆਪਣੇ ਮਨ ਚਾਹੇ ਬੈਂਡ ਲੈ ਕੇ ਆਪਣੀ ਮਨ ਚਾਹੀ ਇਸ ਕੰਟਰੀ 'ਚ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ।
ਤੁਹਾਡਾ ਕੋਈ ਸਵਾਲ ਹੋਵੇ ਇਹਦੇ ਬਾਬਤ ਕਿਸੇ ਵੀ ਕੰਟਰੀ ਦੇ ਰਿਫਿਊਜ਼ਲ ਕੇਸ ਸੰਬੰਧਿਤ, ਮੈਨੂੰ ਲਾਈਵ ਜੁੜ ਕੇ ਪੁੱਛ ਸਕਦੇ ਹੋ। ਕੈਨੇਡਾ ਲਈ ਸਾਡੇ ਕੋਲ ਇਸ ਸਮੇਂ ਸਪਟੰਬਰ ਇਨਟੇਕ ਅਵੇਲੇਬਲ ਆ ਦੋਸਤੋ। ਓਵਰਆਲ 6.5 ਬੈਂਡ, ਕਿਸੇ ਇੱਕ 'ਚੋਂ 5.5 ਰਹਿ ਗਏ। ਪੀਜੀ ਪ੍ਰੋਗਰਾਮ ਲੈਣਾ ਚਾਹੁੰਦੇ ਹੋ, ਮੇਰੇ ਕੋਲ ਮੌਂਟਰੀਅਲ ਕਿਊਬਿਕ ਵਿੱਚ ਯੂਨੀਵਰਸਿਟੀ ਵਿੱਚ ਮੇਰੇ ਕੋਲ ਕੋਰਸ ਅਵੇਲੇਬਲ ਹੈ, ਸੀਟਸ ਲਿਮਿਟਡ ਨੇ। ਜਦੋਂ ਵੀ ਆਵਾਜ਼ ਤੁਹਾਡੇ ਤੱਕ ਪਹੁੰਚੇ, ਕੈਨੇਡਾ ਸਪਟੰਬਰ ਇਨਟੇਕ ਲਈ ਅਪਲਾਈ ਕੀਤਾ ਜਾ ਸਕਦਾ ਹੈ। ਜਿਨ੍ਹਾਂ ਬੱਚਿਆਂ ਰਿਜ਼ਲਟ ਹਾਲੇ ਪੈਂਡਿੰਗ ਹੈ, ਦੇ ਕੈਨ ਅਪਲਾਈ ਦੇਅਰ ਫੋਰ ਦੇ ਕੰਡੀਸ਼ਨ ਆਫ ਲੈਟਰ, ਸੋ ਦੈਟ ਉਹਨਾਂ ਦਾ ਸਪਟੰਬਰ ਇਨਟੇਕ ਦਾ ਜਿਹੜਾ ਟਾਰਗੇਟ ਹੈ ਉਹ ਪੂਰਾ ਕੀਤਾ ਜਾ ਸਕੇ। ਦੁਬਈ 'ਚ ਪੜ੍ਹ ਕੇ USA ਸੈਟਲ ਹੋਣਾ ਚਾਹੁੰਦੇ ਹੋ, 3 ਮੰਥ ਦਾ ਕੋਰਸ ਹੈ ਦੁਬਈ ਦੇ ਵਿੱਚ, ਜਿੱਥੇ ਤੁਸੀਂ ਪ੍ਰੋਫੈਸ਼ਨਲ ਸ਼ੈੱਫ ਬਣ ਕੇ ਮੁੜ ਕੇ 1 ਸਾਲ ਦੀ ਟ੍ਰੇਨਿੰਗ ਦੁਬਈ 'ਚ ਲੈਂਦੇ ਹੋ, ਫਰਦਰ J1 ਵੀਜ਼ਾ 'ਤੇ ਅਮੈਰੀਕਾ ਜੋਬ ਲਈ ਵਰਕ ਪਰਮਿਟ ਲਈ ਜਾ ਸਕਦੇ ਹੋ। ਸੋ ਦੁਬਈ ਤੋਂ ਪੜ੍ਹ ਕੇ ਕਿਵੇਂ ਅਮੈਰੀਕਾ ਕੈਨੇਡਾ ਸੈਟਲ ਹੋਇਆ ਜਾ ਸਕਦਾ, ਇਸ ਟਾਈਮ ਮਈ ਦਾ ਇਨਟੇਕ ਹੈ, 26 ਮਈ ਨੂੰ ਕਲਾਸਾਂ ਸ਼ੁਰੂ ਹੈ, ਉਹਦੇ ਬਾਬਤ ਵੀ ਮੇਰੇ ਜਲੰਧਰ, ਮੋਹਾਲੀ ਔਰ ਨਵਾਂਸ਼ਹਿਰ ਔਫਿਸ ਮਿਲਿਆ ਜਾ ਸਕਦਾ। 10ਵੀਂ ਪੜ੍ਹਿਆ ਬੱਚਾ, ਪੜ੍ਹਾਈ 'ਚ 10 ਸਾਲ ਦਾ ਗੈਪ ਹੈ, ਆਇਲਟਸ ਨਹੀਂ ਕੀਤੀ, ਪਰ ਬਾਹਰ ਜਾਣ ਦਾ ਸੁਪਨਾ ਸਜੋਈ ਬੈਠਾ। ਬਾਹਰ ਜਾਣ ਦਾ ਸੁਪਨਾ ਹਰ ਇੱਕ ਬੱਚੇ ਦਾ ਹੁੰਦਾ, ਬਟ ਜਿਹੜੇ ਬੱਚੇ ਦੀ ਪੜ੍ਹਾਈ 'ਚ ਨੰਬਰ ਘੱਟ ਹੈ ਜਾਂ ਕੇਵਲ 10ਵੀਂ ਪੜ੍ਹਿਆ ਜਾਂ ਆਇਲਟਸ ਨਹੀਂ ਕਰ ਸਕਦਾ ਜਾਂ ਪਹਿਲਾਂ 2-4 ਵਾਰ ਕਿਸੇ ਮੁਲਕ ਤੋਂ ਰਿਫਿਊਜ਼ ਹੋ ਚੁੱਕਾ, ਉਹ ਬੱਚੇ ਦਾ ਸੁਪਨਾ ਵੀ ਪੂਰਾ ਕਰੇਗਾ RS ਗਲੋਬਲ ਇਮੀਗ੍ਰੇਸ਼ਨ ਰਸ਼ੀਆ ਐਜੂਕੇਸ਼ਨ ਸਿਸਟਮ ਨੂੰ ਲੈ ਕੇ। ਰਸ਼ੀਆ ਦੇ ਵਿੱਚ ਤੁਸੀਂ 1 ਸਾਲ ਦਾ ਲੈਂਗੁਏਜ ਪ੍ਰੋਗਰਾਮ ਪੜ੍ਹਨ ਜਾਓਗੇ, 1 ਸਾਲ ਦੇ ਲੈਂਗੁਏਜ ਪ੍ਰੋਗਰਾਮ ਤੋਂ ਬਾਅਦ ਫਰਦਰ ਬੈਚਲਰ ਮਾਸਟਰ ਡਿਗਰੀ ਕਰਕੇ ਫਰਦਰ USA ਜਾਂ ਯੂਰਪ ਦੀਆਂ ਅੱਛੀਆਂ ਹਾਈਲੀ ਰੈਂਕਡ ਯੂਨੀਵਰਸਿਟੀ 'ਚ ਦਾਖਲਾ ਲਿਆ ਜਾ ਸਕਦਾ। ਕੋਸਟ ਕਿੰਨੀ ਆਏਗੀ? 3.5 ਤੋਂ ਲੈ ਕੇ 4 ਲੱਖ ਰੁਪਏ, ਜਿਸ 'ਚ ਤੁਹਾਡੀ ਸਾਲ ਦੀ ਫੀਸ, ਅੰਬੈਸੀ ਫੀਸ, ਏਅਰ ਟਿਕਟ, ਅਕੋਮੋਡੇਸ਼ਨ 15-20 ਦਿਨਾਂ ਦੀ, ਏਅਰਪੋਰਟ ਪਿਕਅਪ, ਜੋਬ 'ਤੇ ਲਵਾਉਣ ਦੀ ਰਿਸਪੋਂਸੀਬਿਲਟੀ ਜਾਂ ਅਸਿਸਟੈਂਸ, ਸਾਰਾ ਕੁਝ ਇਨਕਲੂਡ ਹੈ। ਤਾਂ ਜੇ ਤੁਹਾਡਾ ਬਜਟ ਘੱਟ ਹੈ, 3.5 ਤੋਂ 4 ਲੱਖ ਰੁਪਏ ਹੈ, ਫਿਰ ਵੀ ਬਾਹਰਲੇ ਮੁਲਕਾਂ 'ਚ ਪੜ੍ਹ ਕੇ ਇੱਕ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੋ, ਤਾਂ 70509 70509 ਇਸ ਨੰਬਰ 'ਤੇ ਕਾਲ ਕਰਕੇ ਆਪਣੀ ਜ਼ਿੰਦਗੀ ਬਦਲੀ ਜਾ ਸਕਦੀ। ਦੋਸਤੋ, ਲੋੜ ਹੈ ਸਹੀ ਸਮੇਂ ਨੂੰ ਪਹਿਚਾਨਣ ਦੀ। ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਤਾਂ ਉਦੋਂ ਸਾਨੂੰ ਮੇਰੇ ਫਾਦਰ ਸਾਹਿਬ ਨੇ ਗੱਲ ਸਮਝਾਈ ਸੀ ਵੀ ਸਹੀ ਸਮੇਂ 'ਤੇ ਲਿਆ ਹੋਇਆ ਸਹੀ ਫੈਸਲਾ ਬੰਦੇ ਨੂੰ ਹਮੇਸ਼ਾ ਤਰੱਕੀ ਵਾਲੇ ਪਾਸੇ ਲੈ ਕੇ ਜਾਏਗਾ। ਰਾਈਟ ਡਿਸੀਜ਼ਨ ਔਨ ਰਾਈਟ ਟਾਈਮ ਵਿਲ ਟੇਕ ਯੂ ਔਨ ਹਾਈਟ, ਬਟ ਰਾਈਟ ਸਮੇਂ 'ਤੇ ਲਿਆ ਹੋਇਆ ਗਲਤ ਡਿਸੀਜ਼ਨ ਉਹ ਵੀ ਮਾੜਾ ਹੈ, ਅਤੇ ਮਾੜੇ ਸਮੇਂ 'ਤੇ ਲਿਆ ਹੋਇਆ ਸਹੀ ਡਿਸੀਜ਼ਨ ਵੀ ਮਾੜਾ। ਸੋ ਸਮਾਂ ਮਾੜਾ, ਡਿਸੀਜ਼ਨ ਮਾੜਾ, ਉਹ ਤਾਂ ਹੈ ਹੀ ਮਾੜਾ ਨਾ, ਪਰ ਜੇ ਸਮਾਂ ਸਹੀ ਹੈ ਤਾਂ ਡਿਸੀਜ਼ਨ ਗਲਤ ਹੈ, ਉਹ ਵੀ ਨੁਕਸਾਨ ਦੇਗਾ। ਜੇ ਤੁਹਾਡਾ ਸਮਾਂ ਮਾੜਾ ਅਤੇ ਡਿਸੀਜ਼ਨ ਗਲਤ ਹੈ, ਮਤਲਬ ਸਮਾਂ ਸਹੀ ਹੈ ਅਤੇ ਡਿਸੀਜ਼ਨ ਗਲਤ ਹੈ, ਉਹ ਵੀ ਨੁਕਸਾਨ ਦੇਗਾ। ਸੋ ਟਾਈਮ ਵੀ ਸਹੀ ਹੋਣਾ ਚਾਹੀਦਾ, ਡਿਸੀਜ਼ਨ ਵੀ ਸਹੀ ਹੋਣਾ ਚਾਹੀਦਾ। ਅੱਜ ਜਿਹੜੇ ਬੱਚੇ 12ਵੀਂ ਦੇ ਇਮਤਿਹਾਨ ਦੀ ਰਿਜ਼ਲਟ ਦੀ ਵੇਟ ਕਰ ਰਹੇ ਆ, ਉਹਨਾਂ ਨੂੰ ਆਇਲਟਸ ਦੀ ਕੋਚਿੰਗ ਸ਼ੁਰੂ ਹੋਣੀ ਕਰਨੀ ਚਾਹੀਦੀ ਹੈ, ਆਲਰੇਡੀ ਵੈਸੇ ਲੇਟ ਹੈ। ਜਿਨ੍ਹਾਂ ਦੇ ਰਿਜ਼ਲਟ ਆ ਚੁੱਕੇ ਨੇ CBSE ਦੇ, ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ ਨਿਊਜ਼ੀਲੈਂਡ ਪੜ੍ਹਨ ਜਾਣਾ ਚਾਹੁੰਦੇ ਹੋ ਜਾਂ US ਦੀ ਕਿਸੇ ਟੌਪ ਰੈਂਕ ਸਟੇਟ ਯੂਨੀਵਰਸਿਟੀ ਪੜ੍ਹਨ ਜਾਣਾ ਚਾਹੁੰਦੇ ਹੋ, RS ਗੂਗਲ ਦੇ ਕੋਲ 30 ਤੋਂ ਉੱਪਰ ਕੰਟਰੀਜ਼ ਅਤੇ 3000 ਤੋਂ ਉੱਪਰ ਸਟੇਟ ਗਵਰਨਮੈਂਟ ਪ੍ਰਾਈਵੇਟ ਯੂਨੀਵਰਸਿਟੀਜ਼ ਕਾਲਜਸ ਦੀ ਆਪਸ਼ਨ ਅਵੇਲੇਬਲ ਹੈ, ਜਿੱਥੇ ਤੁਸੀਂ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾ ਸਕਦੇ ਹੋ। ਨੰਬਰ 80% ਤੋਂ ਬਾਅਦ ਹੈ ਸਕਾਲਰਸ਼ਿਪ ਸਕੀਮ ਸਾਡੇ ਕੋਲ ਅਵੇਲੇਬਲ ਹੈ। ਤੁਸੀਂ ਅਗਰ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ 'ਚ ਪੜ੍ਹਨ ਜਾਣਾ ਚਾਹੁੰਦੇ ਹੋ, ਤੁਹਾਡੇ ਮਾਰਕਸ 80-85% ਉੱਪਰ ਹੈ, ਮੇਰੇ ਕੋਲ ਇਹੋ ਜਿਹੀਆਂ ਯੂਨੀਵਰਸਿਟੀਜ਼ ਅਵੇਲੇਬਲ ਆ ਜਿਹੜੀਆਂ ਮੈਲਬਰਨ, ਸਿਡਨੀ ਦੀਆਂ ਨੇ, ਬ੍ਰਿਸਬਨ ਦੀਆਂ ਨੇ, ਪਰਥ ਦੀਆਂ ਨੇ, ਗੋਲਡ ਕੋਸਟ ਦੀਆਂ ਨੇ, ਜਿਨ੍ਹਾਂ 'ਚ ਤੁਸੀਂ 30% ਤੋਂ ਲੈ ਕੇ 35% ਤੱਕ ਪੜ੍ਹਾਈ ਦੀ ਫੀਸ ਵਿੱਚ ਸਕਾਲਰਸ਼ਿਪ ਮਿਲਦੀ ਹੈ। ਸੋ ਇਹੋ ਜਿਹੀਆਂ ਯੂਨੀਵਰਸਿਟੀਜ਼ ਅਵੇਲੇਬਲ ਜਿਨ੍ਹਾਂ 'ਚ ਤੁਸੀਂ ਸਕਾਲਰਸ਼ਿਪ ਦੇ ਨਾਲ ਪੜ੍ਹਨ ਜਾ ਸਕਦੇ ਹੋ। ਆਮ ਤੌਰ 'ਤੇ ਕੰਸਲਟੈਂਟ ਇਹੋ ਜਿਹੀ ਗੱਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਮੋਟਾ ਕਮਿਸ਼ਨ ਦਿਖਦਾ। ਜਰਮਨੀ 'ਚ ਪੜ੍ਹਨ ਜਾਣਾ ਚਾਹੁੰਦੇ ਹੋ, 100% ਸਕਾਲਰਸ਼ਿਪ ਦੇ ਨਾਲ, ਜਿਸ 'ਚ ਫੀਸ ਹੀ ਕੋਈ ਨਹੀਂ ਹੈਗੀ, ਜਰਮਨੀ 'ਚ ਬਿਲਕੁਲ ਫ੍ਰੀ ਪੜ੍ਹਨ ਜਾਇਆ ਜਾ ਸਕਦਾ, ਇਟਲੀ 'ਚ ਬਿਲਕੁਲ ਫ੍ਰੀ ਪੜ੍ਹਨ ਜਾਇਆ ਜਾ ਸਕਦਾ, ਬਟ ਉਹ ਨੰਬਰ ਫਿਰ 50-60% ਵਾਲਾ ਬੱਚਾ ਨਹੀਂ ਮੰਗਦੇ, ਨੰਬਰ 80-85-90% ਵਾਲਾ ਬੱਚਾ ਮੰਗਦੇ। ਸੋ ਅਗਰ ਬੱਚਾ ਹੋਣਹਾਰ ਹੈ, ਬ੍ਰਿਲੀਅੰਟ ਸਟੂਡੈਂਟ ਹੈ, ਬਟ ਮਾਂ ਪਿਓ ਕੋਲ ਖਰਚਣ ਲਈ ਪੈਸਾ ਨਹੀਂ ਹੈਗਾ, RS ਗਲੋਬਲ ਇਮੀਗ੍ਰੇਸ਼ਨ
ਤੁਹਾਨੂੰ ਤੁਹਾਡੇ ਬੱਚੇ ਨੂੰ ਫ੍ਰੀ 'ਚ ਭੇਜਣ ਦਾ ਵੀ ਵਾਅਦਾ ਕਰਦਾ। ਹਾਂ ਆਪਣੀ ਫੀਸ ਜ਼ਰੂਰ ਅਸੀਂ ਜੋ ਲੱਗਦਾ ਜਾਇਜ਼ ਜਾਇਜ਼ ਲੈ ਲਾਂਗੇ। ਸਕੂਲ ਯੂਨੀਵਰਸਿਟੀ ਦੀ ਬਿਲਕੁਲ ਫੀਸ ਮਾਫ਼ ਹੈ ਜੇ ਤੁਹਾਡੇ ਬੱਚੇ ਨੂੰ ਸਕੋਲਰਸ਼ਿਪ ਮਿਲਦੀ ਤਾਂ। ਇਹੋ ਜਿਹੀ ਆਪਸ਼ਨ ਸਾਡੇ ਕੋਲ ਅਵੇਲੇਬਲ ਹੈ। ਸੋ ਤਮਾਮ ਇਹੋ ਜਿਹੀ ਜਾਣਕਾਰੀਆਂ ਲਈ ਅਗਰ ਆਪਣੇ ਇੱਕ ਫਿਊਚਰ ਨੂੰ ਚੰਗੇ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਇੱਕ ਚੰਗੇ ਭਵਿੱਖ ਦੀ ਕਾਮਨਾ ਕਰਕੇ ਇੱਕ ਚੰਗੇ ਕੰਸਲਟੈਂਟ ਦੀ ਭਾਲ 'ਚ ਹੋ, ਤਾਂ ਤੁਹਾਡੀ ਭਾਲ ਖਤਮ ਹੋ ਚੁੱਕੀ ਹੈ ਵੀਡੀਓ ਦੇਖਣ ਤੋਂ ਬਾਅਦ। ਕਿਉਂਕਿ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੀ ਐਕਸਪਰਟ ਕਾਊਂਸਲਰ ਦੀ ਟੀਮ ਔਰ ਮੈਂ ਪਿਛਲੇ 13 ਸਾਲਾਂ ਤੋਂ ਸਿਰਫ ਔਰ ਸਿਰਫ ਔਰ ਸਿਰਫ ਇੱਕ ਜੈਨੂਅਨ ਐਡਵਾਈਸ ਦੇ ਕੇ ਲੋਕਾਂ ਨੂੰ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਤੁਹਾਡੀ ਕਚਹਿਰੀ ਸਭ ਕੁਝ ਫੇਸਬੁੱਕ ਅਤੇ ਯੂਟਿਊਬ 'ਤੇ ਲੋਕਾਂ ਦੇ ਕਮੈਂਟਸ, ਲੋਕਾਂ ਦੇ ਜਿਹੜੇ ਰਿਵਿਊਜ਼, ਲੋਕਾਂ ਦੇ ਸਾਡੇ ਪ੍ਰਤੀ ਜੋ ਡਿਸੀਜ਼ ਹੈਗੇ ਨੇ, ਫੀਡਬੈਕ ਨੇ, ਉਹ ਸਾਡੇ ਯੂਟਿਊਬ ਤੋਂ ਫੇਸਬੁੱਕ ਤੋਂ ਵੇਖੇ ਜਾ ਸਕਦੇ ਨੇ। ਲੈਟਸ ਡਿਸਕਸ ਯੋਰ ਕੁਐਸਚਨਸ ਨਾਓ। ਹੁਣ ਤੁਹਾਡੇ ਸਵਾਲਾਂ ਨੂੰ ਲੈਣ ਦਾ ਟਾਈਮ ਆ ਗਿਆ ਜੀ, ਗਿਵ ਮੀ ਅ ਮੋਮੈਂਟ, ਇੱਕ ਮਿੰਟ ਬਸ। ਤਾਂ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਆਪਾਂ ਦਿੰਦੇ ਜੀ। ਹੁਣ ਇਸ ਟਾਈਮ ਸਾਰਿਆਂ ਨੂੰ ਬੜੇ ਵੱਡੀ ਗਿਣਤੀ 'ਚ ਲੋਕ ਅੱਜ ਨਾਲ ਜੁੜੇ, ਹੁਣ ਵੀ ਲਗਭਗ 51 ਲੋਕ ਨਾਲ ਜੁੜ ਕੇ ਵੇਖ ਰਹੇ ਨੇ। ਸੋ ਕਾਈਂਡਲੀ ਸ਼ੇਅਰ ਦਿਸ ਵੀਡੀਓ ਬਿਕੋਜ਼ ਦਿਸ ਇਜ਼ ਰੀਅਲੀ ਅ ਵੈਰੀ ਡਿਫਰੈਂਟ ਲਾਈਵ ਸੈਸ਼ਨ ਜੋ ਮੈਂ ਅੱਜ ਤੱਕ ਪਿਛਲੇ ਕਈ ਚਿਰ ਤੋਂ ਨਹੀਂ ਕੀਤਾ। ਇਸ ਲਾਈਵ ਸੈਸ਼ਨ ਦਾ ਲੋਕਾਂ ਤੱਕ, ਤੁਹਾਡੇ ਦੋਸਤਾਂ ਤੱਕ, ਤੁਹਾਡੇ ਭੈਣਾਂ ਭਰਾਵਾਂ ਤੱਕ ਪਹੁੰਚਣਾ ਬੜਾ ਜ਼ਰੂਰੀ ਹੈ। ਸੋ ਪਲੀਜ਼ ਡੋਂਟ ਫੋਗੈਟ, ਰੱਬ ਨੂੰ ਪਾਉਣਾ, ਮੰਦਰ ਮਸਜਿਦ ਜਾਣ ਦੀ ਲੋੜ ਨਹੀਂ, ਫੇਸਬੁੱਕ 'ਤੇ ਬੈਠਿਆ ਰੱਬ ਮਿਲ ਜਾਣਾ। ਜੇ ਕਿਸੇ ਦਾ ਫਾਇਦਾ ਕਰਾਤਾ, ਕਿਸੇ ਦੇ ਮਾਂ ਦੇ ਪੁੱਤ ਦੀ ਜ਼ਿੰਦਗੀ ਬਣਾਤੀ, ਕਿਸੇ ਪਿਓ ਦੀ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਕਿਸੇ ਫਰਜ਼ੀ ਟਰੈਵਲ ਏਜੰਟ ਕੋਲ ਖਰਾਬ ਹੋਣ ਤੋਂ ਬਚਾਤੀ, ਤਾਂ ਰੱਬ ਪਾਉਣ ਦੇ ਬਰਾਬਰ ਹੈ ਦੋਸਤੋ। ਰੋਮੀ ਸਿੰਘ ਜੀ, ਕੀਪ ਇਟ ਅਪ, ਥੈਂਕ ਯੂ ਜੀ, ਥੈਂਕ ਯੂ ਬੈਲਾ ਸਾਹਿਬ। ਸਭ ਤੋਂ ਪਹਿਲਾ ਮੈਸੇਜ ਤੁਹਾਡਾ ਸੀਗਾ ਜੀ, ਸ਼ੁਕਰੀਆ। ਹਰਪਿੰਦਰ ਵਿਰਕ, ਹੈਲੋ ਜੀ, ਹੈਲੋ। ਸੋਨੀਆ ਸ਼ਰਮਾ, ਵੈਰੀ ਗੁੱਡ ਈਵਨਿੰਗ। ਗਗਨਦੀਪ, ਗੁੱਡ ਈਵਨਿੰਗ। ਸਿੰਘ ਸੰਧੂ, ਹਾਏ ਸਰ, ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਕੈਨੇਡਾ ਤੋਂ। ਕੋਈ ਗੱਲ ਨਹੀਂ ਦੋਸਤ, ਰਿਫਿਊਜ਼ ਹੋਇਆ ਕਿਸੇ ਇੱਕ 'ਚੋਂ 5.5 ਹੋਣਗੇ, ਕਿਸੇ ਇੱਕ ਮੋਡਿਊਲ 'ਚੋਂ 5 ਹੋਣਗੇ, ਤਾਂ ਹੀ ਰਿਫਿਊਜ਼ ਹੋਇਆ। ਜੇ ਮੇਰੀ ਗੱਲ ਸਹੀ ਹੈ ਤਾਂ ਅੱਗੇ ਕਮੈਂਟ ਕਰ ਦਿਓ, ਅਤੇ ਫਿਰ ਵੀਡੀਓ ਵੀ ਸ਼ੇਅਰ ਕਰ ਦਿਓ, ਆਪਣੀ ਪੂਰੀ ਪ੍ਰੋਫਾਈਲ ਦੱਸੋ। ਕੋਈ ਗੱਲ ਨਹੀਂ, ਰਿਫਿਊਜ਼ਲ ਹੋ ਗਿਆ ਤਾਂ ਫਿਰ ਕਿਆ, ਆਰ ਐਸ ਗਲੋਬਲ ਹੈ ਹੀ ਰਿਫਿਊਜ਼ਲ ਕੇਸ ਹੈਂਡਲਿੰਗ ਐਕਸਪਰਟ, ਡੋਂਟ ਵਰੀ। ਗਗਨਦੀਪ, ਆਈ ਐਮ 35 ਈਅਰ ਓਲਡ ਗਾਏ, ਆਈ ਗ੍ਰੈਜੂਏਟ, ਓਕੇ, ਆਈ ਗ੍ਰੈਜੂਏਟਡ ਇਨ 2010 ਐਂਡ ਅਪਲਾਈਡ ਫੋਰ ਆਈ UK ਸਟੱਡੀ ਵੀਜ਼ਾ ਇਨ 2011 ਵਿਚ ਵਾਸ ਰਿਫਿਊਜ਼ ਬਿਕੋਜ਼ ਆਫ ਸਮ ਮਾਈਨਰ ਐਰਰਸ ਇਨ ਮਾਈ ਕੈਸ ਲੈਟਰ, ਆਈ ਅਪਲਾਈਡ ਫੋਰ ਵਿਜ਼ਟਰ ਵੀਜ਼ਾ ਇਨ 2017, ਓਕੇ। ਬੜਾ ਲੰਬਾ ਮੈਸ, ਪੂਰਾ ਐਸੇ ਲਿਖ ਦਿੱਤਾ ਭਾਈ ਸਾਹਿਬ ਨੇ ਤਾਂ। ਆਈ ਅਪਲਾਈਡ ਫੋਰ ਅ ਵਿਜ਼ਟਰ ਵੀਜ਼ਾ 2017 ਟੂ ਮੀਟ ਮਾਈ ਬ੍ਰਿਟਿਸ਼ ਸਿਟੀਜ਼ਨ ਫਰੈਂਡ ਵਿਚ ਵਾਸ ਅਗੇਨ ਰਿਫਿਊਜ਼ ਡਿਊ ਟੂ ਸਮ ਲਾਰਜ ਕੈਸ਼ ਡਿਪੋਜ਼ਿਟ ਇਨ ਮਾਈ ਬੈਂਕ ਅਕਾਊਂਟ, ਸ਼ੁੱਡ ਬੀ, ਹੋਣਾ ਸੀਗਾ ਰਿਫਿਊਜ਼। ਐਂਡ ਆਈ ਐਮ ਐਨ ਐਂਟਰਪ੍ਰਨਿਓਰ ਐਂਡ ਹੈਵ ਮਾਈ ਓਨ ਆਈਸ ਕ੍ਰੀਮ ਮੈਨੂਫੈਕਚਰਿੰਗ ਬਿਜ਼ਨਸ ਵਿਚ ਆਈ ਸਟਾਰਟਡ ਇਨ 2012। ਗਿਵਨ ਦੈਟ ਮਾਈ ਐਪਲੀਕੇਸ਼ਨ ਹੈਜ਼ ਆਲਰੇਡੀ ਬੀਨ ਰਿਜੈਕਟਡ ਟਵਾਈਸ, ਜਸਟ ਵਾਂਟਡ ਟੂ ਕਨਫਰਮ ਇਫ ਇਟ ਇਜ਼ ਵਰਥ ਮੀ ਅਪਲਾਈਂਗ ਅਗੇਨ, ਐਜ਼ ਐਵਰੀ ਰਿਜੈਕਸ਼ਨ ਸੀਮਸ ਟੂ ਕਾਊਂਟ ਅਗੇਂਸਟ ਮੀ ਵੈਨ ਆਈ ਫਿਲ ਇਟ ਆਊਟ ਓਨ ਮਾਈ ਐਪਲੀਕੇਸ਼ਨ ਫਾਰਮ। ਆਈ ਐਮ ਥਿੰਕਿੰਗ ਆਫ ਟੇਕਿੰਗ ਆਇਲਟਸ ਐਗਜ਼ਾਮ, ਆਈ ਫੀਲ ਆਈ ਕੈਨ ਅਚੀਵ 7 ਸਕੋਰ ਇਨ ਦਾ ਆਇਲਟਸ ਐਗਜ਼ਾਮ, ਵਟ ਆਰ ਦਾ ਚਾਂਸਿਸ ਆਫ ਮੀ ਸਕਿਓਰਿੰਗ ਸਟੱਡੀ ਵੀਜ਼ਾ ਗਿਵਨ ਦੈਟ ਮਾਈ ਲਾਸਟ ਐਪਲੀਕੇਸ਼ਨ ਵਾਸ ਰਿਜੈਕਟਡ ਈਵਨ ਦੋ ਆਲ ਮਾਈ ਪੇਪਰ ਵਰਕ ਵਾਸ ਔਰਡਰ, ਆਈ ਵੁੱਡ ਐਪਰੀਸ਼ੀਏਟ ਮਾਈ ਐਡਵਾਈਸ ਔਨ ਦਿਸ ਮੈਟਰ। ਡੀਅਰ, ਆਈ ਰੈਡ ਯੂਰ ਮੈਸੇਜ, ਤੁਸੀਂ ਆਈ ਥਿੰਕ ਟੋਪ ਫੈਨ। ਅੱਛਾ ਜੀ, ਗਗਨਦੀਪ ਸਿੰਘ, ਤੁਹਾਡਾ ਮੈਸੇਜ ਪੜ੍ਹ ਲਿਆ ਮੈਂ। 2 ਵਾਰ ਰਿਫਿਊਜ਼ ਆ, ਪਹਿਲੀ ਵਾਰ ਸਟੂਡੈਂਟ ਵੀਜ਼ਾ ਰਿਫਿਊਜ਼ ਆ, ਕੈਸ਼ ਲੈਟਰ 'ਚ ਮਿਸਟੇਕ ਤੁਸੀਂ ਦੱਸ ਰਹੇ ਹੋ, ਦੂਜੀ ਵਾਰ ਵਿਜ਼ਟਰ ਵੀਜ਼ਾ ਰਿਫਿਊਜ਼ ਆ, ਤੁਸੀਂ ਇੱਕਦਮ ਕੈਸ਼ ਡਿਪੋਜ਼ਿਟ ਕਰਾਤਾ, ਹੁਣ ਦੁਬਾਰਾ ਸਟੂਡੈਂਟ ਵੀਜ਼ਾ ਅਪਲਾਈ ਨਹੀਂ ਕਰਨ ਦਾ ਫਾਇਦਾ, ਬਿਕੋਜ਼ UK 'ਚ ਅਸੀਂ ਜਿਵੇਂ ਆਸਟ੍ਰੇਲੀਆ ਦੇ ਰਿਫਿਊਜ਼ਲ ਕੇਸ, ਦੁਬਾਰਾ ਆਸਟ੍ਰੇਲੀਆ ਅਪਲਾਈ ਕਰਨ 'ਚ ਨਹੀਂ ਅਸੀਂ ਕੇਸ ਲੈਂਦੇ, ਸੇਮ ਇਸੇ ਤਰ੍ਹਾਂ ਤੁਸੀਂ ਇੱਕ ਵਾਰ UK ਤੋਂ ਰਿਫਿਊਜ਼ ਹੋ, ਦੁਬਾਰਾ UK 'ਚ ਅਪਲਾਈ ਕਰਕੇ ਵੀਜ਼ਾ ਨਹੀਂ ਹੋਣਾ ਦੋਸਤ, ਡੋਂਟ ਵੇਸਟ ਯੂ ਟਾਈਮ ਐਂਡ ਮਨੀ। ਯੈਸ, ਦੇਰ ਆਰ ਅਦਰ ਆਪਸ਼ਨ, ਤੁਸੀਂ ਯੂਰਪ ਦੀ ਕਿਸੇ ਯੂਨੀਵਰਸਿਟੀ ਪੜ੍ਹਨ ਜਾਣਾ ਚਾਹੁੰਦੇ ਹੋ, ਲਾਟਵੀਆ ਦੇ ਵਿੱਚ, ਜਰਮਨੀ ਦੇ ਵਿੱਚ, ਫਿਨਲੈਂਡ ਦੇ ਵਿੱਚ,
ਜਾਂ ਆਸਟਰੀਆ ਦੇ ਵਿੱਚ ਤਾਂ ਯੂ ਕੈਨ ਅਪਲਾਈ, ਕੈਨੇਡਾ 'ਚ ਪੜ੍ਹਨ ਜਾਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੇ ਪਰੂਫ ਨਾਲ ਲਗਾ ਕੇ ਫਰਦਰ ਬੈਚਲਰ ਡਿਗਰੀ ਕਰਨ ਤੁਸੀਂ ਯੂ ਕੈਨੇਡਾ ਦੀ ਯੂਨੀਵਰਸਿਟੀ ਪੜ੍ਹਨ ਜਾ ਸਕਦੇ ਹੋ। ਜੇ ਤੁਹਾਡੀ ਇੰਗਲਿਸ਼ ਅੱਛਾ ਹੈ, ਤੁਸੀਂ ਟੋਇਫਲ ਕਰਕੇ ਜਾਂ ਆਇਲਸ ਦੇ 6.5-7 ਬੈਂਡ ਲੈ ਕੇ ਤੁਸੀਂ US ਦੀਆਂ ਟੋਪ ਰੈਂਕ ਯੂਨੀਵਰਸਿਟੀ ਪੜ੍ਹਨ ਜਾ ਸਕਦੇ ਹੋ। ਸੋ ਆਪਸ਼ਨਸ ਆਰ ਦੇਅਰ, ਬਟ UK ਅਪਲਾਈ ਨਾ ਕਰੋ। ਸੋ ਡੋਂਟ ਅਪਲਾਈ ਫੋਰ UK, ਯੂ ਕੈਨ ਅਪਲਾਈ ਫੋਰ US, ਕੈਨੇਡਾ ਔਰ ਯੂਰਪ ਐਸ ਵੈਲ। ਓਕੇ, ਸੋ ਇਫ ਯੂ ਲਾਈਕ ਮਾਈ ਐਡਵਾਈਸ, ਸੋ ਯੂ ਸ਼ੁੱਡ ਸ਼ੇਅਰ ਮਾਈ ਵੀਡੀਓ ਔਨ ਯੂਰ ਪੇਜ ਵਿਦ ਯੂਰ ਫਰੈਂਡ ਸੋ ਦੈਟ ਦੇ ਕੈਨ ਆਲਸੋ ਅੰਡਰਸਟੈਂਡ। ਕੁਲਦੀਪ ਸਿੰਘ ਸਰ, ਸਾਈਪ੍ਰਸ ਦਾ ਵੀਜ਼ਾ ਕਿੱਦਾਂ ਰਹੂ? ਵਧੀਆ ਜੀ, ਜੇ ਤੁਹਾਡੀ ਪੜ੍ਹਾਈ 'ਚ ਗੈਪ ਹੈ, ਨੰਬਰ ਬਹੁਤੇ ਵਧੀਆ ਨਹੀਂ ਹੈ ਪੜ੍ਹਾਈ 'ਚ, ਅਗਰ ਆਇਲਸ ਨਹੀਂ ਕਰ ਸਕਦੇ ਤਾਂ ਸਾਈਪ੍ਰਸ ਇਜ਼ ਗੁੱਡ ਆਪਸ਼ਨ। ਅਗਰ ਤੁਸੀਂ ਫਰਦਰ ਯੂਰਪ ਦੇ ਵਿੱਚ ਆਪਣਾ ਫਿਊਚਰ ਦੇਖਣਾ ਚਾਹੁੰਦੇ ਹੋ ਤਾਂ ਸਾਈਪ੍ਰਸ ਬੜੀ ਵਧੀਆ ਆਪਸ਼ਨ ਹੈ ਤੁਹਾਡੇ ਲਈ। ਸੋਨਾਲੀ ਮੱਟੂ, ਗੁੱਡ ਈਵਨਿੰਗ ਸਰ। ਹਾਂ, ਸਾਈਪ੍ਰਸ ਦਾ ਇਸ ਟਾਈਮ ਸਾਡੇ ਕੋਲ ਹੈ ਜੀ ਜੂਨ ਜੁਲਾਈ ਇਨਟੇਕ। ਅਗਰ ਜੁਲਾਈ ਇਨਟੇਕ 'ਚ ਐਪਲੀਕੇਸ਼ਨ ਲਾਂਚ ਕਰਨਾ ਚਾਹੁੰਦੇ ਹੋ, ਨਵਾਂਸ਼ਹਿਰ ਮੋਹਾਲੀ ਜਲੰਧਰ ਦਫ਼ਤਰਾਂ 'ਚ ਆ ਕੇ ਮਿਲਿਆ ਜਾ ਸਕਦਾ, ਸੋ ਦੈਟ ਤੁਹਾਨੂੰ ਸਾਈਪ੍ਰਸ ਪੜ੍ਹਨ ਜਾਣ ਲਈ ਗਾਈਡ ਕੀਤਾ ਜਾ ਸਕੇ। ਐਂਡ ਵੀਜ਼ੇ ਤੋਂ ਬਾਅਦ ਫਰਦਰ ਏਅਰਪੋਰਟ ਪਿਕਅਪ, ਜੋਬ ਅਸਿਸਟੈਂਸ, ਰਹਿਣ ਦਾ ਪ੍ਰਬੰਧ, ਹੈ ਨਾ, ਸਾਰੀਆਂ ਹੈਲਪ ਜਿਹੜੀਆਂ ਹੈਗੀਆਂ ਸਰਵਿਸਿਜ਼ ਨਾਲ ਦਿੱਤੀਆਂ ਜਾਣਗੀਆਂ, ਕਿਉਂਕਿ ਆਰ ਐਸ ਗਲੋਬਲ ਕੇਵਲ ਵੀਜ਼ਾ ਲਵਾਉਣ ਵਿੱਚ ਹੀ ਨਾਲ ਨਹੀਂ ਖੜਦਾ ਬੱਚਿਆਂ ਦੇ, ਆਰ ਐਸ ਗਲੋਬਲ ਬੱਚਿਆਂ ਨੂੰ ਵੀਜ਼ਾ ਲਵਾਉਣ ਤੋਂ ਬਾਅਦ ਵੀ ਫਰਦਰ ਪੋਸਟ ਲੈਂਡਿੰਗ ਸਰਵਿਸ ਦੇਣ ਵਿੱਚ ਵੀ ਮੋਹਰੀ ਹੈ। ਸੋਨਾਲੀ ਮੱਟੂ, ਵੈਰੀ ਗੁੱਡ ਈਵਨਿੰਗ ਜੀ। ਸਿੰਘ ਸੰਧੂ ਸਰ, ਅੰਮ੍ਰਿਤਸਰ ਔਫਿਸ ਹੈ ਤੁਹਾਡਾ? ਨਹੀਂ ਜੀ, ਸੋਰੀ, ਫਿਲਹਾਲ ਤਾਂ ਨਹੀਂ ਹੈ ਜੀ, ਜਲੰਧਰ 'ਚ ਤੁਹਾਨੂੰ ਮਿਲਣਾ ਪਏਗਾ। ਅਮਿਤਾ ਮਾਨ, ਵੈਰੀ ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਰਾਜਪ੍ਰੀਤ ਸਿੰਘ ਰਾਜਪੂਤ, ਗੁੱਡ ਈਵਨਿੰਗ ਸਰ, ਵੈਰੀ ਗੁੱਡ ਈਵਨਿੰਗ ਜੀ। ਅਨੁਰਾਧਾ ਤਾਖੀ, ਵੈਰੀ ਗੁੱਡ ਈਵਨਿੰਗ। ਜਤਿਨ ਆਲਾ ਚੌਰੀਆ, ਓਕੇ, ਸੋਰੀ ਜੇ ਮੈਂ ਨਾਮ ਗਲਤ ਪ੍ਰਾਊਂਸ ਕੀਤਾ ਹੋਵੇ ਯਾਰ। ਗੁੱਡ ਈਵਨਿੰਗ ਸਰ, ਯੂ ਡੂਇੰਗ ਗੁੱਡ ਜੋਬ, ਥੈਂਕ ਯੂ ਜੀ, ਥੈਂਕ ਯੂ ਜਤਿਨ, ਥੈਂਕ ਯੂ ਸੋ ਵੈਰੀ ਮੱਚ, ਥੈਂਕ ਯੂ ਫੋਰ ਯੂਰ ਸਪੋਰਟ, ਲਵ ਐਂਡ ਰਿਸਪੈਕਟ। ਗੁਰਵਿੰਦਰ ਵਿਰਕ, PT ਚਲੂ ਕੈਨੇਡਾ? ਯੈਸ, ਇਟਸ ਅਸੈਪਟੇਬਲ ਇਨ ਸਮ ਕਾਲਜਸ, ਇਨ ਸਮ ਯੂਨੀਵਰਸਿਟੀਜ਼, ਬਟ ਨੋਟ ਇਨ ਆਲ। ਫਿਰ ਇਹ ਜਿਹਦੇ ਨਾਲ ਰੱਖਿਓ ਕਿ ਮੈਂ ਟੋਰੋਂਟੋ ਜਾਂ ਬਰੈਂਪਟਨ ਜਾਂ ਸਰੀ ਜਾਂ ਇੱਥੇ ਜਾਣਾ, ਫਿਰ ਕੈਨੇਡਾ 'ਚ ਜਿਹੜੇ ਵੀ ਅੱਛੇ ਕਾਲਜ ਦੇ ਵਿੱਚ ਤੁਹਾਡੀ SPT ਅਸੈਪਟ ਹੁੰਦੀ ਹੈ, ਉੱਥੇ ਅਸੈਪਟ ਕਰਾ ਕੇ ਵੀਜ਼ਾ ਲੈ ਕੇ ਦਿੱਤਾ ਜਾ ਸਕਦਾ ਜੀ। ਪ੍ਰੀਤ ਇੰਜਲ, ਗੁੱਡ ਜੋਬ ਸਰ, ਥੈਂਕ ਯੂ ਪ੍ਰੀਤ ਜੀ, ਥੈਂਕ ਯੂ। ਪਾਰੂ ਸ਼ਰਮਾ, ਵੈਰੀ ਗੁੱਡ ਈਵਨਿੰਗ ਜੀ। ਹੈਰੀ ਮਹਾਲ ਇਜ਼ ਵਾਚਿੰਗ, ਥੈਂਕ ਯੂ ਜੇ ਵੀਡੀਓ ਸ਼ੇਅਰ ਕੀਤੀ ਹੈਰੀ ਜੀ, ਧੰਨਵਾਦ ਤੁਹਾਡਾ। ਸਰਪੰਚ ਗੁਰੀ ਮਾਂਗਟ ਸਰ, +2, ਓਕੇ ਸਰ, +2 ਪਾਸ ਆਊਟ 2018 ਵਿਦ 70% ਇਨ ਕਾਮਰਸ ਸਟ੍ਰੀਮ, CBSE ਬੋਰਡ, ਆਇਲਸ ਲਿਸਨਿੰਗ 5.5, ਰੀਡਿੰਗ 5.5, ਰਾਈਟਿੰਗ 5, ਸਪੀਕਿੰਗ 5, ਸੋ ਓਵਰਆਲ 5.5 ਆ। ਰਿਫਿਊਜ਼ ਫਰੋਮ ਆਸਟ੍ਰੇਲੀਆ, ਸਵਿਨਬਰਨ ਯੂਨੀਵਰਸਿਟੀ, ਹੋਣਾ ਸੀ ਯਾਰ। ਦੇਖਿਆ ਆਹੀ ਗੱਲ, ਹੁਣ ਜਿਹੜੇ ਸਰੋਤੇ ਜਾਂ ਦਰਸ਼ਕ ਸੁਣ ਰਹੇ ਸੀ ਮੇਰੀ ਗੱਲ ਕਿ ਜਿਹੜਾ ਬੱਚਾ ਆਸਟ੍ਰੇਲੀਆ ਰਿਫਿਊਜ਼ ਆ, 5.5 ਬੈਨ ਹੋਣਗੇ, ਫਿਰ ਵੀ ਉਹਨੇ ਧੱਕੇ ਨਾਲ ਅਪਲਾਈ ਕੀਤਾ ਹੋਏਗਾ, ਜਿਵੇਂ ਹੁਣ ਵਿਚਾਰੇ ਆ ਸਰਪੰਚ ਗੁਰੀ ਮਾਂਗਟ, ਜਿਹਨਾਂ ਦੀ ID ਇਹਨਾਂ ਨਾਲ ਹੋਇਆ, 5.5 ਬੈਨ 'ਤੇ ਸਵਿਨਬਰਨ ਯੂਨੀਵਰਸਿਟੀ ਅਪਲਾਈ ਕੀਤਾ ਸੀ, ਤਾਂ ਰਿਫਿਊਜ਼ਲ ਦੇ ਚਾਂਸਿਸ 90% ਸੀ ਤੁਹਾਡੇ ਦੋਸਤ। ਕੰਸਲਟੈਂਟ ਨੇ ਦੱਸਿਆ ਨਹੀਂ, ਦੱਸਿਆ ਉਹ, ਚਲੋ ਉਹਦੀ ਗਲਤੀ ਜਾਂ ਤੁਹਾਡੀ ਆਪਣੀ ਗਲਤੀ ਹੈ, ਪਰ 5.5 ਬੈਂਡ 'ਤੇ ਵੀਜ਼ਾ ਚਾਂਸ ਜਿੰਨੇ ਨੇ, ਮੈਂ ਬੱਚੇ ਨੂੰ ਦੱਸ ਕੇ ਕੇਸ ਲੈਣਾ। ਨਹੀਂ, ਦੁਬਾਰਾ ਆਸਟ੍ਰੇਲੀਆ ਅਪਲਾਈ ਨਹੀਂ ਕਰ ਸਕਦੇ ਜੀ, ਤੁਸੀਂ 18 ਪਾਸ ਆਊਟ ਹੋ, ਇੱਕ ਵਾਰ ਰਿਫਿਊਜ਼ ਹੋਣ ਤੋਂ ਬਾਅਦ ਦੁਬਾਰਾ ਕੁਝ ਕੀਤਾ ਵੀ ਨਹੀਂ ਹੋਏਗਾ, ਸੋ ਚੇਂਜ ਆਫ ਸਰਕਮਸਟਾਂਸਿਸ ਨਹੀਂ ਹੈਗੇ। ਮੈਂ ਫਿਰ ਗੱਲ ਧਿਆਨ ਨਾਲ ਕਹਿੰਦਾ, ਸਰਪੰਚ ਗੁਰੀ ਮਾਂਗਟ, ਮੇਰੀ ਗੱਲ ਮੇਰਾ ਵੀਰ ਕੰਨ ਖੋਲ੍ਹ ਕੇ ਸੁਣ ਲਿਆ, ਦੁਬਾਰਾ ਆਸਟ੍ਰੇਲੀਆ ਅਪਲਾਈ ਕਰਕੇ ਫਿਰ ਰਿਫਿਊਜ਼ਲ ਹੋਣੀ ਹੈ, ਮੇਰੀ ਗੱਲ ਨੋਟ ਕਰ ਲਿਓ, ਰਿਕਾਰਡ ਕਰ ਲਿਓ, ਇਹ ਵੀਡੀਓ ਇੱਥੇ ਅਪਲੋਡ ਹੋ ਜਾਣੀ ਫੇਸਬੁੱਕ 'ਤੇ। ਹਾਂ, ਤੋ ਬਹੁਤ ਜ਼ਿਆਦਾ ਪੁਰਾਣੇ ਜਨਮ 'ਚ ਕੋਈ ਦਾਨ ਪੁੰਨ ਮੋਤੀ ਦਾਨ ਕੀਤੇ ਤਾਂ ਪਤਾ ਨਹੀਂ ਕੋਈ ਚਮਤਕਾਰ ਬਾਬਾ ਪਰਮਾਤਮਾ ਕਰਦੇ, ਮੈਂ ਚਮਤਕਾਰਾਂ 'ਚ ਵਿਸ਼ਵਾਸ ਨਹੀਂ ਰੱਖਦਾ, ਅਦਰਵਾਈਜ਼ ਵੀਜ਼ਾ ਨਹੀਂ ਆਉਣਾ। ਅਗਰ ਆਸਟ੍ਰੇਲੀਆ ਰਿਫਿਊਜ਼ ਹੋ, 5.5 ਬੈਂਡ ਹੈ, ਦੁਬਾਰਾ ਫਿਰ ਅਪਲਾਈ ਕਰਦੇ ਹੋ, ਵੀਜ਼ਾ ਨਹੀਂ ਆਉਣਾ ਦੋਸਤ, ਬੈਟਰ ਹੈ ਯੂ ਸ਼ੁੱਡ ਅਪਲਾਈ ਫੋਰ ਨਿਊਜ਼ੀਲੈਂਡ। 5.5 ਬੈਂਡ 2018 ਪੜ੍ਹਿਓ, ਤੁਹਾਡੇ ਲਈ ਨਿਊਜ਼ੀਲੈਂਡ ਬੈਸਟ ਆਪਸ਼ਨ ਹੈ, ਐਂਡ ਮੈਂ ਗਰੰਟੀ ਲੈਂਦਾ ਤੁਸੀਂ ਅਗਰ ਇੰਟਰਵਿਊ ਕਲੀਅਰ ਕਰਦੇ ਹੋ, ਇੰਟਰਵਿਊ 'ਚ ਮਿਹਨਤ ਕਰਦੇ ਹੋ, ਵੀਜ਼ਾ ਲੱਗੇਗਾ, ਕਿਉਂਕਿ 2018 ਪੜ੍ਹਿਆ ਬੱਚਾ ਜਿਹਦੇ 5.5 ਬੈਂਡ ਹੈ, ਸਾਡਾ ਸਕਸੈਸ ਰੇਟ 100% ਆ ਨਿਊਜ਼ੀਲੈਂਡ ਦਾ। ਸੋ ਨਿਊਜ਼ੀਲੈਂਡ ਕੈਨ ਬੀ ਅ ਬੈਸਟ ਆਪਸ਼ਨ ਫੋਰ ਯੂ, ਔਰ ਜਾਂ ਫਿਰ ਜੇ ਨੰਬਰ 60% ਤੁਹਾਡੇ +2 'ਚ ਇੰਗਲਿਸ਼ ਹੋਏਗੇ, ਯੂ ਕੈਨ ਅਪਲਾਈ ਫੋਰ UK।
ਆਸਟ੍ਰੇਲੀਆ ਨਹੀਂ ਦੋਸਤ, ਆਸਟ੍ਰੇਲੀਆ ਨਹੀਂ ਹੋ ਪਾਏਗਾ, ਸੌਰੀ ਜੇ ਹਰਟ ਕੀਤਾ, ਬਟ ਸੱਚਾਈ ਹੋਈ ਯਾਰ, ਸੱਚ ਕੌੜਾ ਹੁੰਦਾ। ਪਰਮਜੀਤ ਕੌਰ ਟੁੱਟ ਕਹਿੰਦੇ ਸਰ ਜਲੰਧਰ ਵਿੱਚ ਤੁਹਾਡਾ ਆਇਲ ਸੈਂਟਰ ਕਿੱਥੇ ਹੈ? ਜਿੱਥੇ ਇਮੀਗ੍ਰੇਸ਼ਨ ਆਫਿਸ ਸਾਡਾ ਡੀਅਰ ਆਰ ਐੱਸ ਗਲੋਬਲ ਇਮੀਗ੍ਰੇਸ਼ਨ ਦੇ ਉੱਪਰ ਫਸਟ ਫਲੋਰ 'ਤੇ ਆਰ ਐੱਸ ਗਲੋਬਲ ਸਕੂਲ ਆਫ ਲੈਂਗੁਏਜ ਆ। ਸੋ ਇਟ ਇਜ਼ ਵੈਰੀ ਨੀਅਰ ਟੂ ਬੱਸ ਸਟੈਂਡ, ਰਣਜੀਤ ਨਗਰ ਹੈ। ਤੁਸੀਂ ਗੂਗਲ 'ਤੇ ਜਾ ਕੇ ਆਰ ਐੱਸ ਗਲੋਬਲ ਦਾ ਜਦੋਂ ਸਰਚ ਕਰੋਗੇ ਤਾਂ ਪ੍ਰੋਪਰ ਗੂਗਲ ਮੈਪ ਸਾਡੇ ਆਫਿਸ ਦੇ ਬਾਹਰ ਤੱਕ ਛੱਡ ਕੇ ਜਾਏਗਾ। ਜਸਕਰਨ ਗਿੱਲ, ਸਰ ਆਈ ਗੋਟ 6.5 ਐਂਡ ਓਵਰਆਲ ਐਂਡ ਬਟ 5.5 ਇਨ ਵਨ ਮੋਡਿਊਲ, ਮੇ ਅਪਲਾਈ ਫੋਰ ਕੈਨੇਡਾ? ਯੂ ਕੈਨ ਅਪਲਾਈ ਫੋਰ ਕੈਨੇਡਾ ਬਟ ਇਨ, ਹਾਂ ਯੈਸ ਬਦਰ, ਕਿਊਬਿਕ ਵਿੱਚ ਮੇਰੇ ਕੋਲ ਕਾਲਜਸ ਨੇ ਵਿੱਚ ਆਈ ਡੋਂਟ ਵਾਂਟ ਟੂ ਡਿਸਕਲੋਜ਼ ਔਨ ਫੇਸਬੁੱਕ। ਉਹਨਾਂ ਕਾਲਜ ਵਿੱਚ ਤੁਸੀਂ 6.5 ਓਵਰਆਲ ਹੈ, 5.5 ਕਿਸੇ ਇੱਕ 'ਚੋਂ ਆ, ਯੂ ਕੈਨ ਅਪਲਾਈ ਵਿਦ ਹਾਈ ਵੀਜ਼ਾ ਸਕਸੈਸ ਇਟ। 1 ਈਅਰ ਫੀਸ ਪੇ ਕਰਿਓ ਕਾਲਜ ਦੀ, ਜੀ ਆਈ ਸੀ ਕਰਵਾਓ। ਆਪਾਂ ਨੋਨ ਐਸ ਡੀ ਐਸ ਕੈਟਾਗਰੀ ਵਿੱਚ ਵੀ ਐਸ ਡੀ ਐਸ ਵਾਲਾ ਰਿਜ਼ਲਟ ਦੇਵਾਂਗੇ ਤੁਹਾਨੂੰ। ਸੋ ਯੂ ਕੈਨ ਅਪਲਾਈ ਵਿਦ ਵਨ ਮੋਡਿਊਲ 5.5, ਬਟ ਡੋਂਟ ਡਿਲੇ, ਸਪਟੰਬਰ ਇਨਟੇਕ ਇਜ਼ ਔਨ ਲਾਸਟ ਸਟੇਜ। ਸੋ ਜੇ ਹਫ਼ਤਾ 10 ਦਿਨ ਰੋਕ ਕੇ ਅਪਲਾਈ ਕਰਦੇ ਹਾਂ ਜਾਂ ਰੁਕ ਕੇ ਸਾਡੇ ਕੋਲ ਆਉਂਦੇ ਹਾਂ, ਦੇ ਮਾਈਟ ਬੀ ਚਾਂਸਸ ਕਿ ਤੁਹਾਨੂੰ ਸਪਟੰਬਰ ਇਨਟੇਕ ਨਾ ਮਿਲੇ। ਸੋ ਯੂ ਸ਼ੁੱਡ ਅਪਲਾਈ ਟਮੋਰੋ ਐਜ਼ ਵੈਲ। ਸਮਰ ਸਿੰਘ, ਆਈ ਵਾਂਟ ਟੂ ਨੋ ਅਬਾਊਟ ਸਪਲਾਈ ਚੇਨ ਮੈਨੇਜਮੈਂਟ ਇਨ ਪੀ ਜੀ ਡਿਪਲੋਮਾ ਸਕੋਪ ਇਨ ਕੈਨੇਡਾ। ਗੁੱਡ ਸਕੋਪ ਆ ਯਾਰ, ਹੁਣ ਆਰਟਸ ਵਾਲੇ ਬੱਚੇ ਜਾਂ ਕਾਮਰਸ ਵਾਲੇ ਬੱਚੇ ਇਹੋ ਜਿਹੇ ਪ੍ਰੋਗਰਾਮਸ ਲੈਂਦੇ ਨੇ, ਸਪਲਾਈ ਚੇਨ ਮੈਨੇਜਮੈਂਟ। ਸੋ ਤੁਸੀਂ ਵੀ ਲੈ ਸਕਦੇ ਹੋ, ਕੋਈ ਦਿੱਕਤ ਨਹੀਂ, ਅੱਛਾ ਕੋਰਸ ਹੈ। ਬਟ ਇਟ ਆਲ ਡਿਪੈਂਡ ਕਿ ਤੁਹਾਡਾ ਇੰਟਰਸਟ ਕਿਧਰਲੇ ਪਾਸੇ। ਹੁਣ ਮੈਂ ਸਿਰਫ ਇੱਕ ਕੋਰਸ ਬਾਰੇ ਨਹੀਂ ਦੱਸ ਸਕਦਾ ਨਾ ਜਦ ਤੱਕ ਤੁਹਾਡੀ ਮੈਂ ਪ੍ਰੀਵੀਅਸ ਕੁਆਲੀਫਿਕੇਸ਼ਨ, ਪ੍ਰੀਵੀਅਸ ਮੈਨੂੰ ਐਜੂਕੇਸ਼ਨ ਬਾਰੇ ਨਹੀਂ ਪਤਾ। ਸੋ ਪ੍ਰੀਵੀਅਸ ਐਜੂਕੇਸ਼ਨ ਦੱਸੋ, ਮੈਂ ਅੱਛੇ ਤਰੀਕੇ ਗਾਈਡ ਕਰ ਪਾਊਂਗਾ। ਸਰਪੰਚ ਸਾਹਿਬ ਦਾ ਦੁਆਰਾ ਸਵਾਲ ਹੈ, ਸਰ ਆਸਟ੍ਰੇਲੀਆ ਅਪਲਾਈ ਹੋ ਜਾਊ, ਵਨ ਟਾਈਮ ਰਿਫਿਊਜ਼ ਫਰੋਮ ਆਸਟ੍ਰੇਲੀਆ? ਨਹੀਂ ਜੀ, ਸਰਪੰਚ ਗੁਰੀ ਮੰਗਰ ਜੀ, ਸੋਰੀ, ਮੈਂ ਨੋ ਕਹਿ ਚੁੱਕਾ, ਨਹੀਂ, ਸੋਰੀ ਸੋਰੀ ਸੋਰੀ। ਡਿਪਲੋਮਾ ਲੀਡਰ ਡਿਗਰੀ ਕੀਤਾ ਸੀ ਸਰ, ਹੁਣ ਮੈਂ ਕਿੱਥੇ ਅਪਲਾਈ ਕਰਾਂ ਜਿੱਥੇ ਮੇਰਾ ਵੀਜ਼ਾ ਦੁਬਾਰਾ ਆ ਜਾਵੇ? ਨਿਊਜ਼ੀਲੈਂਡ ਸਰ, ਜੀ ਟੀ ਬੇਸ ਵੀਜ਼ਾ ਰਿਫਿਊਜ਼ ਹੋਇਆ, ਉਹੀ ਆਸਟ੍ਰੇਲੀਆ ਦਾ। ਮੈਂ ਇਹੀ ਗੱਲ ਪਹਿਲਾਂ, ਦੇਖੋ ਮੈਂ ਤੁਹਾਡੇ ਮੈਸੇਜ ਹੁਣ ਪੜ੍ਹ ਰਿਹਾ ਸਰਪੰਚ ਗੁਰੀ ਮਾਂਗੜ ਜੀ, ਬਟ ਮੈਂ ਤੁਹਾਨੂੰ ਜਵਾਬ ਪਹਿਲਾਂ ਦੇ ਚੁੱਕਿਆ ਸੀ ਕਿ ਵੀਜ਼ਾ ਤੁਹਾਡਾ ਨੋਨ ਜੀ ਟੀ ਕਰਕੇ ਰਿਫਿਊਜ਼ ਹੋਇਆ ਹੋਣਾ। ਸੋ ਦੇਖੋ ਇਹ ਗੱਲ ਸੱਚੀ ਹੋ ਗਈ, ਕਿਉਂਕਿ ਪਤਾ ਹੁਣ ਪ੍ਰੋਫਾਈਲ ਵੀ ਦੇਖਣ ਦੀ ਲੋੜ ਨਹੀਂ ਪੈਂਦੀ, ਕਹਿੰਦੇ ਨਾ ਘਰ ਦੇ ਭਾਗ 'ਚ ਬਾਰੇ ਤੋਂ ਪਤਾ ਲੱਗ ਜਾਂਦੇ। ਸੋ ਹੁਣ 13-14 ਸਾਲ 'ਚ ਇੰਨਾ ਕੁ ਤੱਕ ਐਕਸਪੀਰੀਅੰਸ ਹੋ ਚੁੱਕਾ ਹੈ, ਇਹ ਪਹਿਲੀ ਗੱਲ ਤੋਂ ਪਤਾ ਲੱਗ ਜਾਂਦਾ ਕਿ ਕਿੱਥੇ ਪੰਗਾ ਪਿਆ। ਸੋ ਨਿਊਜ਼ੀਲੈਂਡ ਅਪਲਾਈ ਕਰ ਲਾ ਮੇਰੇ ਵੀਰ, ਵੀਜ਼ਾ ਆ ਜਾਏਗਾ। ਆਸਟ੍ਰੇਲੀਆ 'ਚ ਦੁਬਾਰਾ ਅਪਲਾਈ ਕਰਕੇ ਪੈਸਾ ਖਰਾਬ ਕਰੇਗਾ, ਟਾਈਮ ਖਰਾਬ ਕਰੇਗਾ, ਪੱਲੇ ਕੁਛ ਨਹੀਂ ਪੈਣਾ। ਗੁਰਮੀਤ ਭੁੱਲਰ, ਗੁਰਮੀਤ ਭੁੱਲਰ, ਅੱਛਾ ਜੀ, ਦੋ ਵਾਰ ਲਿਖਿਆ ਇਹਨਾਂ ਨੇ। ਸਰ ਜਪਾਨ ਰਿਕੁਆਇਰਮੈਂਟ, ਜਪਾਨ ਦੀ ਇੱਕੋ ਰਿਕੁਆਇਰਮੈਂਟ ਹੈ, ਜੈਪਨੀਜ਼ ਸਿੱਖਣੀ ਪੈਣੀ ਹੈ ਇੱਥੇ 3-4 ਮਹੀਨੇ ਚੰਡੀਗੜ੍ਹ 'ਚ। ਜੇ ਸਾਡੇ ਕੋਲ ਜੈਪਨੀਜ਼ ਸਿੱਖਣ ਨੂੰ ਤਿਆਰ ਹੋ ਤਾਂ ਵੀਜ਼ਾ ਲਵਾ ਦਾਂਗੇ, ਜੇ ਜੈਪਨੀਜ਼ ਸਿੱਖਣ ਨੂੰ ਇੰਡੀਆ 'ਚ ਤਿਆਰ ਨਹੀਂ ਹੋ ਤਾਂ ਫਿਰ ਸੌਰੀ। ਸੋ ਅਕਤੂਬਰ ਇਨਟੇਕ ਹੈ, 10 ਤਰੀਕ ਤੱਕ ਅਸੀਂ ਐਪਲੀਕੇਸ਼ਨ ਲੈਣੀ ਹੈ ਅਕਤੂਬਰ ਇਨਟੇਕ ਦੀਆਂ। ਸੋ ਅਕਤੂਬਰ ਇਨਟੇਕ ਲਈ ਜਪਾਨ 'ਚ ਪੜ੍ਹਨ ਜਾਣਾ ਚਾਹੁੰਦੇ ਹੋ 1 ਈਅਰ ਲੈਂਗੁਏਜ ਕੋਰਸ ਦੇ ਵਿੱਚ, ਤਾਂ ਜਪਾਨ ਦੇ ਵਿੱਚ ਸਾਡਾ ਸਕਸੈਸ 100% ਹੈ। ਅੱਜ ਹੁਣੇ ਲਾਈਵ ਹੋਣ ਤੋਂ ਪਹਿਲਾਂ 4 ਬੱਚੇ ਰਹਿ ਗਏ ਸੀ, ਉਹਨਾਂ ਦੇ ਪਾਸਪੋਰਟ ਉਹਨਾਂ ਨੂੰ ਹੈਂਡ ਓਵਰ ਕਰਨੇ ਸੀ, ਉਹਨਾਂ ਨੂੰ ਅੱਜ ਕਰ ਦਿੱਤੇ ਨੇ। ਕੁਛ ਬੱਚਿਆਂ ਦੀ ਫਲਾਈਟਸ ਅੱਜ ਸੀਗੀ 6 ਤਰੀਕ ਨੂੰ, ਕੁਛ ਦੀ ਫਲਾਈਟ 8 ਤਰੀਕ ਨੂੰ ਹੈ। ਕੱਲ੍ਹ ਨੂੰ ਸਾਰਿਆਂ ਦੀ ਵੀਡੀਓਜ਼, ਫੋਟੋਗ੍ਰਾਫ, ਸਾਰੇ ਜਿੰਨੇ ਵੀ 14-15 ਬੱਚੇ ਸੀ, ਸਾਰਿਆਂ ਦੀ ਵੀਡੀਓਜ਼ ਫੋਟੋਜ਼ ਅਸੀਂ ਆਪਣੇ ਫੇਸਬੁੱਕ ਪੇਜ 'ਤੇ, ਯੂਟਿਊਬ 'ਤੇ ਅਪਲੋਡ ਕਰ ਦਾਂਗੇ, ਇੱਕ ਇੱਕ ਕਰਕੇ, ਇਕੱਠੀਆਂ ਨਹੀਂ ਕਰਾਂਗੇ, ਇੱਕ ਇੱਕ ਦੋ ਦੋ ਕਰਕੇ ਕਰ ਦਾਂਗੇ। ਉਹਨਾਂ ਬੱਚਿਆਂ ਦੇ ਵੀਡੀਓਜ਼ ਵੇਖ ਕੇ, ਵਿਊਜ਼ ਸੁਣ ਕੇ, ਰਿਵਿਊਜ਼ ਵੀ ਸੁਣ ਕੇ, ਆਪਣੇ ਜਪਾਨ ਦਾ ਫਰਦਰ ਆਪਣਾ ਅਕਤੂਬਰ ਇਨਟੇਕ ਲਈ ਅਪਲਾਈ ਕਰੋ। 1 ਸਾਲ ਦਾ ਲੈਂਗੁਏਜ ਪ੍ਰੋਗਰਾਮ ਹੈ, 100% ਸਕਸੈਸ ਰੇਟ ਦਿੱਤਾ ਆਰ ਐੱਸ ਗਲੋਬਲ ਨੇ ਹੁਣ ਤੱਕ, 100% ਸਕਸੈਸ ਰੇਟ, ਯਾਨੀ ਕਿ ਇੱਕ ਵੀ ਵੀਜ਼ਾ ਰਿਫਿਊਜ਼ ਨਹੀਂ ਹੋਇਆ ਸਾਡਾ ਜਪਾਨ ਦਾ ਇਸ ਇਨਟੇਕ ਦਾ। ਸੋ ਅਕਤੂਬਰ ਇਨਟੇਕ 'ਚ ਜਪਾਨ 'ਚ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ 70509 70509 'ਤੇ ਕਾਲ ਕਰਕੇ ਡਿਟੇਲ 'ਚ ਜਾ ਕੇ ਲਈ ਜਾ ਸਕਦੀ ਹੈ। ਆਇਲਸ ਦੀ ਲੋੜ ਨਹੀਂ, 5 ਸਾਲ ਦਾ ਗੈਪ ਅਸੈਪਟੇਬਲ ਹੈ। ਐਂਡ 1990 ਤੋਂ ਨੀਚੇ ਵਾਲੇ ਬੱਚੇ ਲੈ ਰਹੇ ਹਾਂ, 89 ਵਾਲਾ ਬੱਚਾ ਅਸੀਂ ਨਹੀਂ ਅਸੈਪਟ ਕਰ ਰਹੇ। ਪਲੱਸ 2 ਵਾਲਾ ਬੱਚਾ 1 ਸਾਲ ਦੇ ਲੈਂਗੁਏਜ ਕੋਰਸ ਤੋਂ ਬਾਅਦ 2 ਸਾਲ ਦਾ ਡਿਪਲੋਮਾ ਕਰੇਗਾ ਵੋਕੇਸ਼ਨਲ, ਪਾਰਟ ਟਾਈਮ 28 ਘੰਟੇ ਕੰਮ ਕਰਨ ਦੀ ਪਰਮਿਸ਼ਨ ਹਫ਼ਤੇ ਦੇ ਵਿੱਚ।
ਬੈਚਲਰ ਡਿਗਰੀ ਵਾਲਾ ਬੱਚਾ 1 ਸਾਲ ਲੈਂਗੁਏਜ ਕੋਰਸ ਤੋਂ ਬਾਅਦ ਫਰਦਰ ਜੋਬ ਲੱਭ ਕੇ ਵਰਕ ਪਰਮਿਟ ਅਪਲਾਈ ਕਰ ਸਕਦਾ, ਜਦੋਂ N3 ਲੈਵਲ ਉਹਦਾ ਪਾਸ ਹੋ ਜਾਂਦਾ ਫਰਦਰ ਵਰਕ ਪਰਮਿਟ ਤੇ ਆਪਣੀ ਸਪਾਊਸ ਨੂੰ ਬੱਚੇ ਨੂੰ ਵੀ ਨਾਲ ਸੱਦ ਸਕਦਾ। ਸੋ ਵੈਰੀ ਗੁੱਡ ਆਪਸ਼ਨ, ਜੇ ਤੁਸੀਂ ਮਹੀਨੇ ਦਾ 1.5-2 ਲੱਖ ਰੁਪਏ ਬੜੀ ਆਸਾਨੀ ਨਾਲ ਕਮਾਉਣਾ ਚਾਹੁੰਦੇ ਹੋ ਤਾਂ ਜਪਾਨ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਪੜ੍ਹਾਈ ਦੇ ਨਾਲ ਚੰਗੇ ਪੈਸੇ ਕਮਾਏ ਜਾ ਸਕਦੇ ਆ। ਸਹਿਜ ਗਰੇਵਾਲ, ਸਤਿ ਸ਼੍ਰੀ ਅਕਾਲ ਬ੍ਰੋ, ਵਾਹਿਗੁਰੂ ਮਿਹਰ ਕਰਨ ਸਾਰਿਆਂ 'ਤੇ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਰੱਬ ਤੁਹਾਡੇ 'ਤੇ ਵੀ ਮਿਹਰ ਕਰੇ। ਲਾਲੀ ਰਿਆੜ ਗੁਰਦਾਸਪੁਰੀਆ, ਕੀ ਹਾਲ ਹੈ ਬਦਰ, ਸਤਿ ਸ਼੍ਰੀ ਅਕਾਲ ਬਦਰ, ਗੋਡ ਬਲੈਸ ਯੂ ਬਾਬਾ ਜੀ, ਵੱਧ ਤੋਂ ਵੱਧ ਤਰੱਕੀਆਂ ਬਖਸ਼ਣ। ਥੈਂਕ ਯੂ ਜੀ, ਥੈਂਕ ਯੂ ਸੋ ਵੈਰੀ ਮੱਚ, ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ। ਆਈ ਡੋਂਟ ਹੈਵ ਸੱਚ ਕਾਇੰਡ ਆਫ ਵਰਡ ਜਿੰਨਾ ਤੁਹਾਡਾ ਮੈਂ ਧੰਨਵਾਦ ਕਰ ਸਕਾਂ। ਥੈਂਕ ਯੂ ਯਾਰ, ਆਹ ਕਮੈਂਟ ਉੱਪਰ ਇੱਕ ਟੌਪ ਫੈਨ ਕਰਕੇ ਲਿਖਿਆ ਆ ਰਿਹਾ, ਆਈ ਥਿੰਕ ਨਵੀਂ ਆਪਸ਼ਨ ਆ, ਯੁਵਰਾਜ ਯੂਵੀ 'ਤੇ ਵੀ ਆਇਆ, ਲਾਲੀ ਰਿਆੜ 'ਤੇ ਵੀ ਆਇਆ, ਸਹਿਜ ਗਰੇਵਾਲ 'ਤੇ ਵੀ ਆਇਆ, ਉੱਪਰ ਟੌਪ ਫੈਨ ਲਿਖਿਆ, ਮਤਲਬ ਮੇ ਬੀ ਮੇਰੇ ਟੌਪ 'ਤੇ ਫੈਨ ਆ। ਥੈਂਕ ਯੂ ਯੁਵਰਾਜ ਯੂਵੀ, ਅੱਜ ਤਾਂ ਮੋਟੀਵੇਸ਼ਨਲ ਸਪੀਚ ਚੱਲ ਰਿਹਾ ਸਰ, ਕੀਪ ਇਟ ਅਪ। ਥੈਂਕ ਯੂ ਜੀ, ਥੈਂਕ ਯੂ, ਚਲੋ ਕਦੇ ਕਦੇ ਸਾਡੇ ਅੰਦਰ ਵੀ ਮੋਟੀਵੇਸ਼ਨਲ ਬਾਬਾ ਆ ਜਾਂਦਾ ਅਤੇ ਚਲੋ ਬੋਲ ਦੀਦਾ। ਰੀਤ ਸੰਧੂ, ਵੈਰੀ ਗੁੱਡ ਈਵਨਿੰਗ। ਰੀਤੂ ਯਾਦਵ, ਹੈਲੋ ਸਰ, ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ। ਸਰ ਜੀ, ਮੈਂ ਕਦੋਂ ਆ ਸਕਦੀ ਹਾਂ? ਮੈਂ ਤੁਹਾਨੂੰ ਪਛਾਣਿਆ ਨਹੀਂ ਜੀ, ਆਈ ਜੇ ਸੈਣੀ ਜਾਂ ਐਲ ਜੀ ਸੈਣੀ, ਪਤਾ ਨਹੀਂ ਤੁਹਾਡਾ ਕੀ ਨਾਮ ਹੈ, ਤੁਸੀਂ ਆਪਣਾ ਨਾਮ ਦੱਸ ਦਿਓ ਔਰ ਕਿਸ ਪਰਪਸ ਹੀ ਮਿਲਣਾ ਚਾਹੁੰਦੇ ਹੋ। ਮੋਰ ਦੈਨ ਵੈਲਕਮ, ਕੱਲ੍ਹ ਔਰ ਪਰਸੋਂ ਮੈਂ ਦੋਨੋਂ ਦਿਨ ਜਲੰਧਰ ਔਫਿਸ ਅਵੇਲੇਬਲ ਹੈ, ਯੂ ਕੈਨ ਕਮ ਬਿਟਵੀਨ 11-3, 11-3 ਤੱਕ ਮਿਲ ਸਕਦੇ ਹੋ। ਸੋਨੀਆ ਸ਼ਰਮਾ, ਥੈਂਕ ਯੂ। ਸ਼ਮਸ਼ੇਰ ਸਿੰਘ ਰੰਧਾਵਾ, ਰੋਮੀ ਸਿੰਘ, ਆਈ ਕੈਨ ਰੀਡ ਆਲ ਫਰੋਮ ਹਿਮ, ਆਲ ਫਰੋਮ ਹਿਮ ਰਿੰਗਸ, ਇਹ ਕੀ ਸੁਣਿਆ ਨਹੀਂ ਆ, ਕੀ ਲਿਖਿਆ? ਘੈਂਟ ਸਰਦਾਰਨੀ, ਗੁੱਡ ਈਵਨਿੰਗ ਜੀ। ਸੁਖਦਾਸ ਸਰ, ਬੀਟੈਕ 65% ਮਕੈਨੀਕਲ ਇੰਜੀਨੀਅਰਿੰਗ ਕੀ ਹੋਈ ਹੈ, ਮੈਂ ਕੌਣ ਸੀ ਕੰਟਰੀ ਸਟੱਡੀ ਵੀਜ਼ਾ ਅਪਲਾਈ ਕਰੂੰ ਜਿਸ ਵਿੱਚ ਜ਼ਿਆਦਾ ਪੈਸਾ ਨਾ ਲੱਗੇ? ਬੀਟੈਕ ਕੀਤੀ ਅਗਰ ਮਾਸਟਰ ਡਿਗਰੀ ਕਰਨ ਜਾਣਾ, ਹੁਣ ਅਲੱਗ ਅਲੱਗ ਕੰਟਰੀ ਅਲੱਗ ਅਲੱਗ ਬਜਟ ਹੈ, ਤਕਰੀਬਨ 7 ਕੁ ਲੱਖ ਤੋਂ ਲੈ ਕੇ 10 ਕੁ ਲੱਖ ਤੱਕ ਬਜਟ ਆਏਗਾ। ਆਸਟ੍ਰੇਲੀਆ ਦਾ 15 ਕੁ ਲੱਖ ਬਜਟ ਆਏਗਾ, ਕੈਨੇਡਾ ਦਾ ਇੰਨਾ 15-16 ਲੱਖ ਖਰਚਾ ਆਏਗਾ, ਨਿਊਜ਼ੀਲੈਂਡ ਦਾ, ਕਿਉਂਕਿ ਉਹ 'ਚ ਪੈਸੇ ਨਾਲ ਜਾਂਦੇ ਨੇ ਬਾਅਦ 'ਚੋਂ ਤੁਹਾਨੂੰ ਵਾਪਸ ਮਿਲ ਜਾਂਦੇ ਆ। ਜੇ ਸਸਤਾ ਵੇਖਣਾ ਚਾਹੁੰਦੇ ਹੋ ਤਾਂ ਨਿਊਜ਼ੀਲੈਂਡ ਵਿੱਚ ਫੀਸਾਂ ਘੱਟ ਨੇ, ਉੱਥੇ ਪੜ੍ਹਨ ਜਾਇਆ ਜਾ ਸਕਦਾ। ਆਇਲਟਸ 6 ਬੈਂਡ ਚਾਹੀਦੇ ਨੇ, 5.5 ਇੰਚ। ਬਾਕੀ ਇਸ ਤਰ੍ਹਾਂ ਯਾਰ ਹੁਣ 30 ਕੰਟਰੀ ਦੇ ਆਪਸ਼ਨ ਆ, 30 ਕੰਟਰੀਆਂ ਬਾਰੇ ਤਾਂ ਮੈਂ ਫੇਸਬੁੱਕ ਸੈਸ਼ਨ 'ਚ ਨਹੀਂ ਦੱਸ ਪਾਊਂਗਾ ਤੁਹਾਨੂੰ, ਬੈਟਰ ਹੈ ਤੁਸੀਂ ਮੇਰੇ ਜਲੰਧਰ, ਮੋਹਾਲੀ ਜਾਂ ਨਵਾਂਸ਼ਹਿਰ ਆਫਿਸ, ਜੋ ਵੀ ਨੇੜੇ ਪੈਂਦਾ ਉੱਥੇ ਜਾ ਕੇ ਆਪਣੀ ਪ੍ਰੋਫਾਈਲ ਦੇ ਮੁਤਾਬਕ ਆਪਣੇ ਬਜਟ ਦੱਸ ਕੇ ਅਸੈਸਮੈਂਟ ਕਰਵਾ ਸਕਦੇ ਹੋ, ਜਾਂ ਫਿਰ 7050-9 7050-9 ਨੰਬਰ 'ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਅਨੁਪਮ ਸਿੰਘ, ਥੈਂਕ ਯੂ ਜੀ। ਜਪਾਨ, ਓਕੇ, ਜਪਾਨ ਸਸਤਾ ਕਹਿ ਜੀ ਇਹਨਾਂ ਨੇ, ਅਨੁਪਮ ਸਿੰਘ ਨੇ, ਠੀਕ ਹੈ ਜੀ, ਜਪਾਨ ਕਰ ਲਓ ਅਪਲਾਈ। ਜਸਪ੍ਰੀਤ ਸਿੰਘ ਸੰਧੂ, ਸਰ ਮੇਰਾ 6 ਬੈਂਡ ਆ, 12th 2013 'ਚ ਆਰਟਸ ਨਾਲ ਕੀਤੀ ਹੈ, ਉਸ ਤੋਂ ਬਾਅਦ ITI ਕੀਤੀ 2016 'ਚ ਕਾਰਪੈਂਟਰ ਦੀ, ਕਿੱਥੇ ਜਾ ਸਕਦਾ ਮੈਂ? 13 'ਚ ਆਰਟਸ ਪਲੱਸ ਟੂ, 16 'ਚ ITI ਕੀਤੀ ਹੈ। ਹੁਣ ITI ਤੁਸੀਂ ਕਾਰਪੈਂਟਰ ਕੀਤੀ ਹੈ, ਫਰਦਰ ਕਾਰਪੈਂਟਰ ਦੀ ਕੀਤੀ, ਯੈਸ। ਹੁਣ ਜੇ ਤੁਹਾਡੇ ਆਇਲਸ 6 ਬੈਂਡ ਹੈ, ਤੁਸੀਂ ਫਰਦਰ ਵੁੱਡ ਮੈਨੂਫੈਕਚਰਿੰਗ ਦੇ ਕੋਰਸ ਵਿੱਚ ਡਿਪਲੋਮੇ ਲਈ ਨਿਊਜ਼ੀਲੈਂਡ ਪੜ੍ਹਨ ਜਾ ਸਕਦੇ ਹੋ, ਇਟਸ ਵੈਰੀ ਗੁੱਡ ਆਪਸ਼ਨ। ਹੁਣ ਨਿਊਜ਼ੀਲੈਂਡ ਤੁਹਾਡੇ ਲਈ ਆਪਸ਼ਨ ਹੈ, UK 'ਚ ਤੁਹਾਡੇ ਲਈ ਆਪਸ਼ਨ ਹੈ, ਆਸਟ੍ਰੇਲੀਆ 'ਚ ਤੁਹਾਡੇ ਲਈ ਆਪਸ਼ਨ ਹੈ, ਬਟ ਉੱਥੇ ਕਾਰਪੈਂਟਰ ਦੇ ਡਿਪਲੋਮਾ ਜਿਹੜੇ ਮਿਲਣੇ, ਇੱਥੋਂ ਵੀਜ਼ਾ ਲੈਣ 'ਚ ਪ੍ਰੋਬਲਮ ਜ਼ਰੂਰ ਆਏਗੀ। ਸੋ ਪਹਿਲਾਂ ਤੁਹਾਡੀ ਆਇਲਸ ਦੀ ਪ੍ਰੋਫਾਈਲ ਨਹੀਂ, ਮੈਨੂੰ ਪਤਾ ਕਿ ਆਇਲਸ ਦੇ ਤੁਹਾਡੇ ਬੈਂਡਸ ਕਿੰਨੇ ਨੇ, ਐਂਡ 2016 ਤੋਂ ਲੈ ਕੇ 19 ਤੱਕ ਕੀਤਾ ਕੀ ਹੈ। ਜੇ 2016 ਤੋਂ 2019 ਤੱਕ ਕੁਛ ਨਹੀਂ ਕੀਤਾ, ਫਿਰ ਤਾਂ ਵੈਸੇ ਆਸਟ੍ਰੇਲੀਆ ਨਾ ਹੈ, ਕਿਉਂਕਿ ਜਸਟੀਫਿਕੇਸ਼ਨ ਲਾਉਣੀ ਬੜੀ ਜ਼ਰੂਰੀ ਹੈ। ਸੋ ਬੈਟਰ ਹੈ ਕਿ ਤੁਸੀਂ ਨਿਊਜ਼ੀਲੈਂਡ ਪੜ੍ਹਨ ਜਾ ਸਕਦੇ ਹੋ, ਉਹ 'ਚ ਤੁਹਾਡੇ 6 ਬੈਂਡ ਓਵਰਆਲ 5.5 ਇੰਚ ਨਾਲ ਤੁਹਾਨੂੰ ਹਾਇਰ ਨੈਸ਼ਨਲ ਡਿਪਲੋਮਾ ਮਿਲ ਜਾਏਗਾ। ਅਖਿਲ ਸ਼ਰਮਾ, ਸਰ ਵਿਦਾਊਟ ਆਇਲਸ ਹੋ ਜਾਏਗਾ ਕਿਸੇ ਅੱਛੀ ਕੰਟਰੀ ਦਾ? ਬਿਲਕੁਲ ਹੋ ਜਾਏਗਾ ਜੀ, ਵਿਦਾਊਟ ਆਇਲਸ ਸਾਡੇ ਕੋਲ ਬੜੀਆਂ ਅੱਛੀਆਂ ਕੰਟਰੀਜ਼ ਜਿਵੇਂ ਜਪਾਨ ਹੈ, ਸਾਊਥ ਕੋਰੀਆ ਹੈ, ਉਸ ਤੋਂ ਬਾਅਦ ਰਸ਼ੀਆ ਹੈ, ਸਿੰਗਾਪੁਰ ਹੈ, ਫਿਰ ਲਾਟਵੀਆ ਹੈ, ਲਿਥੁਆਨੀਆ ਹੈ, ਜਰਮਨੀ ਹੈ, ਇਹਨਾਂ ਕੰਟਰੀ ਤੁਸੀਂ ਬਿਨਾਂ ਆਇਲਸ ਤੋਂ ਪੜ੍ਹਨ ਜਾ ਸਕਦੇ ਹੋ।
ਸੋ ਕਾਈਂਡਲੀ ਦੋਸਤੋ ਵੀਡੀਓ ਜ਼ਰੂਰ ਸ਼ੇਅਰ ਕਰੋ, ਇਸ ਟਾਈਮ 50 ਤੋਂ ਉੱਪਰ ਇਹ ਲੋਕ ਵੀਡੀਓ ਵੇਖ ਰਹੇ ਹੈ। ਸੋ ਕਾਈਂਡਲੀ ਆਈ ਰਿਕੁਐਸਟ ਦੈਮ ਆਲ ਡੋਂਟ ਫੋਰਗੇਟ ਟੂ ਸ਼ੇਅਰ ਦਿਸ ਵੀਡੀਓ ਔਨ ਯੋਰ ਪੇਜ ਔਰ ਔਨ ਯੋਰ ਆਈਡੀ, ਸੋ ਦੇਟ ਤੁਹਾਡੇ ਫਰੈਂਡਸ, ਤੁਹਾਡੇ ਦੋਸਤ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਭੈਣ ਭਰਾਵਾਂ ਤੱਕ ਵੀ ਇਹ ਵੀ ਕਾਉਂਸਲਿੰਗ ਪਹੁੰਚ ਸਕੇ ਔਰ ਉਹ ਇੱਕ ਚੰਗਾ ਫਾਇਦਾ ਇਸ ਕਾਉਂਸਲਿੰਗ ਸੈਸ਼ਨ ਦਾ ਉਠਾ ਸਕਣ। ਗੁਰਸੇਵਕ ਬਰਾੜ, ਸਤਿ ਸ਼੍ਰੀ ਅਕਾਲ ਰਾਹੀ ਜੀ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ, ਠੀਕ ਠਾਕ ਹੋ? ਗੌਰਵ ਵਰਮਾ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਉਪਨੀਤ ਸਿੰਘ, ਰਾਜਾ ਵਲੈਥੀਆ, ਕਿਆ ਹਾਲ ਹੈ, ਅੱਜ ਬੜੇ ਚਿਰ ਬਾਅਦ ਆਇਆ ਯਾਰ ਤੂੰ ਫੇਸਬੁੱਕ 'ਤੇ ਲਾਈਵ ਮੇਰੇ ਨਾਲ, ਸੋਰੀ ਬਦਲ ਤੇਰੇ ਨਾਲ ਗੱਲ ਵੀ ਨਹੀਂ ਹੋ ਪਾਉਂਦੀ। ਚਲੋ ਕੋਈ ਨਹੀਂ, ਕਰਦੇ ਗੱਲ ਤੇਰੇ ਨਾਲ ਲਾਈਵ ਸੈਸ਼ਨ ਬਾਅਦ ਰਾਜਾ ਵਲੈਥੀਆ ਦੇ ਨਾਲ। ਸੋ ਇਹ ਸੀ ਤੁਹਾਡੇ ਸਾਰਿਆਂ ਦੇ ਸਵਾਲਾਂ ਦਾ ਜਵਾਬ। ਜੇ ਤੁਹਾਡਾ ਕੋਈ ਸਵਾਲ ਹੋਰ ਹੋਵੇ ਤਾਂ ਤੁਸੀਂ ਆਪਣਾ ਕੰਟੈਕਟ, ਆਪਣਾ ਮੋਬਾਈਲ ਨੰਬਰ ਮੈਨੂੰ ਜ਼ਰੂਰ ਇਨਬੋਕਸ ਕਰ ਦਿਓ ਮੇਰੇ ਪੇਜ 'ਤੇ, ਜਾਂ ਫਿਰ ਕਮੈਂਟ ਬੋਕਸ 'ਚ ਜਾ ਕੇ ਮੈਂ ਔਰ ਮੇਰੀ ਟੀਮ ਜਦੋਂ ਤੁਹਾਡਾ ਕਮੈਂਟ ਪੜਾਂਗੇ, ਵਿਦਿਨ 1 ਆਵਰ, ਵਿਦਿਨ 2 ਆਵਰ, 1-2 ਘੰਟੇ ਵਿੱਚ ਤੁਹਾਨੂੰ ਕਾਲ ਬੈਕ ਮੇਰੀ ਟੀਮ ਵੱਲੋਂ ਆ ਜਾਏਗੀ ਜਦੋਂ ਤੁਸੀਂ ਆਪਣਾ ਨੰਬਰ ਛੱਡੋਗੇ। ਸੋ ਅੱਜ ਦੇ ਲਾਈਵ ਸੈਸ਼ਨ ਲਈ ਇੰਨਾ ਹੀ, ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, ਜਿਹੜੇ ਸਟੂਡੈਂਟ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ, ਆਇਲਟਸ ਓਵਰਆਲ 6 ਬੈਂਡ 5.5 ਈਚ ਹੈਗੇ ਨੇ, 2018 ਔਰ 2019 ਰੀਸੈਂਟ ਪਾਸ ਆਊਟ ਨੇ, ਉਹਨਾਂ ਬੱਚਿਆਂ ਲਈ ਆਰ ਐੱਸ ਗੋਬਲ ਆਪਣੇ ਕੋਲੋਂ ਫੀਸ ਪੇ ਕਰਕੇ ਆਸਟ੍ਰੇਲੀਆ ਭੇਜਣ ਦਾ ਦਾਅਵਾ ਕਰਦਾ, ਵਾਅਦਾ ਕਰਦਾ, ਤੁਹਾਡੇ ਕੋਲ ਫੀਸ ਲੈ ਜਾਏਗੀ ਵੀਜ਼ਾ ਲੱਗਣ ਤੋਂ ਬਾਅਦ। ਤੁਸੀਂ ਆਪਣੀ ਯੂਨੀਵਰਸਿਟੀ ਦੀ ਫੀਸ, ਆਪਣਾ ਇੰਸ਼ੋਰੈਂਸ ਜਿਹੜੀ ਜਿਹਨੂੰ ਆਪਾਂ ਓਵਰਸੀਜ਼ ਸਟੂਡੈਂਟ ਹੈਲਥ ਕਵਰ ਕਹਿੰਦੇ ਹਾਂ, ਤੁਹਾਡੀ ਐਮਬੈਸੀ ਫੀਸ ਆਰ ਐੱਸ ਗੋਬਲ ਪੇ ਕਰੇਗਾ, ਕੇਵਲ ਪੈਕੇਜ ਕਰਨ ਦੇ ਚੱਕਰ 'ਚ ਨਹੀਂ, ਮੋਟੇ 2-4-5 ਲੱਖ ਕਮਾਉਣ ਦੇ ਚੱਕਰ 'ਚ ਨਹੀਂ, ਸਿਰਫ ਇਸ ਲਾਲਚ ਨੂੰ ਵੀ ਤੁਹਾਡਾ ਭਵਿੱਖ ਬਣ ਜਾਏ। ਕਿਉਂਕਿ ਅਗਰ ਕੈਨੇਡਾ ਪੜ੍ਹਨ ਦੇ ਨਾਂ 'ਤੇ ਇੱਕ ਵਾਰ ਵੀਜ਼ਾ ਰਿਫਿਊਜ਼ ਕਰਾ ਲਿਆ, 1.5-2 ਲੱਖ ਰੁਪਏ ਖਰਾਬ ਹੋ ਗਿਆ, ਹੁਣ ਮਾਂ ਪਿਓ ਦੁਆਰਾ ਪੈਸੇ ਲਾਉਣ ਨੂੰ ਤਿਆਰ ਨਹੀਂ, ਤਾਂ ਆਰ ਐੱਸ ਗੋਬਲ ਦਾ ਸੁਖਚੈਨ ਰਾਹੀਂ ਤੁਹਾਡਾ ਵੱਡਾ ਭਰਾ ਬਣ ਕੇ ਤੁਹਾਡੇ 'ਤੇ ਪੈਸੇ ਲਾਏਗਾ, ਤੁਹਾਡੇ ਤੋਂ ਪੈਸੇ ਉੱਦਣ ਲਏਗਾ ਜਿਸ ਦਿਨ ਤੁਹਾਡਾ ਵੀਜ਼ਾ ਲੱਗੇਗਾ। ਇਸ ਤੋਂ ਇਲਾਵਾ 10ਵੀਂ ਪੜ੍ਹੇ ਬੱਚੇ 10 ਸਾਲ ਦੇ ਗੈਪ ਨਾਲ ਤੁਸੀਂ ਅਗਰ ਰਸ਼ੀਆ 'ਚ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾਉਣਾ ਚਾਹੁੰਦੇ ਹੋ ਤਾਂ ਦਿਸ ਕੈਨ ਬੀ ਵੈਰੀ ਗੁੱਡ ਆਪਸ਼ਨ ਫੋਰ ਯੂ। ਜਪਾਨ 'ਚ ਪੜ੍ਹ ਕੇ ਲੱਖਾਂ ਰੁਪਏ ਕਮਾਉਣਾ ਚਾਹੁੰਦੇ ਹੋ, ਚੰਗੀ ਕਮਾਈ ਕਰਨਾ ਚਾਹੁੰਦੇ ਹੋ, ਚੰਗਾ ਫਿਊਚਰ ਬਣਾਉਣਾ ਚਾਹੁੰਦੇ ਹੋ, ਤਾਂ ਜਪਾਨ ਇਜ਼ ਵੈਰੀ ਗੁੱਡ ਆਪਸ਼ਨ, ਬੈਟਰ ਦੈਨ ਕੈਨੇਡਾ, ਬੈਟਰ ਦੈਨ ਆਸਟ੍ਰੇਲੀਆ, ਬੈਟਰ ਦੈਨ ਨਿਊਜ਼ੀਲੈਂਡ, ਬੈਟਰ ਦੈਨ ਅਦਰ ਕੰਟਰੀ ਜਿੱਥੇ ਪੰਜਾਬੀ ਬੱਚਾ ਜਾਣਾ ਚਾਹੁੰਦਾ। ਜਪਾਨ 'ਚ ਪੜ੍ਹ ਕੇ ਚੰਗੇ ਪੈਸੇ ਕਮਾਏ ਜਾ ਸਕਦੇ, ਕਿਉਂਕਿ ਜਪਾਨ ਦੀ ਇਕਾਨਮੀ ਦੇ ਮੁਤਾਬਕ 800 ਤੋਂ ਲੈ ਕੇ 1100-1200 ਯੈਨ ਤੁਸੀਂ ਪਰ ਆਵਰ ਕਮਾ ਸਕਦੇ ਹੋ, ਡਿਪੈਂਡ ਤੁਸੀਂ ਕਿਹੜੇ ਸ਼ਹਿਰ 'ਚ ਰਹਿ ਰਹੇ ਹੋ। ਟੋਕਿਓ 'ਚ 1100-1200 ਯੈਨ ਪਰ ਆਵਰ, ਫਕੂਕਾ, ਸੰਡਈ, ਬਾਕੀ ਸ਼ਹਿਰਾਂ 'ਚ 800-900 ਯੈਨ ਪਰ ਆਵਰ ਕਮਾਇਆ ਜਾ ਸਕਦਾ। ਕੈਲਕੂਲੇਟਰ ਫੜ ਕੇ ਕੈਲਕੂਲੇਸ਼ਨ ਕਰਕੇ ਵੇਖ ਲਓ, ਅਗਰ ਐਵਰੇਜ ਬੇਸ 'ਤੇ ਤੁਸੀਂ ਘੰਟੇ ਦਾ 1000 ਯੈਨ ਵੀ ਕਮਾ ਰਹੇ ਹੋ, 8 ਘੰਟੇ ਕੰਮ ਕਰਕੇ ਵੀ ਰੋਜ਼ ਦਾ 8000 ਯੈਨ ਕਮਾ ਰਹੇ ਹੋ, ਔਰ 8000 ਯੈਨ ਨੂੰ ਅਗਰ ਆਪਾਂ ਮਲਟੀਪਲਾਈ ਕਰੀਏ 64 ਦੇ ਹਿਸਾਬ ਨਾਲ, ਰੋਜ਼ ਦਾ 5100 ਰੁਪਈਆ, ਜਾਣੀ ਕਿ 5000 ਤੋਂ ਉੱਪਰ ਦੀ ਰੋਜ਼ ਦੀ ਦਿਹਾੜੀ ਤੁਹਾਡੀ ਇੰਡੀਆ 'ਚ ਮਤਲਬ ਬਣਦੀ, ਨੈਕਸਟ ਟੂ ਇੰਪੋਸੀਬਲ ਹੈ। ਜਪਾਨ 'ਚ ਰੋਜ਼ ਦੀ 5000 ਤੋਂ ਉੱਪਰ ਦਿਹਾੜੀ ਪਾਈ ਜਾ ਸਕਦੀ ਹੈ ਪੜ੍ਹਾਈ ਕਰਨ ਵਾਲੇ ਬੱਚਿਆਂ ਲਈ। ਹੁਣ ਅੱਗੇ ਫਿਰ ਛੁੱਟੀਆਂ ਨੇ, ਬੱਚੇ ਫੁੱਲ ਟਾਈਮ ਕੰਮ ਕਰ ਸਕਦੇ ਲੀਗਲੀ। ਸੋ ਜਪਾਨ 'ਚ ਪੜ੍ਹ ਕੇ ਇੱਕ ਚੰਗਾ ਫਿਊਚਰ ਬਣਾਇਆ ਜਾ ਸਕਦਾ, ਚੰਗੀ ਕਮਾਈ ਕੀਤੀ ਜਾ ਸਕਦੀ ਹੈ, ਇਹ ਆਵਾਜ਼ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹਨਾਂ ਤੱਕ ਹੁਣ ਤੱਕ ਨਹੀਂ ਪਹੁੰਚੀ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ। ਅੱਜ ਦੇ ਲਾਈਵ ਸੈਸ਼ਨ 'ਚ ਇੰਨਾ ਹੀ, ਨੈਕਸਟ ਵੀਕ ਇੱਕ ਨਵੇਂ ਟੋਪਿਕ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗਾ। ਅੱਜ ਦਿਓ ਆਪਣੇ ਸੁਖਸ਼ਿਆਂ ਰਾਹੀਂ ਨੂੰ ਇਜਾਜ਼ਤ, ਜੇ ਕਿਸੇ ਮੇਰੀ ਗੱਲ ਕੋਈ ਬੁਰੀ ਲੱਗੀ ਹੋਵੇ ਹੱਥ ਜੋੜ ਕੇ ਮਾਫੀ, ਚੰਗੀ ਲੱਗੀ ਗੱਲ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ, ਸਤਿ ਸ਼੍ਰੀ ਅਕਾਲ, ਰੱਬ ਰਾਖਾ।